ਕੇਆਰਪੀ 1250 ਏਐਮ ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 11:13 ਹੋਏ ਨੇ, 11 ਜੂਨ ਦਾ ਦਿਨ ਹੈ, ਵਰ੍ਹਾ 2019 ਦਾ ਮੰਗਲਵਾਰ ਹੈ। 28 ਜੇਠ ਨਾਨਕ ਸਿਮਤ 551 ਨਿੱਘਾ ਹਾਰਦਿਕ ਸਵਾਗਤ ਹੈ ਜੀ। ਅੱਜ ਦੀ ਲੋਕ ਸਭਾ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਗੀਤ ਸੰਗੀਤ ਸੋਗ ਦੇ ਮਸਲਿਆਂ ਤੇ ਗੱਲਬਾਤ ਹੋਏਗੀ। ਪਹਿਲੇ ਹਿੱਸੇ ਦੇ ਵਿੱਚ ਖਬਰਾਂ ਤੋਂ ਬਾਅਦ ਪੰਜਾਬ ਦੇ ਵਿੱਚ ਫਤਿਹਵੀਰ ਸਿੰਘ ਨਾਂ ਦੇ ਮੁੰਡੇ ਦਾ ਇੱਕ 2 ਸਾਲ ਦੇ ਬਾਲ ਦੀ ਮੌਤ ਜਿਹੜੀ ਹੋਈ ਹੈ, ਉਹਨੇ ਬੜਾ ਦੁਨੀਆ ਦੇ ਵਿੱਚ ਜਿੱਥੇ ਵੀ ਅਸੀਂ ਬੈਠੇ ਹਾਂ ਹਰ ਇੱਕ ਬੰਦਾ ਇਹ ਗੱਲ ਕਰਨੀ ਚਾਹੁੰਦਾ ਕਿ ਕੀ ਬਣੂਗਾ। ਖੈਰ, ਕਈ ਵਾਰ ਤੁਸੀਂ ਭੁਲੇਖੇ 'ਚ ਹੋ ਜਾਂਦੇ ਹੋ ਸੜਕਾਂ ਦੇਖ ਕੇ ਤੇ ਕਾਰਾਂ ਦੇਖ ਕੇ ਤੇ ਕੋਠੀਆਂ ਦੇਖ ਕੇ, ਪਰ ਜਿੱਦਣ ਪ੍ਰਬੰਧਾਂ ਦਾ ਪਤਾ ਲੱਗਦਾ ਸਰਕਾਰਾਂ ਦਾ, ਤੁਸੀਂ ਇੱਕ ਦੇਖੋ ਵੀ ਹੁਣ ਦਿੱਲੀ ਵਾਲੇ ਮੋਦੀ ਦੇ ਚੈਨਲ ਸਾਰੇ ਹੀ ਚੁੱਪ ਨੇ, ਨਹੀਂ ਤਾਂ ਬ੍ਰੇਕਿੰਗ ਨਿਊਜ਼ ਕਰਕੇ ਉਹ ਥਲੜੀ ਉੱਪਰ ਲੈ ਕੇ ਜਾਂਦੇ ਆ। ਹੁਣ ਨੀ ਕੋਈ ਬੋਲਦਾ ਬਿਲਕੁਲ, ਕਿਉਂਕਿ ਹੁਣ ਹਨੀਮੂਨ ਪੀਰੀਅਡ ਹੈ, ਵੋਟਾਂ ਵਾਟਾਂ ਜਿੱਤ ਗਏ ਉਹ, ਹੁਣ ਦੇਸ਼ ਦਾ, ਦੇਸ਼ ਦੀ ਰੱਖਿਆ ਦਾ, ਨੈਸ਼ਨਲਿਜ਼ਮ ਦਾ, ਪੈਟਰੀਓਟਿਜ਼ਮ ਦਾ, ਦੇਸ਼ ਭਗਤੀ ਦੀ ਗੱਲ ਖਤਮ ਹੋ ਗਈ। ਕਿੱਲਣ ਵਾਲੇ ਜਿੰਨੇ ਨੇ ਸਭ ਰੁਕ ਗਏ। ਹੁਣ ਨਾ ਕਾਂਗਰਸ ਵਾਲਿਆਂ ਨੇ ਇਸ ਗੱਲ ਦੀ ਕਰਨੀ ਹੈ, ਨਾ ਬੀਜੇਪੀ ਨੇ ਗੱਲ ਕਰਨੀ ਹੈ, ਨਾ ਚੈਨਲਾਂ ਨੇ ਗੱਲ ਕਰਨੀ ਹੈ, ਕਿਉਂਕਿ ਲੋਕਾਂ ਨੂੰ ਭੁਲੇਖਾ ਹੈ, ਗੱਦੀ ਇੱਕੋ ਹੀ ਹੈ, ਗੱਦੀ ਤੇ ਬਹਿਣ ਵਾਲਾ ਹੀ ਗੱਦੀ ਦਾ ਮਾਲਕ ਹੈ, ਉਹਨਾਂ ਦੀ ਇੱਕੋ ਹੀ ਵਿਚਾਰਧਾਰਾ, ਦੋ ਅਲੱਗ ਚੀਜ਼ਾਂ ਹੀ ਨੇ, ਫਰਕੇ ਇੰਨਾ। ਉਸ ਦੀ ਗੱਲਬਾਤ ਹੋਵੇਗੀ ਤੇ ਨਾਲ ਸਰੀ ਸ਼ਹਿਰ ਦੇ ਵਿੱਚ ਅੱਜ ਮੈਂ ਗੱਲਬਾਤ ਕਰਨੀ ਚਾਹੁੰਦਾ ਪੁਲਿਸ ਡਿਪਾਰਟਮੈਂਟ ਬਾਰੇ, ਤੇ ਨਾਲ ਹੀ ਪਾਰਦਰਸ਼ੀ ਪ੍ਰਬੰਧ ਲਿਆਉਣ ਦੇ ਲਈ ਐਥਿਕ ਕਮਿਸ਼ਨਰ ਇੱਕ ਨਿਯੁਕਤ ਕਰਨ ਦੀ ਗੱਲ ਹੈ। ਲੌਬੀਇਸਟ ਜਿਹੜੇ ਨੇ ਰਜਿਸਟਰਡ ਹੋਣਗੇ, ਜਿਨ੍ਹਾਂ ਨੇ ਕੰਮ ਕਰਾਉਣਾ, ਜਿਹੜੀ ਇਹ ਪਿਰਤ ਪਈ 20 ਵਰ੍ਹਿਆਂ ਪਹਿਲਾਂ ਲੌਬੀਇਸਟ ਹੁੰਦੇ ਸੀ, ਰਜਿਸਟਰਡ ਲੌਬੀਇਸਟ ਹੁੰਦੇ ਸੀ, ਪਰ ਇੱਥੇ ਰਜਿਸਟਰ ਨਹੀਂ ਸੀ। ਇੱਥੇ ਤਾਂ ਮੈਨੇਜਰ ਦੇ ਦਫ਼ਤਰ 'ਚ ਬਹਿ ਕੇ ਫਿਰ ਰਨ ਹੁੰਦੀਆਂ ਸੀ, ਕਿਹਦੀਆਂ ਲਾਟਾਂ ਕਿੰਨੀਆਂ ਹੋਣੀਆਂ ਨੇ, ਕਿੰਨੀਆਂ ਵਧਣੀਆਂ ਨੇ, ਕਿੰਨੀਆਂ ਘਟਣੀਆਂ ਨੇ, ਕਿੱਧਰ ਨੂੰ OCP ਜਾਣੀ ਹੈ, ਕਿੱਧਰ ਨੂੰ ਨੇਬਰਹੁੱਡ ਪਲਾਨ ਜਾਣਾ, ਜਾ ਕੇ ਲੈ ਲਓ 1-2 ਲੱਖ ਦੇ, ਫਿਰ 1.5-1.5 ਮਿਲੀਅਨ ਦੇ ਹੋਣਗੇ। ਇਹ ਸਾਰਿਆਂ ਨੂੰ ਪਤਾ, ਸ਼ਹਿਰ ਦੇ ਵਿੱਚ ਪਤਾ ਹੈ। ਵਾਇਰਸ ਜਿਹੜਾ, ਇਹ ਪਲੇਗ ਜਿਹੜਾ, ਕੈਂਸਰ, ਇਹ ਸ਼ਹਿਰ ਦੇ ਵਿੱਚੋਂ ਸ਼ੁਰੂ ਹੋਇਆ। ਉਸ ਦੀ ਗੱਲਬਾਤ ਹੁਣ ਉਸਨੂੰ ਪਾਰਦਰਸ਼ੀ ਬਣਾਉਣ ਦੇ ਲਈ ਕੋਸ਼ਿਸ਼ ਉਸ 'ਤੇ ਗੱਲਬਾਤ ਨਾਲ ਹੋਏਗੀ। ਅਖੀਰਲੇ ਘੰਟੇ 'ਚ 1-2 ਵਜੇ ਤੱਕ ਸੁਣਨ ਦੀ ਇੱਕ ਆਦਤ, ਜਿਹੜੀ ਲਿਸਨ ਕਰਨ ਦੀ ਕਿਸੇ ਨੂੰ, ਉਹ ਆਦਤ ਕੀ ਹੈ, ਸੁਣੀ ਹੋਈ ਗੱਲ ਨੂੰ ਸੁਣਨ ਤੋਂ ਪਹਿਲਾਂ ਕੰਟਰਾਡਿਕਟ ਕਰਨਾ, ਗੱਲ ਵੱਢਣੀ, ਗੱਲ ਟੋਕਣੀ, ਇਕੱਠ 'ਚ ਬੈਠੇ ਹਾਂ ਕਿਸੇ ਦੀ ਸੁਣਨੀ ਨਾ, ਜਦ ਕਿਸੇ ਮੀਟਿੰਗ 'ਚ ਬੈਠੇ ਹਾਂ, ਉਹ ਕਹਿੰਦਾ ਨਾ ਇੱਦੋਂ ਵਧੀਆ ਤਾਂ ਮੈਂ ਬੋਲਦਾ, ਉਹ ਕਹਿੰਦਾ ਭਾਈ ਸਾਹਿਬ ਗੱਲ ਸੁਣ ਮੇਰੀ ਪਹਿਲਾਂ, ਸੌਰੀ ਟੂ ਇੰਟਰਪਟ ਯੂ, ਇਹ ਵੀ ਹੁਣ ਕਹਿਣ ਲੱਗ ਗਏ, ਬਾਈ ਸਿਆਂ ਮਾਫ਼ੀ ਦੇਈ ਮੈਂ ਤੇਰੀ ਗੱਲ ਟੋਕਦਾ, ਪਰ ਉਹ ਟੋਕਣੀ ਲਾਜ਼ਮ ਹੁੰਦੀ ਹੈ। ਇਸ ਦੀ ਗੱਲਬਾਤ ਹੋਏਗੀ ਕਿ ਵਧੀਆ ਸਰੋਤੇ ਅਸੀਂ ਕਿਵੇਂ ਬਣਦੇ ਹਾਂ। ਮੈਂ ਰੇਡੀਓ ਦੀ ਨਹੀਂ ਗੱਲ ਕਰ ਰਿਹਾ, ਆਮ ਇਕੱਠਾਂ 'ਚ ਬੈਠ ਕੇ ਕਿਸੇ ਡਿਸਕਸ਼ਨ ਦੇ ਵਿੱਚ ਲਿਸਨ, ਤੇ ਜਿੱਥੇ ਐਜ ਟੂ ਐਜ ਗੱਲ ਹੋ ਜਾਵੇ ਉੱਥੇ ਇਹ ਗੱਲ, ਜਦ ਆਪਾਂ ਬਿਬ ਕੇ ਕਹਿੰਦਾ ਮੈਂ ਸੁਣਿਆ ਤੈਂ ਕਹੀ ਹੈ ਇਹ ਗੱਲ ਭਾਈ ਸਾਹਿਬ, ਇਸ ਗੱਲ ਨੂੰ ਜਾਂ ਇਸ 'ਤੇ ਇਹ ਕਹਿ ਦੇਣਾ ਕਿ ਮੈਂ ਇਸ ਤਰ੍ਹਾਂ ਸੁਣਿਆ, ਮੈਨੂੰ ਇਉਂ ਲੱਗਿਆ, ਬਾਕੀ ਤੂੰ ਇਸ ਨੂੰ ਕਰੈਕਟ ਕਰ ਦੇ। ਸਿਆਣੇ ਜਿਹੜੇ ਦਾਨਿਸ਼ਮੰਦ ਨੇ ਉਹ ਇਸ ਤਰ੍ਹਾਂ ਗੱਲ ਨੂੰ ਟਵਿਸਟ ਕਰਦੇ। ਸੁਣਨ ਦੀ ਇੱਕ ਆਦਤ, ਸੁਣਨਾ ਕਿਵੇਂ ਹੈ, ਸੁਣਿਆ ਕਿਵੇਂ ਜਾਂਦਾ ਕਿਸੇ ਨੂੰ, ਇਸ 'ਤੇ ਗੱਲਬਾਤ ਹੋਏਗੀ। 1-44-247-1550 1-844-247-1550 ਔਨ ਏਅਰ ਨੰਬਰ ਹੈਗਾ, KRPRadio.com ਤੇ ਸਿੱਧਾ ਪ੍ਰਸਾਰਣ ਚੱਲ ਰਿਹਾ। ਜਿੱਥੇ ਵੀ ਤੁਸੀਂ ਬੈਠੋ, ਪ੍ਰੋਗਰਾਮ ਰਹਿ ਜੇ ਤਾਂ ਲੋਕ ਸੱਥ ਨੂੰ ਤੁਸੀਂ ਯੂਟਿਊਬ ਤੇ ਸੁਣਨਾ। 604-440-6462 ਨੰਬਰ ਹੈ ਦਫ਼ਤਰ ਦਾ, info@krpradio.com ਦਫ਼ਤਰ ਦੀ ਈਮੇਲ ਹੈ। ਇਸ ਦੇ ਨਾਲ ਨਾਲ ਫੇਸਬੁੱਕ ਦਾ ਪੇਜ, ਸੋਰੀ ਫੇਸਬੁੱਕ ਦਾ ਅਕਾਊਂਟ ਜਿਹੜਾ ਸ਼ੁਰੂ ਹੋ ਚੁੱਕਿਆ, HARJIT ਹਰਜੀਤ ਸਿੰਘ ਗਿੱਲ ਦਾ ਇਹ ਪੇਜ ਤੇ ਅਕਾਊਂਟ ਇਕੱਠੇ ਆਪਾਂ ਕਰ ਦਿੱਤੇ, ਤੁਸੀਂ ਉਸਨੂੰ ਫੋਲੋ ਵੀ ਕਰ ਸਕਦੇ ਹੋ। ਉਹਨੂੰ ਉਹਦੇ 'ਚ ਜਿਹੜਾ ਫਰੈਂਡ ਇੱਕ ਸ਼ਬਦ ਹੈ ਉਹ ਵੀ ਨਾਲ ਨਾਲ ਮਤਲਬ ਰਹਿਣਾ ਹੀ ਹੁੰਦਾ, ਕਿਸੇ ਨੇ ਕਿਸੇ ਨਾਲ ਜੁੜ ਗਿਆ ਕੋਈ, ਤੁਸੀਂ ਇਹਦੇ 'ਤੇ ਫੇਸਬੁੱਕ 'ਤੇ ਮੇਰੇ ਨਾਲ ਆ ਗਏ। ਇਹਦੇ ਸਦ ਉਪਯੋਗ ਦੇ ਲਈ, ਇਸ 'ਤੇ ਗੱਲਬਾਤ ਕਰਦੀ ਥੋੜੀ ਡਿਸਕਸ਼ਨ, ਤੁਸੀਂ ਬਹੁਤ, ਅੱਜ ਮੈਂ ਜਦ ਗੱਲ ਕੀਤੀ ਤਾਂ ਇੱਕ ਕਾਲ ਸੁਣਨ ਵਾਲੇ ਨੇ ਲਿਖਿਆ, ਕਹਿੰਦੇ ਫਤਿਹਵੀਰ ਦੀ ਮੌਤ ਦਾ ਬਹੁਤ ਦੁੱਖ ਹੈ, ਗੀਤ ਸੰਗੀਤ ਨਹੀਂ ਅੱਜ ਅਸੀਂ ਸੁਣਨਾ। ਇਹ ਮਹਿਸੂਸ ਜਿਹੜਾ ਤੁਸੀਂ ਕਰਦੇ ਹੋ ਤੁਸੀਂ ਲਿਖ ਸਕਦੇ ਹੋ, ਸਿਰ ਮੱਥੇ ਆ ਕੋਈ ਵੀ ਸੁਝਾਅ ਤੁਹਾਡਾ, ਤੇ 604-729-1224 ਟੈਕਸਟ ਤੇ ਵਟਸਐਪ ਦੇ ਲਈ ਨੰਬਰ ਹੈ ਤੁਹਾਡੇ ਨਾਲ ਕੁਨੈਕਟ ਹੋਣ ਲਈ।
ਤੇ ਨਾਲ ਨਾਲ ਤੁਸੀਂ ਰਹਿਣਾ harjeet.g@krpradio.com harjeet.g@krpradio.com ਇਹ ਮੇਰੀ ਈਮੇਲ ਹੈ। ਕਹਿੰਦੇ ਜਿੱਥੋਂ ਤੱਕ ਅੱਖ ਦੀ ਮਾਰ ਹੈ ਉਹੀ ਸਾਡੀ ਅਕਲ ਦਾ ਆਧਾਰ ਹੈ। ਕਹਿੰਦੇ ਜਿੱਥੋਂ ਤੱਕ ਅੱਖ ਦੀ ਮਾਰ ਹੈ ਉਹੀ ਸਾਡੀ ਅਕਲ ਦਾ ਆਧਾਰ ਹੈ, ਜੋ ਪਰਬਤਾਂ ਤੇ ਸਾਗਰਾਂ ਦਾ ਪਿਆਰ ਹੈ ਉਸੇ ਦੀ ਤੀਖਣਤਾ ਚ ਹੁੰਦਾ ਭਾਰ ਹੈ, ਜੋ ਵਗ ਰਹੀ ਇਸ ਪੌਣ ਤੇ ਸਵਾਰ ਹੈ, ਜੋ ਧੁੱਪ ਦੇ ਰੰਗਾਂ ਦਾ ਵਿਥਿਆਕਾਰ ਹੈ ਉਸੇ ਦਾ ਦਿਲ ਦਰਿਆਓ ਮਨ ਮਿਨਾਰ ਹੈ, ਜੋ ਸ਼ਬਦ ਗ੍ਰੰਥਾਂ ਪੋਥੀਏ ਸ਼ਿੰਗਾਰ ਹੈ, ਉਹ ਰਸਤਿਆਂ ਦੀ ਧੂੜ ਦਾ ਅਵਤਾਰ ਹੈ, ਜੋ ਲੱਭਿਆ ਚੋਂ ਕੰਕਰਾਂ ਵਿਚਕਾਰ ਹੈ, ਤੇ ਜਾਂ ਮਿਲੀ ਵੇਦਾਂ ਚ ਜਿਸ ਨੂੰ ਠਾਹਰ ਹੈ, ਇਹ ਧਰਤ ਦੀ ਆਧਾਰ ਸਿਰਜਣਹਾਰ ਹੈ, ਆਕਾਸ਼ ਕੁੱਲ ਦੁਨੀਆਂ ਦਾ ਪਹਿਰੇਦਾਰ ਹੈ, ਸਾਰੀ ਸ੍ਰਿਸ਼ਟੀ ਜਿਸ ਦਾ ਖਿਲਾਰ ਹੈ, ਜਿਸ ਦਾ ਕੋਈ ਅੰਗ ਨਾ ਆਕਾਰ ਹੈ, ਕਿ ਜੋ ਸਮੇਂ ਦੀ ਚਾਲ ਤੋਂ ਵੀ ਪਾਰ ਹੈ, ਨਿਰਭਉ ਹੈ, ਨਿਰਵੈਰ ਹੈ, ਸ਼ਾਹਕਾਰ ਹੈ, ਜੋ ਅੰਮ੍ਰਿਤ ਹੈ, ਜੋ ਅਮੂਰਤ ਹੈ, ਸਭ ਥਾਈਂ ਰਮਿਆ ਪਿਆਰ ਹੈ, ਉਹੀ ਸੱਚ ਹੈ ਉਸ ਨੂੰ ਮੇਰਾ ਨਮਸਕਾਰ ਹੈ, ਉਹੀ ਸੱਚ ਹੈ ਉਸ ਨੂੰ ਮੇਰਾ ਨਮਸਕਾਰ ਹੈ, ਨਿਮਸਕਾਰ ਹੈ। ਹਰਮਨਜੀਤ ਲਿਖਦਾ ਹੈ, ਗਿਆਰਾਂ ਵੱਜ ਕੇ 26 ਮਿੰਟ ਹੋਏ ਜੀ, ਜਿੱਥੇ ਵੀ ਦੁਨੀਆਂ ਚ ਬੈਠੇ ਹੋ ਹਾਰਦਿਕ ਧੰਨਵਾਦ ਹੈ। ਲੋਕ ਸੱਤ ਨੂੰ ਤੁਸੀਂ ਯੂਟਿਊਬ ਤੇ ਸੁਣ ਸਕਦੇ ਹੋ, LOKSAWTH। ਸਭ ਤੋਂ ਪਹਿਲਾਂ ਕੁਛ ਕੰਮਾਂ ਦੀ ਜਾਣਕਾਰੀ ਦੇ ਦਈਏ। ਜੈਸੀ ਸਹੋਤਾ ਇੱਕ ਬੜੇ ਤਜਰਬੇਕਾਰ ਫਰੇਮਰ ਨੇ, ਜਿਹੜੇ ਮਲਟੀ ਫੈਮਲੀ ਦੀ ਫਰੇਮਿੰਗ ਕਰਦੇ ਨੇ, ਮਿਹਨਤੀ ਇਨਸਾਨ ਨੇ। 604-209-2722 ਨੰਬਰ ਹੈ, ਜੈਸ ਕੰਸਟਰਕਸ਼ਨ ਹੈ ਉਹਨਾਂ ਦੀ। ਉਹਨਾਂ ਨੂੰ ਫਰੇਮਰਾਂ ਦੀ ਲੋੜ ਹੈ, ਘਰ ਬਣਾਉਣ ਵਾਲੇ ਫਰੇਮਰ ਚਾਹੀਦੇ ਨੇ, ਤੇ ਪਰਮਿਟ ਹੋਲਡਰ ਹੀ ਅਪਲਾਈ ਕਰਨ। ਘੱਟੋ ਘੱਟ 6 ਮਹੀਨੇ ਦਾ ਤਜਰਬਾ ਚਾਹੀਦਾ, ਸਰੀ ਤੋਂ ਰਾਈਡ ਦਾ ਪ੍ਰਬੰਧ ਹੈ, ਵਧੀਆ ਤਨਖਾਹ ਤਜਰਬੇ ਅਨੁਸਾਰ। ਜੇ ਅਸੀਂ ਸੋਚ ਤੇ ਆਉਣੀ, ਉਹਨਾਂ ਦਾ ਕੰਮ ਕਾਰ ਕਰਨ ਦਾ ਢੰਗ ਹੈ ਜਿਹੜਾ, ਉਹ ਬੜਾ ਨਵੇਕਲ ਹੈ, ਪ੍ਰੋਫੈਸ਼ਨਲਿਜ਼ਮ ਹੈ ਪੂਰਾ। ਪੈਸੇ ਠੋਕ ਕੇ ਲੈਣੇ ਹੈ, ਪੈਸੇ ਠੋਕ ਕੇ ਗਾਹਾਂ ਵਰਕਰਾਂ ਨੂੰ ਦੇਣੇ, ਵਿੱਚ ਵਿਚਾਲੇ ਨਹੀਂ ਗੱਲ ਹੋਣੀ, ਗੱਲ ਸਿੱਧੀ ਹੋਣੀ। ਜੇ ਅਸੀਂ ਸੋਚ ਦੇ ਨਾਲ 604-209-2722 ਤੇ ਗੱਲਬਾਤ ਕਰਿਓ, ਉਹਨਾਂ ਨੂੰ ਫਰੇਮਰਾਂ ਦੀ ਲੋੜ ਹੈ, ਬਹੁਤ ਕੰਮ ਹੈ ਉਹਨਾਂ ਕੋਲ। ਮਲਟੀ ਫੈਮਲੀ ਟਾਊਨ ਹਾਊਸ ਕੌਂਡੋ ਬਣਾਉਂਦੇ ਨੇ, ਉਹ ਘਰਾਂ ਦਾ ਹੀ ਫਰੇਮਿੰਗ ਨਹੀਂ ਕਰਦੇ, ਕਰਦੇ ਆ ਉਹ ਟਾਊਨ ਹਾਊਸਾਂ ਦੀ। ਵੱਡੇ ਪ੍ਰੋਜੈਕਟ ਸਰੀ ਦੇ, ਜ਼ਿਆਦਾਤਰ ਵੱਡੇ ਪ੍ਰੋਜੈਕਟ ਉਹਨਾਂ ਨੇ ਕੀਤੇ ਨੇ। 604-209-2722 ਤੇ ਸਕਰੈਚ ਤੋਂ ਜ਼ਿੰਦਗੀ ਜਾਂ ਸ਼ੁਰੂ ਕਰਕੇ ਬੰਦੇ ਤਰੱਕੀ ਕਰਦੇ, ਜਿਵੇਂ ਆਪਾਂ ਸਾਰਿਆਂ ਨੇ ਕੀਤੀ, ਉਹਦਾ ਸਵਾਦ ਹੀ ਹੋਰ ਹੈ। 6022092722 ਬਹੁਤ ਵੱਡਾ ਕ੍ਰਿਊ ਹੈ ਇਹਨਾਂ ਕੋਲ, 100-150 ਬੰਦਾ ਸਦਾ ਕੰਮ ਕਰਦਾ ਰਹਿੰਦਾ। ਸੋ ਤੁਹਾਨੂੰ ਮੌਕਾ ਸਿੱਖਣ ਵਾਲਿਆਂ ਨੂੰ, ਸੋ ਫਰੇਮਿੰਗ ਦੇ ਲਈ ਫਰੇਮਰ ਇਹਨਾਂ ਨੂੰ ਚਾਹੀਦੇ ਆ, ਜੈਸੀ ਸੋਤੇ ਉਹਨਾਂ ਨੂੰ 604-209-2722 ਤੇ ਉਹਨਾਂ ਨਾਲ ਤੁਸੀਂ ਗੱਲਬਾਤ ਕਰ ਲਿਓ। ਇਸ ਦੇ ਨਾਲ ਹੀ ਐਕਸਲ ਐਕਸਕਵੇਟਿੰਗ ਵਾਲਿਆਂ ਨੂੰ ਕਲਾਸ 1 ਦੇ ਆਪਰੇਟਰ ਚਾਹੀਦੇ ਆ, ਕਲਾਸ 1 ਦੇ ਡਰਾਈਵਰ ਚਾਹੀਦੇ ਆ, ਡੰਪ ਟਰੱਕ ਡਰਾਈਵਰ। 604-377-5085 6043-77-5085 ਐਕਸਲ ਐਕਸਕਵੇਟਿੰਗ ਲਿਮਿਟਡ ਤੇ ਤੁਸੀਂ ਗੱਲਬਾਤ ਕਰਨੀ ਹੈ, 604-377-5085। ਨਾਲ ਹੀ ਰਾਈਡਵੇ, RERIDEWA, ਰਾਈਡ WAY, ਰਾਈਡਵੇ ਟਰਾਂਸਪੋਰਟ ਵਾਲਿਆਂ ਨੂੰ ਫਲੈਟ ਡੈਕ ਲਈ ਤੇ ਵੀ ਟ੍ਰੇਨ ਲਈ 10 ਡਰਾਈਵਰ ਚਾਹੀਦੇ ਆ, ਤੇ ਨਾਲ ਹੀ ਇੱਕ ਡਿਸਪੈਚਰ ਚਾਹੀਦਾ, ਸ੍ਰੀ ਮਨਜੀਤ ਸਿੰਘ ਸੰਧੂ, 604-599-8403 6045-89-8403। ਦੁਨੀਆਂ ਦੇ ਵਿੱਚ ਵਾਤਾਵਰਨ ਦੇ ਬਾਰੇ ਬੜੀ ਗੱਲ ਚੱਲ ਰਹੀ ਹੈ, ਵਾਤਾਵਰਨ ਸਾਫ ਹੋਣਾ ਜਿਹੜਾ ਜਿਹੜੇ ਦੇਸ਼ਾਂ ਚ ਬੜੀ ਨਿਆਮਤ ਹੈ। ਹੁਣ ਤੁਸੀਂ ਵੇਖ ਹੀ ਲਿਆ ਨਾ, ਆਪਾਂ ਕਹਿੰਦੇ ਹਾਂ ਕਿ ਪਿੱਛੇ ਆਪਾਂ ਚੰਗੇ ਸੀ, ਕਿੱਲੇ ਬਹੁਤ, ਕਿੱਲੇ ਕਿੱਲਿਆਂ ਦਾ ਕਿੱਲੇ ਬੜੇ ਅੜੇ ਹੋਏ ਆ ਬਹੁਤ, ਉੱਥੇ ਤਾਂ ਪੈਲੀ ਬਹੁਤ ਹੈ, 50 ਕਿੱਲੇ ਨੇ ਉੱਥੇ, ਪਤਾ ਹੀ ਨਹੀਂ ਲੱਗਦਾ ਕਿੰਨਾ ਕਾਹ ਸੀ, ਸਾਡੇ ਘਰ ਸੀ, ਬਾਹਰ ਸੀ। ਦੇਖਿਆ ਜਵਾਕ ਡਿੱਗਿਆ ਹੋਇਆ, 100 ਫੁੱਟ ਤੋਂ ਜਵਾਕ ਨਹੀਂ ਚੱਕ ਹੋਇਆ। ਗੱਲਾਂ ਸੁਣ ਲਓ, ਬਾਟੀਆਂ ਦੇ ਨਾਲ ਮਿੱਟੀ ਖੜਦੇ ਸੀ। ਸੋ ਇਹ ਰਸ਼ੀਆ ਦੇ ਵਿੱਚ, ਰੂਸ ਦੇ ਵਿੱਚ, ਸਾਇਬੇਰੀਆ ਚ, ਜਿੱਥੋਂ ਜਾਨਵਰ ਕਦੇ ਠੰਡ ਦੇ ਪ੍ਰਵਾਸੀ ਆਉਂਦੇ, ਜਿਹਦੇ ਕਰਕੇ ਅਸੀਂ ਪਰਦੇਸੀ ਹੁਣੋ ਹੁਣੋ ਹਟ ਕੇ ਹੁਣ ਨਹੀਂ ਆਉਂਦੇ, ਤੇ ਉੱਥੇ ਇੱਕ ਸ਼ਹਿਰ ਹੈ ਜਿਸਦਾ
ਨੌ ਹੈ ਕਿਸਲੋਤਸਕ। ਕਿਸਲੋਤਸਕ ਦੇ ਇਸ ਏਰੀਏ ਦੇ ਵਿੱਚ ਕੋਲਿਆਂ ਦੀਆਂ ਖਾਣਾਂ ਨੇ। ਫਰਵਰੀ ਦੇ ਵਿੱਚ ਇੱਕ ਉਹਨਾਂ ਨੇ ਜਨਤਕ ਕੀਤੀ ਆਪਣੀ ਵੀਡੀਓ ਬਣਾ ਕੇ, ਕਾਰਾਂ ਦੇ ਉੱਪਰ, ਖੜੀਆਂ ਕਾਰਾਂ ਦੇ ਉੱਪਰ ਅੱਧੇ ਅੱਧੇ ਫੁੱਟ ਕੋਲੇ ਦੀ ਧੂੜ ਹੈ, ਕੋਲਾ ਕਾਲਖ ਜਿਹੜੀ ਰੇਹੀ ਹੈ ਜਿਹੜੀ ਉਹ ਹੈ। ਇਹ ਉਸ ਤਰ੍ਹਾਂ ਹੀ ਹੈ ਜਿਵੇਂ ਬਠਿੰਡੇ ਥਰਮਲ ਦੀਆਂ ਝੀਲਾਂ ਦੀ ਅੱਗੇ ਅੱਗੇ ਗਾਣੇ ਗਾਉਂਦੇ ਨੇ ਨਾ, ਬਹੁਤ ਉੱਥੇ ਰਹਿ ਕੇ ਵੇਖਿਆ ਮੈਂ 99-90 ਦੋ ਸਾਲ ਉੱਥੇ ਪੁੱਛੋ ਛਾਉਣੀ ਬਣਦੀ ਸੀ, ਜਦ ਬਣੀ ਸਭ ਤੋਂ ਏਸ਼ੀਆ ਦੀ ਵੱਡੀ ਛਾਉਣੀ ਹੈ, ਉਹ 'ਚ ਕੰਮ ਕਰਦੇ ਸੀ ਅਸੀਂ ਮਿਲਟਰੀ ਇੰਜੀਨੀਅਰਿੰਗ ਸਰਵਿਸਿਸ ਦੇ ਵਿੱਚ, ਅਤੇ ਕੋਲੇ ਨੂੰ ਉੱਡਦਾ, ਕੋਲੇ ਦੀ ਰੇਹੀ ਜਿਹੜੀ ਉੱਡਦੀ ਵੇਖੀ, ਅਤੇ ਚਿੱਟੀਆਂ ਚਾਦਰਾਂ ਸੁਨੇਹਾਂ ਕਿਵੇਂ ਕਾਲੀਆਂ ਹੁੰਦੀਆਂ, ਗਰਮੀ 'ਚ ਬਾਹਰ ਸੌਣਾ ਮੰਜੇ ਡਾਹ ਕੇ, ਅਤੇ ਸਵੇਰ ਨੂੰ ਕਾਲਖ ਹੀ ਕਾਲਖ ਹੁੰਦੀ, ਅਤੇ ਉਹ ਬਠਿੰਡੇ ਦੀਆਂ ਝੀਲਾਂ ਦਾ ਗਾਉਣ ਵਾਲੇ ਗੱਲਾਂ, ਝੀਲਾਂ ਵਾਲਾ ਸ਼ਹਿਰ ਆ ਉਹ। ਬਦਕਿਸਮਤੀ ਵੇਖੋ ਤੁਸੀਂ, ਪਾਪ ਵੇਖੋ ਉਸ ਪੰਜ ਦਰਿਆਵਾਂ ਦੀ ਧਰਤੀ ਦੇ ਨਾਲ, ਦੁਸ਼ਮਣ ਬਾਤ ਕਰੇ ਅਨਹੋਣੀ। ਹੁਣ ਮੇਰੇ ਗੱਲ ਮੈਂ ਖਬਰ ਕਰਦਾ ਕਰਦਾ ਯਾਦ ਮੈਨੂੰ ਫਿਰ ਉੱਥੇ ਆ ਜਾਂਦੀ ਹੈ, ਕਿਉਂਕਿ ਹੋਈਆਂ ਬਹੁਤ ਹੋਈਆਂ ਭੁੱਲਦੀਆਂ ਨੇ। ਪਾਣੀ ਸਾਡੀ ਹਿੱਕ ਤੋਂ ਲੰਘਣਾ, ਜਿੱਥੋਂ ਪੰਜਾਬ ਮੁੱਕਦਾ ਉੱਪਰੋਂ 7 ਕਿਲੋਮੀਟਰ ਅਪ ਸਟ੍ਰੀਮ 'ਤੇ ਉਹਨੂੰ ਬੰਨ੍ਹਤਾ ਭਾਖੜੇ ਦੇ ਨਾਂ 'ਤੇ। ਪੰਜਾਬ ਤੋਂ ਤੁਰੇ ਹੋਏ ਲੋਕ ਗੱਡੀਆਂ ਲੈ ਕੇ ਭਾਖੜਾ ਡੈਮ ਵੇਖਣ ਜਾਂਦਾ, ਬੱਲੇ ਬੱਲੇ ਬਈ ਕਿੱਡਾ ਭਾਖੜਾ ਡੈਮ ਬਣਾਇਆ। ਔਰ ਸਾਡੀ ਬਦਕਿਸਮਤੀ ਇਹ ਹੈ, ਸਾਨੂੰ ਇਹ ਵੀ ਨਾ ਪਤਾ ਲੱਗਿਆ ਸਾਡਾ ਦੁਸ਼ਮਣ ਕੌਣ ਹੈ, ਵੱਢ ਕੌਣ ਰਿਹਾ, ਸਾਨੂੰ ਗਰਕ ਕੌਣ ਕਰਨ 'ਤੇ ਤੁਲਿਆ ਹੋਇਆ। ਪਾਣੀ ਸਾਡਾ ਰੋਕ ਲਿਆ, ਪੰਜ ਦਰਿਆਵਾਂ ਦੀ ਧਰਤੀ, ਰੈਪੇਰੀਅਨ ਲਾਅ 'ਤੇ ਸਾਡਾ ਪਾਣੀ ਖੋਹ ਕੇ ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਬਣਾ ਕੇ ਬਿਜਲੀ ਲੈ ਗਏ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਥੱਲੇ, ਪੌਂਗ ਡੈਮ, ਪੰਡੋਰ ਡੈਮ ਦੀ ਉੱਪਰ, ਹਿਮਾਚਲ ਦੀ ਸਾਰੀ ਬਿਜਲੀ ਜਿਹੜੀ ਉਹ ਪੰਜਾਬ ਤੋਂ ਬਾਹਰ ਜਾਂਦੀ ਹੈ। ਤੇ ਉਹ ਕਹਿੰਦੇ ਤੁਸੀਂ ਲਾਓ ਥਰਮਲ ਕੋਲ ਪਾਵਰ ਸਟੇਸ਼ਨ, ਲਿਆਓ ਕੋਲਾ ਝਰੀਏ ਤੋਂ, ਬਰਬਾਦੀ ਕਰੋ ਆਪਣੀ, ਜ਼ਹਿਰ ਜਿਹੜੀ ਆ ਤੁਹਾਡੇ ਜੀਰਵੇ, ਤੁਹਾਡੀਆਂ ਅੱਡੀਆਂ ਦੀਆਂ ਬਿਆਈਆਂ ਥੱਲੇ ਤੇ ਨੇ, ਗ੍ਰੀਨ ਰੈਵੋਲਿਊਸ਼ਨ ਕਰੋ, ਹੱਥੀ ਸਿੱਟੋ ਰਹੋ, ਨਾਲੇ ਪਾਓ ਉੱਥੇ, ਕਰੋ ਸਪਰੇਆਂ ਤੇ ਪਾਣੀ ਮੁਕਾਓ ਧਰਤੀ ਦਾ। 350 ਫੁੱਟ ਤੇ ਖੜਾ ਹੁਣ ਦੇਖਿਓ ਅੰਦਰ, ਜਿੱਦਣੋਂ ਲਾਵਾ ਨਿਕਲਿਆ ਨਾ, ਅਗਲਾ ਜਲ ਹੁਣ ਕੜ ਪਾਟਣਾ, 1100-1200 ਤੇ ਜਾਣਾ, ਤੇ ਥੱਲਿਓਂ ਭਾਫਾਂ ਨਿਕਲਦੀ ਦੇਖੀ, ਫਿਰ ਪਤਾ ਲੱਗੂ ਕਿਸੇ ਨਾਲ ਗੱਲ ਕਰ ਲੈ। ਉਹ ਕਹਿੰਦਾ ਪਾਣੀ ਬਾਫਰ ਹੈ, ਤੁਹਾਨੂੰ ਬਾਹਰ ਲਿਆ, ਪਾਣੀ ਮੁੱਕਿਆ, ਸਾਡਾ ਨਹੀਂ ਮੁੱਕਿਆ। ਦੇਖਦੇ ਦੇਖਦੇ ਮੋਨੋ ਬਲਾਕ ਮੋਟਰਾਂ ਜਿਹੜੀਆਂ ਬਿਲਕੁਲ ਉੱਪਰ ਪਈਆਂ, 20-20 ਫੁੱਟ ਤੇ ਸਾਡੇ ਪਿੰਡਾਂ 'ਚ ਪਾਣੀ, ਨਹਿਰ ਦੇ ਉੱਪਰ ਹੁਣ 100-100 ਫੁੱਟ ਖੂਹੀ ਆ। ਦੇਖਦਿਆਂ ਦੇਖਦਿਆਂ 15 ਸਾਲਾਂ ਦੀ ਗੱਲ, ਚਿੱਟੇ ਕੁੜਤੇ ਪਜਾਮੇ ਗਮਛਿਆਂ ਦੇ ਲੜ ਛੱਡ ਕੇ ਕੱਦੂ ਕਰਦੇ ਟਰੈਕਟਰ ਨੂੰ ਪਿੰਡ ਦੇਖਣ ਜਾਂਦਾ ਹੁੰਦਾ ਸੀ, ਜਿਵੇਂ ਮਾਤਾ ਦੇ ਗੁਲਗੁਲਿਆਂ ਦਾ ਮੇਲਾ ਹੋਵੇ। ਉਹ ਸੰਗਲਾ ਤੇ ਸਾਨੂੰ ਪਤਾ ਨਾ ਲੱਗਿਆ ਸਾਡੇ ਨਾਲ ਕੀ ਹੋਇਆ, ਸ਼ਸਤਰ ਤੇ ਸ਼ਸਤਰ ਦੀ ਵਿਧੀ, ਕਦੇ ਭਜਾ ਕੇ ਮਾਰ ਲਏ, ਕਦੇ ਜ਼ਹਿਰ ਨਾਲ ਮਾਰ ਲਏ, ਕਦੇ ਪਾਣੀ ਮੁਕਾਤਾ। ਹਾਈਡਰੋ ਇਲੈਕਟ੍ਰਿਕ ਪਾਵਰ ਸਟੇਸ਼ਨ ਜਿਹੜੀ ਕੁਦਰਤੀ ਬਿਜਲੀ, ਜਿਹਨਾਂ ਦੇ ਉੱਪਰੋਂ ਟਰਬਾਈਨਾਂ ਨੇ ਪਾਣੀ ਸਿੱਟਣਾ, ਟਰਬਾਈਨਾਂ ਤੇ ਥੱਲੇ ਪੈਨਸਟੋਕਸ ਦੇ ਰਾਹੀਂ ਉੱਪਰੋਂ ਪਾਣੀ ਡਿੱਗਣਾ ਤੇ ਪ੍ਰੋਪੈਲਰ ਤੇ ਲੱਗਣਾ, ਪ੍ਰੋਪੈਲਰ ਨੇ ਲੱਠ ਘੁਮਾਉਣੀ ਆ, ਲੱਠ ਨੇ ਜਨਰੇਟਰ ਘੁਮਾਉਣਾ, ਜਨਰੇਟਰ ਨੇ ਬਿਜਲੀ ਪੈਦਾ ਕਰਨੀ ਆ, ਮੁਫ਼ਤ ਪਾਣੀ ਅੱਗੇ ਲੰਘ ਜਾਣਾ। ਪਰ ਜਦ ਪਤਾ ਨਾ ਹੋਵੇ, ਕੌਮ ਦੇਸ਼ ਸੂਬੇ ਦੇ ਰਾਖਿਆਂ ਨੂੰ ਪਤਾ ਨਾ ਹੋਵੇ, ਜਦ ਸਿੱਖਾਂ ਨੇ ਗੱਲ ਇਸ ਪਾਣੀ ਦੀ ਕੀਤੀ, ਜਦ ਸਿੱਖਾਂ ਨੇ ਵੱਧ ਮੰਗਾਂ ਦੀ ਗੱਲ ਕੀਤੀ, ਉਹ ਕਹਿੰਦੇ ਅੱਤਵਾਦੀ ਹੋ ਤੁਸੀਂ, ਪੰਜਾਬ 'ਚ ਵੱਸਦੇ ਨੌਨ ਸਿੱਖ ਜਿੰਨੇ ਵੀ ਭਾਈਚਾਰੇ ਸੀ, ਉਹਨਾਂ ਨੂੰ ਮੈਂ ਦੋਸ਼ ਨਹੀਂ ਦਿੰਦਾ। ਉਹਨਾਂ ਦੇ ਵਿੱਚ ਜ਼ਹਿਰ ਕਿਤਾਬਾਂ ਦੇ ਰਾਹੀਂ, ਅਖਬਾਰਾਂ ਰਾਹੀਂ ਇੰਨੀ ਪਹੁੰਚਾ ਦੇਣੀ, ਉਹਨਾਂ ਕਹਿਣਾ ਇਹ ਤਾਂ ਸਿੱਖਾਂ ਦੀ, ਇਹ ਤਾਂ ਵੱਧ ਅਧਿਕਾਰਾਂ ਦੀ ਗੱਲ, ਇਹਦਾ ਮਤਲਬ ਆਈਸੋਲੇਸ਼ਨ ਕਰਨਗੇ, ਤਾਂ ਆਪਣਾ ਦੂਸ ਦੇਸ਼ ਬਣਾਉਣਗੇ। ਆ ਹੋ ਕੇ ਹਟਿਆ, ਹੁਣੇ ਗੱਲ ਕਰਕੇ ਹਟਿਆ, 4 ਦਿਨ 35 ਵਰ੍ਹਿਆਂ ਦੇ ਇਤਿਹਾਸ ਦੀ, ਉਹ ਜੀ ਪੰਜਾਬ ਤੋਂ ਪਾਕਿਸਤਾਨ ਵਾਲੇ ਆ ਗਏ, ਇਹਨਾਂ ਨੇ ਖਾਲਿਸਤਾਨ ਦਾ ਐਲਾਨ ਕਰ ਦੇਣਾ ਜੀ, ਇਹਨਾਂ ਨੇ ਕਣਕ ਰੋਕ ਲਈ ਤਾਂ ਮਾਰਨਗੇ ਜੀ, ਇਹਨਾਂ ਦੇ ਸੰਤ ਨੇ ਕਹਿ ਤਾਂ ਇੰਨੇ ਇੰਨੇ ਮਾਰ ਦਿਓ। ਪਰ ਪਿੱਠ ਭੂਮੀ 'ਚ ਨਹੀਂ ਗਏ ਕਿ ਹੋ ਕੀ ਰਿਹਾ, ਕੋਈ ਚਰੋਕਣੀ ਮੰਗ, ਸਿੱਖਾਂ ਦੀ ਮੰਗ ਹੋ ਗਈ, ਉਹ ਬਦਕਿਸਮਤੀ ਹੈ, ਪਾਣੀ ਮੁੱਕ ਗਿਆ। ਸੋ ਇਸ ਦੇਸ਼, ਇਸ ਸ਼ਹਿਰ ਦੇ ਕਿਸੇ ਲੋਪਸਿਕ ਦੇ ਲੋਕਾਂ ਨੇ ਜਸਟਿਨ ਟਰੂਡੋ ਨੂੰ ਬੇਨਤੀ ਕੀਤੀ ਹੈ, ਇਸਤਰੀਆਂ ਖੜੀਆਂ ਇਕੱਠੀਆਂ, ਕਿ ਜਸਟਿਨ ਟਰੂਡੋ ਜੀ ਸਾਨੂੰ ਇਨਵਾਇਰਮੈਂਟਲ ਰਿਫਿਊਜੀ ਦੇ ਥੱਲੇ ਆਪਣੇ ਕੈਨੇਡਾ 'ਚ ਲੈ ਕੇ ਜਾਓ, ਅਸੀਂ ਮਰਗੇ ਇੱਥੇ, ਸਾਡੀ ਬਰਬਾਦੀ ਹੋ ਗਈ, 90,000 ਹਾਂ ਅਸੀਂ, ਤੇ ਸਾਡੇ ਉੱਪਰ ਇਹ ਜਿਹੜਾ ਕੋਲਾ ਡਿੱਗ ਰਿਹਾ, ਸਾਡੇ ਸਾਹ ਰੁਕ ਰਹੇ ਨੇ, ਸਾਨੂੰ ਕੁਛ ਨਹੀਂ ਪਤਾ ਲੱਗਦਾ।
ਕਿਉਂਕਿ ਬਾਹਰ ਇਹ ਸੁਨੇਹਾ ਗਿਆ ਹੋਇਆ ਨਾ ਵੀ ਕੈਨੇਡਾ 'ਚ ਤਾਂ ਜਿਵੇਂ ਮਰਜ਼ੀ ਵੜ ਜਾਓ, ਬਸ ਅਮਰੀਕਾ 'ਚ ਵੜ ਜਾਓ, ਅਮਰੀਕਾ ਨੇ ਧੱਕ ਤੇ ਤਾਂ ਨਿਊਯਾਰਕ ਵਾਲੇ ਪਾਸੇ ਇੱਥੇ ਵੜ ਜਾਓ, RCMP ਵਾਲੇ ਮੂਹਰੇ ਖੜੇ ਹੋ ਕਹਿੰਦੇ ਲਿਆਓ ਬੈਗ ਫੜਾਓ, ਤਰੱਦਦ ਨਾ ਕਰੋ, ਆਓ ਕਾਰ 'ਚ ਬੈਠੋ, ਟੈਕਸੀ 'ਚ ਲੈ ਕੇ ਚੱਲਦੇ ਤੁਹਾਨੂੰ ਮੌਂਟਰੀਅਲ, ਉੱਥੇ ਸੌਂਓ, ਫਿਰ ਤੁਸੀਂ ਪੋਲੀਟੀਕਲ ਅਸਾਇਲਮ ਕੱਲ੍ਹ ਨੂੰ ਅਪਲਾਈ ਕਰ ਦਿਓ, ਵਰਕ ਪਰਮਿਟ ਦੇ ਦਿਆਂਗੇ, ਤੁਸੀਂ ਕੰਮ ਕਰਿਓ ਜਦ ਤੱਕ ਤੁਹਾਡੇ ਕੇਸ ਹੁੰਦੇ ਰਹਿਣਗੇ। ਕਿਉਂਕਿ ਕਿਹੜਾ, ਉਹ ਕਹਿੰਦੇ ਦੇਸ਼ ਬਹੁਤ ਵੱਡਾ, 3.5 ਲੱਖ ਕਰੋੜ ਬੰਦਾ ਟੋਟਲ, ਜਿਹੜਾ ਮਰਜ਼ੀ ਆ ਜਾਵੇ, ਜਿਵੇਂ ਤੁਰੇ ਫਿਰਦੇ ਮੰਡੀ ਗਏ, ਕਹਿੰਦੇ ਚੱਲ ਭੂਆ ਦਾ ਪਿੰਡ ਆ, ਰਾਹ 'ਚ ਭੂਆ ਨੂੰ ਮਿਲ ਚੱਲੀਏ, ਹੋਰ ਭੂਆ ਕਿਵੇਂ ਆ, ਬਹਿ ਜਾਓ ਪੁੱਤ ਚਾਹ ਪੀਜੋ, ਪੀਨੇ ਆ ਚਾਹ, ਇਉਂ ਆਉਂਦੇ ਆ। ਜਾਂ ਰਾਈਟ ਵਿੰਗ ਨੇ, ਉਹ ਕਹਿੰਦੇ ਬਣ ਨਹੀਂ ਦੇਣਾ, ਜਾਂ ਲਿਬਰਲ ਨੇ ਜਿਹੜੇ ਕਹਿੰਦੇ ਧੂ ਕੱਢ ਦਿਓ, ਆਉਂ ਦਿਓ, ਜਿਹੜਾ ਮਰਜ਼ੀ ਆਏ ਹੋਏ ਮੈਕਸੀਕੋ ਤੋਂ ਗੈਂਗਸਟਰ ਖੋ ਗਏ 100 ਦੇ 150 ਤੋਂ 200 ਨੇ ਖੁਣੇ ਹੋਏ ਸਰੀਰ ਤੇ ਉਹਨਾਂ ਦੇ ਬਣਾਏ ਹੋਈਆਂ ਨੇ ਮੂਰਤਾਂ, ਖੋ ਲਓ, ਲੱਭ ਲਓ, ਹੁਣ ਫਿਰਦੇ ਨਾ ਅਲੀ ਅਲੀ ਕਰਦੇ, ਹੁਣ ਨਹੀਂ ਲੱਭਦੇ ਉਹ, ਉੱਡ ਕੇ ਭੌਰ, ਕੋਈ ਮੌਂਟਰੀਅਲ ਬੈਠਾ, ਕੋਈ ਵੈਨਕੂਵਰ ਆ ਗਿਆ, ਕੋਈ ਰਾਹ 'ਚ ਕਿਤੇ ਪ੍ਰੇਰੀ 'ਚ ਬੈਠਾ, ਲੱਭ ਲਓ, ਇਹ ਦੇਸ਼ 'ਚ ਲੱਭਣਾ ਕਿੱਥੇ ਬੰਦਾ ਸੌਖਾ ਹੈ, ਇੱਥੇ ਕਿਤੇ ਸੌਖ ਹੈ, ਐਡਾ ਦੇਸ਼ ਹੈ ਜਿੱਥੇ ਮਰਜ਼ੀ ਛੰਨ ਪਾ ਕੇ ਬਹਿ ਜਾਓ, ਕੋਈ ਕਿਹਨੂੰ ਪਤਾ ਲੱਗਦਾ। ਉਸ ਤੋਂ ਤਾਂ ਸ਼ਹਿਰਾਂ ਦੇ ਵਿੱਚ ਬੰਦੇ ਨਹੀਂ ਕੰਟਰੋਲ ਹੁੰਦੇ, ਗਾਹਾਂ ਬਾਜ਼ਾਰ ਬੀਆਬਾਨਾਂ 'ਚ ਕਿਹੜਾ ਲੱਭ ਲਓ, ਜਿੱਥੇ ਮਰਜ਼ੀ ਬਹਿ ਜਾ ਕੁੱਲੀ ਪਾ ਕੇ। ਇੱਥੇ ਮੇਰੇ ਕਹਿਣ ਦਾ ਮਤਲਬ ਹੈ, ਦੁਨੀਆ ਝਾਕ ਰਹੀ ਹੈ ਕੈਨੇਡਾ ਵੱਲ, ਰਸ਼ੀਆ ਦੇ ਇਸ ਸ਼ਹਿਰ ਦੇ ਵਿੱਚੋਂ ਲੋਕਾਂ ਨੇ ਬੇਨਤੀ ਕੀਤੀ ਹੈ, ਇੱਕ ਗੁਹਾਰ ਬਹੁਤ ਬੋਲਦੇ ਨੇ ਪੱਤਰਕਾਰ, ਗੁਹਾਰ ਲਾਈ ਹੈ, ਗੁਹਾਰ ਸ਼ਬਦ ਨਹੀਂ ਹੈ, ਬੇਨਤੀ ਕੀਤੀ ਹੈ ਕਿ ਸਾਨੂੰ ਇਨਵਾਇਰਮੈਂਟਲ ਰਿਫਿਊਜੀ ਦੇ ਤੌਰ ਤੇ, ਇਹ ਗੱਲ ਪਹਿਲਾਂ ਵੀ ਆਪਾਂ ਪਿਛਲੇ ਸਾਲ ਕੀਤੀ ਕਿ ਅਫਰੀਕਨ ਨੇਸ਼ਨਸ ਦੇ ਵਿੱਚੋਂ ਜਾਂ ਏਸ਼ੀਅਨ ਕੰਟਰੀਜ਼ ਦੇ ਵਿੱਚੋਂ ਜਿੱਥੋਂ ਪਾਣੀ ਮੁੱਕ ਗਿਆ, ਮੁੱਢਲੀਆਂ ਸੇਵਾਵਾਂ ਮੁੱਕ ਗਈਆਂ, ਉੱਥੋਂ ਲੋਕਾਂ ਨੇ ਇਨਵਾਇਰਮੈਂਟਲ ਰਿਫਿਊਜੀ ਬਣ ਕੇ ਅਗਲੇ 10-20 ਸਾਲਾਂ 'ਚ ਇਹਨਾਂ ਦੇਸ਼ਾਂ ਨੂੰ ਆਉਣਾ। ਲੈਂਡ ਵਾਲੇ ਪਾਸਿਓਂ, ਜ਼ਮੀਨ ਵਾਲੇ ਪਾਸਿਓਂ ਬਾਰਡਰ ਜਿਹੜਾ ਅਮਰੀਕਾ ਦਾ ਲੱਗਦਾ, ਅਮਰੀਕਾ ਦਾ ਰਾਸ਼ਟਰਪਤੀ ਕਿਹੜਾ ਹੋਇਆ, ਉਹਨੇ ਨਹੀਂ ਬਣ ਦੇਣੇ ਜਿਵੇਂ ਹੁਣ ਡੋਨਲਡ ਟਰੰਪ ਹੈ, ਅਮਰੀਕਾ 'ਚ ਆ ਗਿਆ, ਅਮਰੀਕਾ ਤੋਂ ਕੈਨੇਡਾ ਵਾਲੇ ਪਾਸੇ ਆਉਣਾ ਬੜਾ ਸੌਖਾ ਹੈ। ਏਸ਼ੀਅਨ ਨੂੰ ਕਿਹਾ ਵੀ ਤੁਹਾਡਾ ਸਪੈਸ਼ਲ ਜਿਹੜੇ ਅਲੋਟਮੈਂਟ ਆ, ਸਪੈਸ਼ਲ ਤੁਹਾਡਾ ਨਾਂ ਹੈ ਜਿਹੜਾ, ਉਹ ਮੁੱਕ ਗਿਆ, ਉਹ ਕਹਿੰਦੇ ਚਲਕੋ ਬੈਗ, ਫਿਰ ਫਲੋਰੀਡਾ ਤੋਂ ਸਿੱਧੇ ਨਿਊਯਾਰਕ ਆਇਓ, ਟੱਪ ਜਾਓ, ਆਏ ਸੀ ਉਹ ਭੁਚਾਲ ਖਾਤਰ, ਸਪੈਸ਼ਲ ਉਹਨਾਂ ਨੂੰ ਜਿਹੜੀ ਅਨਾਊਂਸਮੈਂਟ ਕੀਤੀ ਸੀ, ਉਹਨਾਂ ਨੂੰ ਐਗਜ਼ੈਂਪਸ਼ਨ ਦਿੱਤੀਆਂ ਸੀ, ਜਦ ਭੁਚਾਲ ਆਇਆ ਹੋਏ ਸੀ, ਜਦ ਸਿੱਖਾਂ ਨੇ $3 million ਇਕੱਠਾ ਕਰਕੇ ਦਿੱਤਾ, ਉਹਦੇ ਬਾਅਦ ਹੁਣ ਜਿਹੜਾ ਮਰਜ਼ੀ ਜਮੇਕਨ ਨੇ, ਜਿਹੜੇ ਮਰਜ਼ੀ ਉਹ ਕਹਿੰਦੇ ਬਾਰਡਰ ਟੱਪੋ, ਚਲੋ ਇੱਧਰ ਨੂੰ, ਕਹਾਣੀ ਕੋਈ ਨਹੀਂ। ਸੀਰੀਆ ਤੋਂ ਰਿਫਿਊਜੀ ਆਏ ਬਾਅਦ ਲੜਾਈ ਦੇ ਵਿੱਚੋਂ, ਏਅਰਪੋਰਟ ਤੇ ਜਸਟਿਨ ਟਰੂਡੋ ਜਵਾਕ ਚੱਕ ਕੇ ਉਹਦੀਆਂ ਪੱਪੀਆਂ ਲੈਂਦਾ। ਇਸ ਤਰ੍ਹਾਂ ਹੀ ਕ੍ਰਿਸਟੀਆ ਫ੍ਰੀਲੈਂਡ ਕਹਿੰਦੀ ਸਾਊਦੀ ਅਰਬ ਤੋਂ ਜਾਨ ਬਚਾ ਕੇ ਭੱਜੀ ਹੋਈ ਕੁੜੀ ਜਿਹਨੂੰ ਘਰ ਦੇ ਕੁੱਟਦੇ ਆ, ਏਸ਼ੀਆ 'ਚ ਹਰ ਘਰ 'ਚ ਜਵਾਕ ਕੁੱਟਿਆ ਜਾਂਦਾ, ਕਿੰਨਿਆਂ ਕੁ ਲਿਆਓਗੇ ਤੁਸੀਂ ਉਹਨੂੰ ਲੈਣ ਲਈ? ਉਹ ਮਤਲਬ ਰਾਜਨੀਤਿਕ ਬੰਦਿਆਂ ਤਾਂ ਰਾਜਨੀਤੀ ਕਰਨੀ ਆ, ਕੋਈ ਵੀ ਪਾਰਟੀ ਹੋਵੇ, ਮੈਂ ਇਹ ਨਹੀਂ ਕਹਿੰਦਾ, ਪਰ ਜਦ ਤੁਸੀਂ ਸੁਨੇਹਾ ਇਹੋ ਜਿਹਾ ਦਓਗੇ ਕਿ ਜਿਹੜਾ ਮਰਜ਼ੀ ਆ ਜਾਏ ਇੱਥੇ, ਤੇ ਜਿਹੜੇ ਲੱਕ ਜਿਹਨਾਂ ਦੇ ਦੂਰੇ ਹੋ ਗਏ, $100 ਕਮਾ ਕੇ 30 ਸਰਕਾਰ ਨੂੰ ਦੇ ਕੇ 70 ਜੇਬ 'ਚੋਂ ਲੈ ਕੇ ਜਾਂਦੇ, ਉਹਨਾਂ ਤੀਹਾਂ 'ਚ ਤੁਸੀਂ ਨੋਟਾਂ ਦੀ ਵਾਰਿਸ ਕਰਦੇ ਫਿਰੋ ਵੀ ਚੱਕ, ਸਾਲ ਦਾ 40,000 ਲਿਆ ਜਵਾਕ ਇੱਥੇ, ਗਾਹਾਂ ਅਗਲੇ ਸਾਲ ਤੋਂ 4-5 ਜਵਾਕ ਨੇ ਉਹਨਾਂ ਦੇ ਚਾਇਲ ਟੈਕਸ ਬੈਨੀਫਿਟ ਲੈਣੇ ਸ਼ੁਰੂ ਕਰ ਲਈ, ਚੱਲ ਲੋੜ ਹੀ ਨਹੀਂ ਕੋਈ, 400 ਮਿਲਦਾ ਇੱਕ ਜਵਾਕ ਦਾ, 5 × 2,000 24-25,000 ਇਹ ਹੋ ਗਿਆ, ਪਲੱਸ ਕੰਮ ਹੈ ਨਹੀਂ, ਵੈਲਫੇਅਰ ਦਾਂਗੇ 1,000-1,200, ਸੋਸ਼ਲ ਹਾਊਸਿੰਗ ਦੇ ਵਿੱਚ ਫਿੱਟ ਕਰਾਂਗੇ। ਸੋ ਇਹ ਦੇਸ਼ ਬਹੁਤ ਵਧੀਆ, ਪਰ ਹੁਣ ਜਿਹੜੀ ਇਮਬੈਲੈਂਸ ਹੋ ਰਿਹਾ ਕੰਮ, 5 ਲੱਖ ਕਮਾਉਣ ਵਾਲੇ ਦੇ ਘਰੇ 2 ਲੱਖ ਆਉਂਦਾ, ਤੇ ਉਹ ਦੂਜੇ ਬੰਨੇ ਜਿਹੜਾ ਕਰਦਾ ਕੱਖ ਨਹੀਂ, ਕਹਿੰਦਾ 2x4 ਚੱਕਣ ਲਈ ਅੰਗਰੇਜ਼ੀ ਦੀ ਲੋੜ ਆ ਮੈਨੂੰ, ਬੱਤਾ ਚੱਕਣ ਦੇ ਲਈ, ਸਟ੍ਰਾਬੇਰੀ ਤੋੜਨ ਲਈ ਅੰਗਰੇਜ਼ੀ ਦੀ ਲੋੜ ਆ, ਬੇਰੀ ਤੋੜਨ ਲਈ ਅੰਗਰੇਜ਼ੀ ਦੀ ਲੋੜ ਆ, ਮੇਖਾਂ ਠੋਕਣ ਲਈ ਅੰਗਰੇਜ਼ੀ ਦੀ ਲੋੜ ਆ, ਸਾਡੇ ਵਾਲੇ ਕਿਵੇਂ ਤਰ ਪੈਂਦੇ ਨਤੀਜੇ ਦਿਨ ਆਉਂਦੇ ਹੀ, ਜਾ ਕੇ ਤੁਰੇ ਜਾਂਦੇ ਗੋਰੇ ਨੂੰ ਹਿੰਦੀ 'ਚ ਪੁੱਛਦੇ ਨੇ, ਕਹਾਂ ਕੋ ਜਾਣਾ ਹੈ ਤੂੰਨੇ, ਉਹ ਕਹਿੰਦਾ ਮੈਨੂੰ ਨਹੀਂ ਪਤਾ, ਵਟ ਡਿਡ ਯੂ ਸੇ, ਉਹ ਕਹਿੰਦਾ ਇਹ ਨਹੀਂ ਸਮਝਦਾ ਆਪਣੇ ਵਾਲੀ। ਮੇਰੇ ਕਹਿਣ ਦਾ ਮਤਲਬ ਹੈ, ਕੰਮ ਕਰਨ ਵਾਲੇ ਲੋਕ ਇਸ ਦੇਸ਼ 'ਚ ਆਉਣ, ਉਹ ਰਹਿਣ, ਇਨਵਾਇਰਮੈਂਟਲ ਰਿਫਿਊਜੀ ਝਾਕਣ ਲੱਗ ਗਏ ਕੈਨੇਡਾ ਵੱਲ, ਇਸਤਰੀਆਂ ਨੇ ਹੱਥ ਜੋੜ ਕੇ, ਕਿਉਂਕਿ ਇਸਤਰੀਆਂ ਦਾ ਸਤਿਕਾਰ ਸਾਡਾ ਪ੍ਰਧਾਨ ਮੰਤਰੀ ਬਹੁਤ ਕਰਦਾ, ਉਹਦੇ ਕਰਕੇ ਉਹਨੂੰ ਕਿਹਾ ਟਰੂਡੋ ਜੀ ਸਾਨੂੰ ਇਨਵਾਇਰਮੈਂਟਲ ਰਿਫਿਊਜੀ ਦੇ ਤੌਰ 'ਤੇ ਲੈ ਜਾਓ, ਇੱਥੇ ਜਿਹੜੀ ਕੋਲੇ ਦੀਆਂ ਖਾਣਾਂ 'ਚੋਂ ਗਰਦ ਬਹੁਤ ਉੱਡਦੀ ਆ, ਸਾਡਾ ਜਿਉਣਾ ਬਹੁਤ ਔਖਾ, ਮਾਸਕੋ 'ਚ ਨਹੀਂ ਬਹਿ ਜਾ ਕੇ, ਪੁੱਤਨ ਜਿਹੜਾ ਲੱਕ 'ਤੇ ਹੱਥ ਰੱਖ ਕੇ ਤੁਰ ਕੇ ਲੋਕਾਂ ਨੂੰ ਦੱਸਦਾ ਵੀ ਕਿਵੇਂ ਜਿਉਣਾ, ਉਹਨੂੰ ਵੀ ਕਿਹਾ, ਕਿਉਂਕਿ ਉਹ ਡਾਂਗਾਂ ਫੇਰਦੇ ਆ। ਇੱਧਰ ਵਾਲਿਆਂ ਨੂੰ ਕਿਹਾ ਕਿ ਸਾਨੂੰ ਲੈ ਜਾਓ, ਉਹਨਾਂ ਦਾ ਕੱਖ ਨਹੀਂ, ਪਰ ਇੱਕ
ਸਾਡਾ ਲਿਬਰਲ ਸਾਡਾ ਜਿਹੜਾ ਏਜੰਡਾ ਜਾਂ ਇਹ ਦੇਸ਼ ਦਾ ਪਿਆਰ ਹੈ ਦੁਨੀਆਂ ਦੇ ਨਾਲ, ਇਹ ਦੇਸ਼ ਦਾ ਸਤਿਕਾਰ ਹੈ ਦੁਨੀਆਂ ਦੇ ਨਾਲ, ਮਨੁੱਖੀ ਹਮਦਰਦੀ ਦਾ ਸਾਡਾ ਸੁਨੇਹਾ ਜਿਹਦੇ ਲਈ ਅਸੀਂ ਮਾਣ ਕਰਦੇ ਹਾਂ ਇਸ ਮੇਪਲ ਲੀਫ ਦੇ ਝੰਡੇ ਤੇ, ਪਰ ਉਹਦੇ ਲਈ ਕੁਛ ਨਾ ਕੁਛ ਕਾਨੂੰਨ ਜ਼ਰੂਰ ਚਾਹੀਦੇ ਨੇ, ਕੌਣ ਆ ਸਕਦਾ ਕੌਣ ਨਹੀਂ ਆ ਸਕਦਾ। ਫੌਰਨ ਸਾਡੀ ਟ੍ਰੀਟੀਜ਼ ਨੇ ਜਿਹੜੀਆਂ, ਫੌਰਨ ਸਾਡੀ ਜਿਹੜੀਆਂ ਵਿਦੇਸ਼ ਨੀਤੀਆਂ ਨੇ ਉਹ ਖਖੜੀਆਂ ਕਕੜੀਆਂ ਕਰੇਲੇ ਹੋਈਆਂ ਪਈਆਂ ਨੇ। ਚੀਨ ਵਾਲਿਆਂ ਨਾਲ ਵਿਗੜ ਗਈ, ਉਧਰੋਂ ਫਿਲਪੀਨ ਵਾਲਾ ਗਾਲਾਂ ਕੱਢਦਾ ਕਹਿੰਦਾ ਆ ਕੇ ਕੰਟੇਨਰ ਛੱਡ ਦੂ ਪਾਣੀ ਚ, ਹੁਣ ਚੱਕੀ ਆਉਂਦੇ ਨੇ ਲੱਖ ਡੋੜ ਲੱਖ ਖਰਚਿਆ ਜਾਊ। ਪਹਿਲਾਂ ਭੇਜੇ ਕੰਪਨੀਆਂ ਨੇ ਜਿਹਨਾਂ ਨੇ ਬਿਜ਼ਨਸ ਕੀਤਾ, ਲੈ ਕੇ ਕੈਨੇਡਾ ਦੀ ਸਰਕਾਰ ਆਊ ਵਾਪਸ, ਫਿਰ ਹਾਲੇ ਉਹ ਗਰਕਣੇ ਨੇ ਵੱਢਣੇ ਨੇ ਟੁੱਕਣੇ ਨੇ ਪਲਾਸਟਿਕ, ਫਿਰ ਉਹ ਰਚਾਉਣਾ ਕਿਤੇ ਕਿਤੇ ਨਾ ਕਿਤੇ ਸਾਊਦੀ ਅਰਬ ਦੇ ਨਾਲ ਸਾਡੀ ਵਿਗੜ ਗਈ। ਸੋ ਇਸ ਨੂੰ ਬੈਲੈਂਸ ਕਰਕੇ ਰੱਖਣ ਦੀ ਲੋੜ ਹੈ। ਪਿਆਰ ਤੇ ਉਹ ਸਾਊ ਸੁਨੱਖਾ ਹੱਸਦਾ ਉਹਨੂੰ ਕਰੋਂਗੇ ਕੀ, ਸਿੰਘ ਚੋਪੜਿਆ ਹੋਇਆ ਨੂੰ ਕਰੋਂਗੇ ਕੀ, ਜਾਂ ਪੰਜਾਲੀ ਦਿੱਤੀ ਗੋਡਣੀ ਲੱਗ ਗਈ ਉਹਨੂੰ ਕੀ ਕਰੋਂਗੇ, ਨਗੌਰ ਤੋਂ ਲਿਆਉਂਦੇ ਹੋਏ ਚੜ੍ਹਵੀ ਮੁਤਰੀ ਵਾਲੇ ਨੂੰ ਕੀ ਕਰੋਂਗੇ ਉਸ ਨੂੰ। ਗੱਲ ਇਹ ਆ ਦੇਸ਼ ਚਲਾਉਣੇ ਸੌਖੇ ਨਹੀਂ, ਦੇਸ਼ ਨੂੰ ਚਲਾਉਣ ਦੇ ਲਈ ਸਹਿਰਦ ਲੋਕ ਚਾਹੀਦੇ ਨੇ, ਜਿਹੜੀ ਬੰਨੀ ਹੋਈ ਚੀਜ਼ ਪੁਰਖਿਆਂ ਨੇ ਕੀਤੀ ਮਿਹਨਤ ਉਸ ਦੇਸ਼ ਨੂੰ ਸਾਵੇਂ ਰੱਖਣਾ। ਕੱਲ ਮੈਂ ਗੱਲ ਕਰਦਾ ਵੀ ਸਿਰਾਂ ਨੂੰ ਕੀ ਕਰੋਂਗੇ, ਗਿਣਤੀਆਂ ਨੂੰ ਕੀ ਕਰੋਂਗੇ, ਹਾਂ 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 ਜੀ ਹੱਸ ਲਓ ਜੀ ਖੇਡ ਲਓ ਜੀ, ਸਾਡੇ 18 ਚਲੇ ਗਏ, ਸਾਡੇ 20 ਚਲੇ ਗਏ, ਸਾਡੇ ਉੱਤੇ 7 ਚਲੇ ਗਏ, ਕਰੋਂਗੇ ਕੀ। ਜਦ ਭੀੜੀ ਪਈ ਤੇ ਕੋਈ ਖੜੇ ਨਾ, ਜਵਾਕ ਸਾਡੇ ਮਰ ਰਹੇ ਨੇ, ਮਰੇ ਹੋਏ ਜਵਾਕਾਂ ਦੇ ਉੱਪਰ ਰਾਜਨੀਤੀ ਹੋਈ ਪਿਛਲੇ 2 ਸਾਲ ਸਰੀ ਦੇ ਵਿੱਚ ਠੋਕ ਕੇ, ਇਹ ਵੇਖ ਆਪ ਸਰੀ ਨੂੰ ਰੋਕੋ ਜੀ, ਇਹ ਕੌਣ ਨੇ, 2.5 ਟੋਟਰੂ ਨੇ, ਇਹ 2.5 ਟੋਟਰੂ ਕੀ ਸਮਝਦੇ ਨੇ ਸਾਡੇ ਰਾਹੀਂ ਪਾਣੀ। ਇੱਕ ਹੰਕਾਰਿਆ ਹੋਇਆ ਨੇਤਾ ਸਾਹਿਬ ਉਹ ਸਦਾ ਹੀ ਇਉਂ ਕਹਿੰਦਾ ਇਕੱਠਾਂ ਚ, ਪਾਣੀ ਪੁਲਾਂ ਥੱਲੇ ਲੰਘਣਾ, ਪਾਣੀ ਪੁਲਾਂ ਥੱਲੇ ਲੰਘਣਾ, ਪਰ ਇਹ ਨੀ ਪਤਾ ਜਦ ਸੁਨਾਮੀ ਆਉਂਦੀ ਆ ਪੁਲਾਂ ਦੇ ਉੱਪਰ ਦੀ ਜਾਂਦਾ ਪਾਣੀ, ਫਿਰ ਪੁਲ ਲੱਭਦੇ ਨੀ, ਦੂਜੇ ਦਿਨ ਅਗਲਾ ਦੇਖਦਾ ਇੱਥੇ ਕਿ ਸੀ ਕਿਤੇ ਪੁਲ, ਹੋ ਪਏ ਗਾਡਰ। ਦੂਸਰੀ ਜਿਹੜੀ ਮੈਂ ਗੱਲ ਕਰਨੀ ਚਾਹੁੰਦਾ ਤੁਹਾਡੇ ਨਾਲ ਉਹ ਇਹ ਹੈ ਕਿ ਰੈਪਟਰਸ ਤੇ ਸਾਡੀ ਟੋਰਾਂਟੋ ਦੀ ਟੀਮ ਤੇ ਗੋਲਡਨ ਸਟੇਟ ਵਾਰੀਅਰਸ ਜਿਹੜੇ NBA ਦੇ ਚੈਂਪੀਅਨ ਰਹੇ ਨੇ ਪਿਛਲੇ ਸਾਲਾਂ ਚ, ਉਹਨਾਂ ਦੀ 5ਵੀਂ ਗੇਮ ਸੀ ਕੱਲ, ਜਿਹਦੇ ਵਿੱਚ 1 ਪੁਆਇੰਟ ਤੇ ਅਖੀਰ ਦੇ ਵਿੱਚ ਵਾਰੀਅਰ ਜਿੱਤ ਗਏ 1 ਪੁਆਇੰਟ ਤੇ। ਡੁਰੈਂਟ ਉਹਨਾਂ ਦਾ ਬਹੁਤ ਵਧੀਆ ਸਿਰੇ ਦਾ ਪਲੇਅਰ ਆ, ਵਰਲਡ ਦਾ ਟੌਪ ਪਲੇਅਰ ਦੇ ਵਿੱਚੋਂ, ਉਹਦੀ ਗਿੱਟੇ ਦੀ ਸੱਟ ਹੈ, ਖੇਲਣ ਲੱਗਿਆ ਤੇ ਖੇਲ ਨਾ ਸਕਿਆ। ਹੁਣ ਤੱਕ ਉਹਨਾਂ ਦੇ ਹਾਰਨ ਦਾ ਵੱਡਾ ਕਾਰਨ ਇਹ ਹੈ ਕਿਉਂਕਿ ਡੁਰੈਂਟ ਤੇ ਦੀ ਗੇਮ ਹੈ ਜਿਹੜੀ, ਉਹ ਤੇ ਕਰੀ ਦੀ ਗੇਮ ਦੋਨੇ ਰਲ ਕੇ ਬਹੁਤ ਵਧੀਆ ਪਲੇਅਰ ਖੇਲਦੇ ਆ। ਰੈਪਟਰਸ ਦੀ ਕੋਲ ਹਾਲੇ 2 ਹੋਰ ਗੇਮਾਂ ਤੇ 3-2 ਹੈ, ਉਹਨਾਂ ਨੇ 1 ਹੁਣ ਅਗਲੀ ਜਿਹੜੀ ਹੈ ਉਹ ਸੈਨ ਫਰਾਂਸਿਸਕੋ ਦੇ ਨੇੜੇ ਹੋਣੀ ਹੈ ਤੇ ਲਾਸਟ ਜਿਹੜੀ ਗੇਮ ਹੈ ਉਹ ਹੋਣੀ ਹੈ ਟੋਰਾਂਟੋ ਦੇ ਵਿੱਚ। 1 ਗੇਮ ਜਿੱਤਦੇ ਆ ਤਾਂ NBA ਦੇ ਚੈਂਪੀਅਨ ਬਣਦੇ ਆ। ਸੋ ਇਹ ਬੜੀ ਟਫ ਜਿਹੜੀ ਕੱਲ ਦੀ ਗੇਮ ਸੀ, ਬਹੁਤ ਲੋਕਾਂ ਨੇ ਪਸੰਦ ਕੀਤੀ ਤੇ ਡੁਰੈਂਟ ਦੇ ਜਦ ਉਹਨੇ ਛਾਲ ਮਾਰੀ ਤੇ ਗਿੱਟੇ ਦੀ ਸੱਟ ਜਿਹੜੀ ਉਸੇ ਸਮੇਂ ਹੋਈ ਤਾਂ ਕਿਸੇ ਨੇ ਰੈਪਟਰ ਵਾਲੇ ਪਾਸਿਓਂ ਲਲਕਰੇ ਮਾਰਤੇ ਤਾਂ ਇਸ ਗੱਲ ਨੂੰ ਬਹੁਤ ਮਾੜਾ ਮੰਨਿਆ ਗਿਆ। ਫਾਰਵਰਡ ਹੈ ਕੈਵਨ ਡੁਰੈਂਟ, ਉਹਨਾਂ ਦਾ ਬਹੁਤ ਵਧੀਆ ਪਲੇਅਰ ਹੈ ਤੇ ਇਸ ਤਰ੍ਹਾਂ ਨੀ। ਨੈਬ ਭਾਟੀਏ ਉਹਨੂੰ ਸੁਪਰ ਫੈਨ ਨੇ ਰੈਪਟਰ ਦੇ ਬੱਲੇ ਬੱਲੇ ਕਰਾਈ ਪਈ ਹੈ। ਨੈਬ ਭਾਟੀਏ ਦਾ ਜਦ ਨਾਂ ਆਉਂਦਾ ਤਾਂ ਨਾਲ ਹੀ ਕਮਿਊਨਿਟੀ ਦਾ ਵੀ ਨਾਂ ਆਉਂਦਾ ਤੇ ਵਧੀਆ ਲੱਗਦਾ ਇਸ ਦੇ ਵਿੱਚ ਜਦ ਉਹ ਤੁਰੇ ਫਿਰਦੇ ਆ ਤੇ ਚੰਗਾ ਲੱਗਦਾ। ਸੋ ਇਹ ਹੁਣ ਅਗਲੀ ਗੇਮ ਜਿਹੜੀ ਹੈ ਉਹ ਹੋਣੀ ਹੈ ਸੈਨ ਫਰਾਂਸਿਸਕੋ ਦੇ ਵਿੱਚ, ਵਿਨੀਪੈਗ ਦੇ ਵਿੱਚ ਇੱਕ ਬੰਦਾ ਜਿਹੜਾ ਫੜਿਆ ਗਿਆ ਸੀ ਪਿਛਲੇ ਸਾਲ ਪੈਬਾਓ, ਉਸਨੇ
ਇੱਕ ਅੰਟੈਰੀਓ ਤੋਂ ਲਿਆ ਕੇ ਦੋਸਤ ਕੁੜੀ ਦੇ ਨਾਲ ਐਡਾ ਜ਼ੁਲਮ ਕੀਤਾ ਉਸਨੇ, ਹੁਣ ਉਹਨੇ ਦੱਸਿਆ ਕਿ ਜਦ ਲੋਕਾਂ ਨੂੰ ਦੱਸਿਆ ਕਿ ਮੇਰੇ ਨਾਲ ਹੋਇਆ ਕੀ ਹੈ, ਮੇਰੇ ਨਾਲ ਇਹ ਕਰਦਾ ਕੀ ਰਿਹਾ। ਉਹ ਕਹਿੰਦੀ ਫਰੀਜ਼ਰ ਦੇ ਵਿੱਚ ਨਾ, ਫਰੀਜ਼ਰ 'ਚ ਪਲੱਗ ਕੱਢ ਕੇ ਫਰੀਜ਼ਰ ਦੇ ਵਿੱਚ ਕਹਿੰਦੀ ਮੈਨੂੰ ਪਾ ਦਿੰਦਾ, ਤੇ ਦੇਹ ਵਪਾਰ ਦੇ ਵਿੱਚ ਉਹਨੂੰ ਭੇਜਦਾ, ਦੇਹ ਵਪਾਰ ਦੇ ਪੈਸੇ ਕਮਾਉਂਦਾ। ਦੇਹ ਵਪਾਰ ਵੀ ਕਾਹਦਾ, 26 ਸਾਲਾਂ ਦੀ ਵਿਕਟੋਰੀਆ ਮੋਰਿਸਨ ਨੇ ਲੋਕਾਂ ਦੇ ਸਨਮੁਖ ਹੋ ਕੇ ਗੱਲ ਦੱਸੀ, ਤੇ ਨਾਲ ਉਸਨੇ ਕਹਿ ਦਿੱਤਾ ਕਿ ਬਿਲਕੁਲ ਵੀ ਇਹਦੇ ਤੇ ਮੇਰੇ ਜਿਹੜੀ ਵੀ ਮੈਂ ਗੱਲਬਾਤ ਦੱਸਣੀ ਹੈ ਇਹਦੇ ਤੇ ਬਿਲਕੁਲ ਇਸਨੂੰ ਜਨਤਕ ਹੋਣ ਤੋਂ ਰੋਕਿਓ ਨਾ, ਮੈਂ ਲੋਕਾਂ ਨੂੰ ਦੱਸਣੀ ਚਾਹੁੰਦੀ। ਵਿੰਡਜ਼ਰ ਤੋਂ ਅੰਟੈਰੀਓ ਤੋਂ ਉਹਨੂੰ ਵਿਨੀਪੈਗੋ ਲੈ ਆ ਗੱਲਾਂ ਮਾਰ ਕੇ, 26 ਸਾਲ ਦੀ ਇਸ ਇਸਤਰੀ ਨਾਲ ਬਹੁਤ ਉਹਨੇ ਮਾੜਾ ਸਲੂਕ ਕੀਤਾ। ਉਹ ਕਹਿੰਦੀ ਮੈਂ ਮਰਨਾ ਚਾਹੁੰਦੀ ਸੀ, ਪਰ ਫਿਰ ਮੇਰੇ ਮਨ 'ਚ ਆਉਂਦੀ ਕਿਤੇ ਨਾ ਕਿਤੇ ਕਿ ਕਿਵੇਂ ਨਾ ਕਿਵੇਂ ਮੈਂ ਬਚਣਾ ਇੱਥੋਂ। ਉਹਦੇ ਕਰਾਊਨ ਅਟੋਰਨੀ ਜੈਨੀਫਰ ਮੈਨ ਨੇ ਦੱਸਿਆ ਕਿ ਇਸ ਨੂੰ ਅਬਿਊਜ਼ ਕਰਨ ਲਈ 30 ਸਾਲ ਦਾ ਐਂਡਰਿਸ ਮਾਈਕਲ ਪੈਬਾਓ ਹਿਊਮਨ ਟ੍ਰੈਫਿਕਿੰਗ ਦੇ ਲਈ ਉਹਨੇ ਗਿਲਟੀ ਆਪਣੇ ਆਪ ਨੂੰ ਪਲੀ ਕੀਤਾ, ਫੋਰਸੀਬਲ ਕਨਫਾਈਨਮੈਂਟ ਅਬਸਟ੍ਰਕਸ਼ਨ ਜਸਟਿਸ ਅੱਗੇ ਅੰਦਰ ਹੈ, 10 ਸਾਲ ਦੀ ਉਹਨੂੰ ਸਜ਼ਾ ਬੋਲੀ ਹੈ, ਤੇ 6 ਸਾਲ 10 ਮਹੀਨੇ 19 ਦਿਨ ਹੋਰ ਰਹਿਣਾ। ਇਹੋ ਜਿਹੇ ਜਿਹੜੇ ਕ੍ਰਿਮੀਨਲ ਲੋਕ ਨੇ ਉਹ ਬਾਹਰ ਨਿਕਲ ਕੇ ਕੀ ਭੱਦਰਕਾਰੀ ਕਰਨਗੇ, ਇਹਨਾਂ ਨੇ ਉਹੀ ਕਰਨਾ ਜਿਹੜਾ ਪਹਿਲਾਂ ਕਰਨਾ। ਤੇ ਉਹ ਕਹਿੰਦਾ ਇਸਤਰੀਆਂ ਨੂੰ ਉਹ ਪ੍ਰੈਸ ਦੇ ਨਾਲ ਸਾੜਦਾ, ਇਲੈਕਟ੍ਰੀਕਲ ਜਿਹੜੇ ਬਿਜਲੀ ਦੇ ਝਟਕੇ ਲਾਉਂਦਾ, ਤੇ ਮੈਨੂੰ ਫਰੀਜ਼ਰ ਨੇ ਲੌਕ ਕਰ ਦੇਣਾ ਪਲੱਗ ਕੱਢ ਕੇ, ਤੇ ਫਿਰ ਅੱਖਾਂ ਬੰਨ੍ਹ ਦੇਣੀਆਂ, ਹੱਥ ਪਿੱਛੇ ਮੁਸ਼ਕਾਂ ਬੰਨ੍ਹ ਦੇਣੀਆਂ, ਫਿਰ ਛੱਤ ਦੇ ਨਾਲ ਜਿਹੜਾ ਲਮਕਾ ਦੇਣਾ ਤਾਰ ਦੇ ਨਾਲ ਬੰਨ ਕੇ। ਪਰ ਉਹ ਕਹਿੰਦੀ ਕਿਤੇ ਨਾ ਕਿਤੇ ਮੇਰੇ ਮਨ ਦੇ ਵਿੱਚ ਸੀ ਕਿ ਮੈਂ ਪਿੱਛੇ ਜਾਣਾ, 10 ਮਹੀਨੇ ਉਹਦੇ ਨਾਲ ਜ਼ੁਲਮ ਹੋਇਆ, ਉਹ ਤੋਂ ਪੈਸੇ ਕਮਾਏ ਜਾਂਦੇ, ਤੇ ਉਹ ਕਿਵੇਂ ਨਾ ਕਿਵੇਂ ਆਪਣੇ ਆਪ ਨੂੰ ਉਸਨੇ ਜਾਗਦੀ ਰੱਖਿਆ ਵੀ ਮੈਂ ਨਿਕਲਣਾ ਇਹਦੇ ਚ। ਅਖੀਰ ਇੱਕ ਉਹਦਾ ਕਸਟਮਰ ਜਿਹਦੇ ਤੋਂ ਉਹ ਪੈਸੇ ਕਮਾਉਂਦੀ, ਡਾਲਰ ਕਮਾਉਂਦੀ, ਉਹਨੂੰ ਉਸਨੇ ਫੋਨ ਕੀਤਾ ਇਸ ਨੂੰ ਕਹਿ ਕੇ ਕਿ ਮੈਂ ਉਹ ਤੋਂ ਸਿਗਰਟਸ ਮੰਗਾ ਲਵਾਂ। ਉਹ ਕਹਿੰਦਾ ਹਾਂ ਹਾਂ ਮੰਗਾ ਲੈ, ਕਿਉਂਕਿ ਇਹ ਵੀ ਪੀਂਦਾ। ਜਦ ਉਹ ਆਇਆ ਤੇ ਉਹਦੇ ਨਾਲ ਉਹ ਭੱਜ ਗਈ ਬਾਹਰ, ਜਾ ਕੇ ਸਿੱਧੀ ਪੁਲਿਸ ਸਟੇਸ਼ਨ ਗਈ, ਇਹ ਬੰਦਾ ਫੜਿਆ ਗਿਆ। ਫਿਰ ਤੁਸੀਂ ਵੇਖ ਸਕਦੇ ਹੋ ਇਹਨਾਂ ਦੇਸ਼ਾਂ ਦੇ ਵਿੱਚ ਜਦ ਤੁਸੀਂ ਗਲਤ ਹਾਥੀ ਚੜ ਜਾਂਦੇ ਹੋ ਤਾਂ ਫਿਰ ਕੀ ਹੁੰਦਾ। ਜਵਾਕਾਂ ਦੇ ਨਾਲ ਇਹ ਨੌਜਵਾਨ ਜਿਹੜੀਆਂ ਖਾਸ ਤੌਰ ਤੇ ਧੀਆਂ, ਉਹਨਾਂ ਨਾਲ ਸ਼ੇਅਰ ਕਰਨ ਦੀ ਲੋੜ ਹੈ ਵਿਕਟੋਰੀਆ ਮੋਰਿਸਨ ਦੀ ਇਹ ਕਹਾਣੀ ਕਿ ਕੀ ਹੋ ਸਕਦਾ, ਕਿਸ ਤਰ੍ਹਾਂ ਗੜਬੜ ਹੋ ਸਕਦੀ ਹੈ। ਸੋ ਇਸ ਤੋਂ ਬਚਣ ਦੀ ਲੋੜ ਹੈ। 12 ਵੱਜ ਗਿਆ ਜੀ ਪੂਰੇ, ਤੇ ਇਸ ਘੰਟੇ ਦੇ ਵਿੱਚ ਮੈਂ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਕਿ ਸਰੀ ਦੇ ਵਿੱਚ ਐਥਿਕ ਕਮਿਸ਼ਨਰ ਤੇ ਸਰੀ RCMP ਦੀ ਜਗ੍ਹਾ ਸਰੀ ਪੁਲਿਸ ਡਿਪਾਰਟਮੈਂਟ। 11:20 ਤੋਂ ਆਪਾਂ ਸ਼ੁਰੂ ਕਰਾਂਗੇ ਗੱਲਬਾਤ। ਉਸ ਤੋਂ ਪਹਿਲਾਂ ਇੱਕ ਖਬਰ ਦੇ ਰਿਹਾ ਜਿਹੜੀ ਹੁਣੇ ਆਈ ਹੈ। ਤੁਹਾਨੂੰ ਪਤਾ ਇੱਕ 2007 ਦੇ ਵਿੱਚ ਵੈਨਕੂਵਰ ਏਅਰਪੋਰਟ ਤੇ ਇੱਕ ਪੋਲਿਸ਼ ਇਮੀਗ੍ਰੈਂਟ ਆਇਆ ਜਿਸਦੀ ਮਾਂ ਕਲੋਨੇ ਤੋਂ ਲੈਣ ਉਸਨੂੰ ਬਾਹਰ ਬੈਠੀ, ਤੇ ਉਹਨੂੰ ਭਾਸ਼ਾ ਆਉਂਦੀ ਨਹੀਂ ਸੀ। ਕਿਹੜੇ ਕਾਰਨ ਹੀ ਉਹ ਅੰਦਰ ਏਅਰਪੋਰਟ ਤੇ ਖੋਜਲ ਗਿਆ, ਵਿਗੜ ਗਿਆ, ਸਿਗਰਟ ਦੀ ਤਲਬ, ਪਤਾ ਨਹੀਂ ਕੀ ਕੁਛ। ਅਖੀਰ ਚਾਰ RCMP ਅਫੀਸਰ ਤੇ ਇੱਕ ਬੰਦਾ, ਟ੍ਰੇਨਿੰਗ ਜਿਹੜੀ RCMP ਦੇ ਅਫੀਸਰ ਦੀ ਹੈ ਉਹ ਨੋਰਮਲ ਨਹੀਂ ਹੈ, ਪਰ ਉਹ ਬਾਈ ਬੁਕਸ ਜਾਣਾ ਉਹਨਾਂ ਨੇ,
ਜਿਹੜਾ ਕੁਛ ਲਿਖਿਆ ਉਸ ਤਰ੍ਹਾਂ ਹੀ ਜਾਣਾ, ਉਹਨਾਂ ਨੇ ਅਧਿਕਾਰ ਖੇਤਰ ਤੋਂ ਬਾਹਰ ਨਹੀਂ ਜਾਣਾ। ਚਾਰਾਂ ਨੇ ਬਿਜਲੀ ਝਟਕੇ ਵਾਲੀ ਜਿਹੜੀ ਅਖੀਰ ਗਨ ਹੈ ਉਹਦੇ ਵਿੱਚੋਂ ਤੇਜ਼ਰ ਮਾਰ ਕੇ ਤੇ ਧੱਕਤਾ ਬੰਦਾ ਤੇ ਪੁੱਠਾ ਹੋ ਕੇ ਜਦ ਗਿਰਿਆ ਜਾ ਕੇ ਜਿਵੇਂ ਫੜਦੇ ਨੇ ਪੁੱਠਾ ਕਰਕੇ ਗੋਡਾ ਪਿੱਛੇ ਗਰਦਨ ਦੇ ਮਣਕੇ ਤੇ ਰੱਖ ਕੇ ਮੁਸ਼ਕਾਂ ਬੰਨੀਆਂ ਤੇ ਬੰਦਾ ਦਮ ਤੋੜ ਗਿਆ। ਉਹਦੇ ਬਾਅਦ ਸ਼ੁਰੂ ਹੋਈ ਫਿਰ ਕਹਾਣੀ, ਕੇਸਾਂ ਦੀ, ਝੂਠ ਬੋਲਣ ਦੀ ਕਹਾਣੀ ਜਿਹੜੀ ਚੱਲੀ। ਇੱਕ ਨੇ ਗਾਂ ਲਗਰ ਵਰਗਾ ਮੁੰਡਾ ਜਿਹੜਾ ਗੱਡੀ ਥੱਲੇ ਦੇ ਕੇ ਮਾਰ ਲਿਆ ਰੋਬਿਨਸਨ ਨੇ, ਤੇ ਮੁੜ ਕੇ ਉੱਥੋਂ ਭੱਜ ਗਿਆ। ਦੇਖੋ ਤੁਸੀਂ ਕਾਨੂੰਨ ਦੇ ਰਾਖੇ ਜਿਹੜੇ ਨੇ ਫਿਰ ਕੀ ਕਰਦੇ। ਉੱਥੋਂ ਭੱਜ ਗਿਆ, ਜਦ ਫੜਿਆ ਪੁਲਿਸ ਨੂੰ ਜਾਂ ਸ਼ਰਾਬ ਪੀਤੀ, ਕਹਿੰਦਾ ਮੈਂ ਉੱਥੋਂ ਆ ਕੇ ਪੀਤੀ ਹੈ। ਹੁਣ ਇੱਕ ਹੋਰ ਹੈ ਇਹਦੇ ਵਿੱਚ, ਗੈਰੀ ਰੰਡਲ ਉਸਦਾ ਨਾਂ ਹੈ। ਗੈਰੀ ਰੰਡਲ ਨੇ ਆਰ ਸੀ ਐਮ ਪੀ ਅਫੀਸਰ, ਇੱਕ ਜਿਹੜੇ ਚਾਰ ਸੀ ਉਹਨਾਂ ਦੇ ਵਿੱਚੋਂ ਇੱਕ ਸੀ ਕੌਂਸਟੇਬਲ, ਜਿਹੜਾ ਪਰਜਰੀ ਦੇ ਕੇਸ ਦੇ ਵਿੱਚੋਂ ਜਿਸ ਤੇ ਕੇਸ ਸੀ ਕਿ ਉਸਨੇ ਜਿਹੜੀ ਪਬਲਿਕ ਇਨਕੁਆਇਰੀ 'ਚ ਟੈਸਟਮਨੀ ਦਿੱਤੀ ਸੀ ਉਹ ਝੂਠ ਬੋਲਿਆ ਸੀ, ਉਹਦੇ ਵਿੱਚੋਂ ਉਹ ਬਰੀ ਹੋ ਗਿਆ ਸੀ। ਉਸਨੇ ਇਹ ਚਾਰ ਜਿਹੜੇ ਅਫੀਸਰ ਸੀ ਉਹਨਾਂ ਦੇ ਵਿੱਚੋਂ ਇਹ ਇੱਕ ਸੀ, ਤੇ ਉਹਦੇ ਵਿੱਚੋਂ ਜਦ ਉਹ ਨਿਕਲ ਗਿਆ, ਹੁਣ ਉਹਨੇ ਆਰ ਸੀ ਐਮ ਪੀ ਦੇ ਅਫੀਸਰ ਜਿਹੜੇ ਨੇ, ਆਰ ਸੀ ਐਮ ਪੀ ਦੀ ਐਡਮਿਨਿਸਟ੍ਰੇਸ਼ਨ ਆ ਜਿਹੜੀ, ਉਹਦੇ ਤੇ ਕੰਪਲੇਂਟ ਜਿਹੜੀ ਕਮਿਸ਼ਨ ਨੂੰ ਕੀਤੀ ਹੈ ਜਿਹੜੀ ਆਰ ਸੀ ਐਮ ਪੀ ਦੀ, ਉਹ ਕਹਿੰਦੇ ਵੀ ਰਿਸਪੋਂਸੀਬਿਲਟੀ ਤਾਂ ਲਈ ਨਹੀਂ ਕਿ ਅਸਲ ਟੇਜ਼ਰ ਜਿਹੜੀ ਟ੍ਰੇਨਿੰਗ ਤੇ ਪਾਲਿਸੀ ਆ ਜਿਹੜੀ ਉਹਦੀ ਰਿਸਪੋਂਸੀਬਿਲਟੀ ਤਾਂ ਸਾਡੇ ਸੀਨੀਅਰਸ ਦੇ ਆ ਜਿਹੜੇ ਸਾਨੂੰ ਸਿਖਾਉਂਦੇ ਆ, ਉਲਟਾ ਸਾਡੇ ਸਿਰਾਂ ਤੇ ਮਰਤਾ ਕਿ ਚਾਰੇ ਅਫੀਸਰਸ ਨੇ ਗਲਤ ਕੀਤਾ ਬੰਦਾ ਮਾਰਤਾ। ਉਹ ਇਹ ਹੁੰਦਾ ਵੀ ਇਹੀ ਆ, ਸੁਪੀਰੀਅਰ ਜਿਹੜੇ ਨੇ ਸਦਾ ਜਿਹੜੇ ਇੰਪਲਾਈ ਨੇ ਥੱਲੜੇ ਨੇ ਜਿਹੜੇ ਉਹਨਾਂ ਦੇ ਮੋਢਿਆਂ ਤੇ ਸਿੜ ਦਿੰਦੇ ਨੇ। ਇਹੀ ਕਾਰਨ ਹੈ ਸਰੀ ਆਰ ਸੀ ਐਮ ਪੀ ਦੇ ਵਿੱਚ ਡੈਸਕ ਤੇ ਬੈਠੇ ਵਰਦੀਆਂ ਪਾ ਕੇ ਉਹਨਾਂ ਦੀ ਗੱਲ ਜਿਹੜੀ ਚੱਲ ਰਹੀ ਹੈ। ਮੇਅਰ ਇਹ ਕਹਿ ਰਿਹਾ ਵੀ ਜਿਹੜੇ ਡੈਸਕ ਤੇ ਬੈਠੇ ਨੇ ਇਹਨਾਂ ਨੂੰ ਮੈਂ ਬਾਹਰ ਭੇਜਣਾ, ਸੜਕਾਂ ਤੇ ਵੱਧ ਹੋਣਗੇ। ਹੁਣ ਇਹ ਕੌਂਸਟੇਬਲ ਰੰਡਲ ਇਹ ਕਹਿ ਰਿਹਾ ਕਿ ਸਾਡੀ ਗਲਤੀ ਨਹੀਂ ਸੀ, ਸਾਨੂੰ ਤਾਂ ਜਿਵੇਂ ਦੱਸਿਆ ਗਿਆ ਉਸੇ ਤਰ੍ਹਾਂ ਹੀ ਅਸੀਂ ਕੀਤਾ, ਬਾਈ ਬੁੱਕਸ ਜਿਵੇਂ ਅਸੀਂ ਜਾਂਦੇ ਹਾਂ। ਤੇ ਉਹਨੂੰ ਝਟਕਾ ਹੀ ਬਿਜਲੀ ਦਾ ਇੰਨਾ ਦਿੱਤਾ ਤੇ ਬੰਦਾ ਮਰ ਗਿਆ। ਹੁਣ ਇਹ ਕੇਸ ਬੜਾ ਦੂਰ ਤੱਕ ਚੱਲਿਆ ਤੇ ਹੁਣ ਆਪਣੀ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਇਹਨਾਂ ਅਫੀਸਰ ਦਾ ਹੋਣਾ ਇਹ ਖਾਸੀ ਵੱਡੀ ਗੱਲ ਹੈ। ਉਹ ਕਹਿੰਦੇ ਸਾਡੀ ਕੋਈ ਸਾਡਾ ਇਹ 'ਚ ਕਸੂਰ ਨਹੀਂ, ਜਿਵੇਂ ਸਾਨੂੰ ਦੱਸਿਆ ਉਸ ਤਰ੍ਹਾਂ ਅਸੀਂ ਕੀਤਾ। ਇੱਕ ਖਬਰ ਹੋਰ ਸ਼ੁਰੂ ਦੇ ਵਿੱਚ ਮੈਂ ਦੱਸਾਂ ਕਿ ਨੌਜਵਾਨ ਗਾਇਕ ਹੈ ਜਿਹੜਾ ਸਿੱਧੂ ਮੂਸੇਵਾਲਾ, ਮੂਸੇਵਾਲਾ ਪਿੰਡ ਮਾਨਸਾ ਦੇ ਨੇੜੇ ਹੈ, ਸਿੱਧੂ ਮੂਸੇਵਾਲੇ ਨੇ ਸਰੀ ਚ ਗਾਉਣ ਆਉਣਾ ਸੀ ਤੇ ਇੱਕ ਫੈਸਟੀਵਲ ਜਿਹੜਾ ਕਰਾਇਆ ਜਾਣਾ ਸੀ 5X ਫੈਸਟੀਵਲ, ਤੇ ਉਹਦੇ ਵਿੱਚ ਹੁਣ ਪੁਲਿਸ ਨੇ ਕਿਹਾ ਕਿ ਜਨਤਕ ਸੁਰੱਖਿਆ ਲਈ ਖਤਰਾ ਦੱਸ ਕੇ, ਕਿਉਂਕਿ ਜਦ ਵੀ ਸਿੱਧੂ ਨੇ ਗਾਇਆ ਲੜਾਈ ਹੁੰਦੀ ਹੈ, ਕਿਉਂ ਉਹਦੇ ਉਹਨੂੰ ਚਾਹੁਣ ਵਾਲੇ ਸੁਣਨ ਵਾਲੇ ਨੌਜਵਾਨ ਵਰਗ ਹੈ। ਆਜ਼ਾਦੀ ਜਿਹੜੀ ਹੈ ਉਹਦੇ ਤਹਿਤ ਤੁਸੀਂ ਕਿਸੇ ਨੂੰ ਰੋਕ ਤਾਂ ਸਕਦੇ ਨਹੀਂ ਕਿ ਕੋਈ ਕੀ ਗਾਵੇ, ਕਿਉਂਕਿ ਖੁੱਲ੍ਹੀ ਮਾਰਕੀਟ ਹੈ ਅਤੇ ਉਸਨੂੰ ਪਸੰਦ ਕਰਨ ਵਾਲੇ ਕਹਿੰਦੇ ਨੇ ਕਿ ਸਾਡੇ ਅਸੀਂ ਉਹਨੂੰ ਪਸੰਦ ਕਰਦੇ ਹਾਂ।
ਤੇ ਬਹੁਤ ਜਲਦੀ ਤਰੱਕੀ ਉਸਨੇ ਕੀਤੀ ਕਿਉਂਕਿ ਮਿਲੀਅਨਸ ਆਫ ਹਿੱਟ ਜਿਹੜੇ ਨੇ ਉਸ ਨੂੰ ਸੁਣਦੇ ਨੇ ਯੂਟਿਊਬ ਤੇ। ਪਰ ਸਰੀ ਚ ਜਦ ਵੀ ਸਿੱਧੂ ਆਉਂਦਾ ਤਾਂ ਉੱਥੇ ਲੜਾਈ ਜਦ ਹੁੰਦੀ ਹੈ ਤਾਂ ਇਹਦੇ ਲਈ ਮੇਅਰ ਤੇ ਕੌਂਸਲ ਨੇ ਰਲ ਕੇ ਉਹ ਪਰਮਿਟ ਤੋਂ ਮਨਾਹੀ ਕਰਤੀ। ਮਨਦੀਪ ਨਾਗਰਾ ਸਿਟੀ ਕੌਂਸਲ ਨੇ ਜਿਹੜੇ ਉਹਨਾਂ ਨੇ ਕਿਹਾ ਕਿ ਨੋ, ਅਸੀਂ ਇਸ ਗੱਲ ਦੀ ਮਨਾਹੀ ਕੀਤੀ ਕਿ ਅਸੀਂ ਨਹੀਂ। ਪੁਲਿਸ ਨੇ ਬਾਅਦ ਚ ਐਕਟ ਕੀਤਾ ਇਹਦੇ ਤੇ, ਪਹਿਲਾਂ ਅਸੀਂ ਉਸਨੂੰ ਜਿਹੜਾ ਅਲਾਓ ਹੀ ਨਹੀਂ ਕੀਤਾ। ਸੋ ਇਹ ਜਿਹੜੀ ਇਸ਼ੂ ਹੈ ਉਹ ਬੜਾ ਟਫ ਇਸ਼ੂ ਹੈ ਤੇ ਸ਼ਹਿਰ ਨੂੰ ਸੁਰੱਖਿਅਤ ਰੱਖਣ ਲਈ ਸ਼ਹਿਰ ਦਾ ਜਿਹੜਾ ਇੰਚਾਰਜ ਹੈ, ਜਿਹੜਾ ਸ਼ਹਿਰ ਦੀ ਜਿਹੜੀ ਵਾਗਡੋਰ ਵੋਟਾਂ ਪਾ ਕੇ ਹੱਥ ਚ ਦੇ ਦਿੱਤੀ, ਮੇਅਰ ਤੇ ਕੌਂਸਲ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਮੇਅਰ ਤੇ ਕੌਂਸਲ ਨੇ ਵਹਿੰਦਿਆਂ ਸਾਰੇ ਕੁਝ ਡਿਸੀਜ਼ਨ ਜਿਹੜੇ ਉਹਨਾਂ ਨੇ ਮੈਨੀਫੈਸਟੋ ਚ ਲਏ ਸੀ ਉਸ ਤੇ ਕੰਮ ਕਰਨਾ ਸ਼ੁਰੂ ਕੀਤਾ, ਜਿਹਦੇ ਵਿੱਚ ਸਰੀ ਪੁਲਿਸ ਡਿਪਾਰਟਮੈਂਟ ਤੇ ਸਰੀ ਸਕਾਈ ਟ੍ਰੇਨ ਦੋ ਕੰਮ। ਜਿਹੜੀ ਜਿਹੜੀ ਉਹ ਗੱਲ ਮੇਅਰ ਨੇ ਕੀਤੀ, ਡਗ ਮੁਕੱਲਮ ਉਹਨਾਂ ਦਾ ਪਿਛਲਾ ਵੀ ਰੈਕਡ ਇਹੀ ਦੱਸਦਾ ਕਿ ਜਿਹਦੇ ਜਿਹੜਾ ਵੀ ਉਹ ਕੰਮ ਕਹਿੰਦੇ ਆ ਉਹ ਕਰਦੇ ਆ। ਤੇ ਸ਼ਹਿਰ ਨੂੰ ਵਧੀਆ ਬਣਾਉਣ ਲਈ ਆਪ ਉਹ ਸਾਊਥ ਸਰੀ ਚ ਰਹਿੰਦੇ ਆ, ਸਾਊਥ ਸਰੀ ਇੱਧਰ ਦੀ ਸਰੀ ਦੇ ਨਾਲੋਂ ਜੇ ਦੇਖੀਏ ਉੱਥੇ ਸੜਕਾਂ ਤੇ ਉੱਥੇ ਪੁਲਿਸ ਦੀ ਗਸ਼ਤ, ਉੱਥੇ ਕ੍ਰਾਈਮ ਰੇਟ, ਉੱਥੇ ਸਕੂਲ, ਆਲੇ ਦੁਆਲੇ ਪਾਣੀ 16, ਅਸਲ ਵਾਈਟ ਰੌਕ ਆ ਜਿਹੜਾ 16 ਐਵਨਿਊ ਤੋਂ ਸਾਊਥ ਵਾਲੇ ਪਾਸੇ ਆ। ਪਲੀਜ਼ ਸਾਊਥ ਸਰੀ ਤੇ ਵਾਈਟ ਰੌਕ ਨੂੰ ਰਲ ਗੱਡ ਨਾ ਕਰਿਆ ਕਰੋ। ਜੇ ਕਿਸੇ ਨੂੰ ਪੁੱਛ ਕਿੱਥੇ ਰਹਿਣਾ, ਵਾਈਟ ਰੌਕ, ਵਾਈਟ ਰੌਕ 16 ਐਵਨਿਊ ਤੋਂ ਪਰਲੇ ਬੰਨਿਆ, 15, 14, 13, 12, 11 ਮਰੀਨ ਡਰਾਈਵ ਤੱਕ, 16 ਤੋਂ ਇੱਧਰ ਸਾਊਥ ਸਰੀ ਹੈ। ਉਹ ਚ ਫਿਰ ਨੇਬਰਹੁੱਡਸ ਨੇ ਮੋਰਗਨ ਕ੍ਰੀਕ ਹੈ ਤੇ ਬੀਚ ਵਾਲਾ ਏਰੀਆ, ਕ੍ਰਿਸਟਨ ਬੀਚ ਵਾਲਾ ਏਰੀਆ, ਉੱਥੇ ਸਭ ਸੁੱਖ ਸਾਂਦ ਹੈ। ਮੇਅਰ ਚਾਹੇ ਆਪ ਉੱਥੇ ਰਹਿੰਦੇ ਹੈ ਪਰ ਉਹਨਾਂ ਨੇ ਇਹ ਗੱਲ ਪੱਕੀ ਕਰ ਦਿੱਤੀ ਕਿ ਮੈਂ ਇਸ ਨੂੰ ਸੁਰੱਖਿਅਤ ਰੱਖਣਾ। ਸੋ ਸੁਰੱਖਿਅਤ ਰੱਖਦੇ ਰੱਖਦੇ ਉਸ ਤੇ ਸਰੀ ਪੁਲਿਸ ਡਿਪਾਰਟਮੈਂਟ ਦੀ ਗੱਲ ਚੱਲੀ ਹੈ। ਅਸਲ RCMP ਜਿਹੜੀ ਹੈ ਉਹਨੇ ਜਿਹੜਾ ਰੋਲ ਨਿਭਾਇਆ ਉਹ ਆਪਣੇ ਹਿਸਾਬ ਦੇ ਨਾਲ ਠੀਕ ਆ, ਪਰ ਸ਼ਹਿਰ ਬਹੁਤ ਵੱਡਾ ਹੋ ਗਿਆ। 5.5 ਲੱਖ ਦੇ ਕਰੀਬ ਗਿਣਤੀ ਹੈ, 1.5 ਲੱਖ ਦੇ ਕਰੀਬ ਵਿਜ਼ਟਰ ਤੇ ਸਟੂਡੈਂਟ, 6 ਲੱਖ ਵਿਦਿਆਰਥੀ ਨੇ। 6 ਲੱਖ ਵਿਦਿਆਰਥੀਆਂ ਚੋਂ 3.5 ਲੱਖ ਦੇ ਕਰੀਬ ਵਿਦਿਆਰਥੀ ਟੋਰਾਂਟੋ ਦੇ ਏਰੀਏ ਚ ਨੇ ਤੇ 1.5 ਲੱਖ ਤੁਹਾਡੀ ਮੈਟਰੋ ਵੈਨਕੂਵਰ ਦੇ ਏਰੀਏ ਚ ਨੇ ਤੇ ਉਸ ਤੋਂ ਬਾਅਦ 1 ਲੱਖ ਦੇ ਕਰੀਬ ਐਡਮਿੰਟਨ, ਕੈਲਗਰੀ, ਵਿਨੀਪੈਗ। ਸੋ ਗਿਣਤੀ ਸ਼ਹਿਰ ਦੇ ਵਿੱਚ ਵੈਨਕੂਵਰ ਸਰੀ ਦੀ 6-6.5 ਲੱਖ ਦੇ ਕਰੀਬ ਗਿਣਤੀ ਹੈ ਤੇ 3 ਲੱਖ ਤੋਂ ਵੱਧ ਵਸੋਂ ਵਾਲੇ ਕਿਸੇ ਸ਼ਹਿਰ ਦੇ ਵਿੱਚ RCMP ਹੈ ਨਹੀਂ ਹੁਣ। ਤੇ RCMP ਦੇ ਵਿੱਚ ਜਿੰਨੇ ਅਫੀਸਰ ਨੇ ਉਹਦੇ ਵਿੱਚ ਲੋਕਲ ਵੀ ਕੁਛ ਹੋਣਗੇ ਪਰ ਕੁਛ ਬਹੁਤ ਬਾਹਰਲੇ ਨੇ ਐਡਮਿਨਿਸਟ੍ਰੇਸ਼ਨ, ਉਹਨਾਂ ਦਾ ਇੱਕ ਕੰਮ ਕਰਨ ਦਾ ਸਟਾਈਲ ਹੈ। ਨੈਸ਼ਨਲ ਪੁਲਿਸ ਆ ਉਹ, ਸਰੀ ਪੁਲਿਸ ਡਿਪਾਰਟਮੈਂਟ ਦੀ ਫਾਈਲ ਹੈ ਜਿਹੜੀ ਹੁਣ ਉਹ ਸੋਲਿਸਿਟਰ ਜਨਰਲ ਦੇ ਕੋਲ ਪਈ ਆ, ਮਾਈਕ ਫਾਰਨਵਰਥ ਦੇ ਕੋਲ। ਉੱਥੋਂ ਅਪਰੂਵਲ ਹੋ ਕੇ ਫਿਰ ਇਸ ਗੱਲ ਨੇ ਅੱਗੇ ਵਧਣਾ। ਇਸ ਹਿੱਸੇ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ, ਇੱਕ ਰਾਤ ਸੋਮਵਾਰ ਨੂੰ ਇੱਕ ਜਿਹੜਾ ਵੱਡਾ ਵਾਅਦਾ ਮੇਅਰ ਡਗ ਮੁਕੱਲਮ ਨੇ ਤੇ ਉਸਦੀ ਟੀਮ ਨੇ ਕੀਤਾ ਸੀ, ਇੱਕ ਐਥਿਕ ਕਮਿਸ਼ਨਰ ਲਿਆਉਣ ਲਈ, ਐਥਿਕ ਕਮਿਸ਼ਨਰ, ਪਾਰਦਰਸ਼ੀ ਸਿਸਟਮ ਲਿਆਉਣ ਲਈ। ਤੇ ਲੋਬੀਐਸਟ ਜਿੰਨੇ ਨੇ ਕੰਮ ਚ ਸ਼ਹਿਰ ਦੇ ਵਿੱਚ ਕੰਮ ਕਰਾਉਣ ਵਾਲੇ ਵੱਡੀਆਂ ਕੰਪਨੀ ਦੇ ਲੋਬੀਐਸਟ, ਉਹ ਰਜਿਸਟਰਡ ਕਰਨ ਲਈ, ਤੇ ਜਿਹੜਾ ਕੋਈ ਵਿਸਲ ਬਲੋਅਰ ਹੈ ਅੰਦਰ ਕੰਮ ਕਰਦਾ ਜਿਹਨੇ ਸੀਟੀ ਮਾਰੀ ਕਿ ਉਹ ਆਹ ਕੁਛ ਹੁੰਦਾ, ਉਹਦੀ ਨੌਕਰੀ ਨੂੰ ਸੁਰੱਖਿਅਤ ਰੱਖਣ ਲਈ, ਇਹ ਕੱਲ ਰਾਤ ਇਸ ਤੇ ਗੱਲਬਾਤ ਕੀਤੀ ਗਈ। ਇਹ ਪਹਿਲਾ ਹੋਇਆ ਕੈਨੇਡਾ ਦੇ ਵਿੱਚ ਕਿਸੇ ਵੀ ਮਿਊਨਸਪੈਲਿਟੀ ਚ ਜਿੱਥੇ ਐਥਿਕ ਕਮਿਸ਼ਨਰ ਲਾਇਆ। ਉਹਦੇ ਪਿੱਛੇ ਇੱਕ ਵਜ੍ਹਾ ਹੈ, ਉਹਦੀ ਵਜ੍ਹਾ ਇਹ ਹੈ ਕਿ ਸਰੀ ਦੇ ਇਸ ਦਫ਼ਤਰ ਦੇ ਵਿੱਚ ਰਾਈਵਲੀ ਜਿਹੜੀ ਹੋਈ ਪਹਿਲਾਂ ਡਗ ਮੁਕੱਲਮ ਦੇ ਸਮੇਂ ਅਮਿੰਦਰਾ ਮਿੱਤਲ ਸਿਟੀ ਮੈਨੇਜਰ, ਤੇ ਜਦ ਦੀਆਂ ਗੱਲਾਂ ਚੱਲੀਆਂ ਹੋਈਆਂ ਸਾਰੇ ਲੋਕਾਂ ਚ ਇਹ ਜਨਤਕ ਨੇ
ਕਿ ਕਿਹੜੇ ਬੰਦਿਆਂ ਦਾ ਕੀ ਕੰਮ ਸ਼ਹਿਰ 'ਚ ਹੋਇਆ। 15-18 ਵਰੇ ਪਹਿਲਾਂ ਇਹ ਸਿਫਾਰਿਸ਼ ਦੇ ਨਾਲ 5 ਲਾਟਾਂ ਤੋਂ 6 ਬਣਾ ਦੇਵਾਂਗੇ, 6 ਤੋਂ 7 ਬਣਾ ਦੇਵਾਂਗੇ, ਇਹ ਗੱਲਾਂ ਜਿਹੜੀਆਂ ਸ਼ੁਰੂ ਹੋਈਆਂ। ਤੇ ਪਤਾ ਕਿਹੜੇ ਬੰਦਿਆਂ ਨੇ ਸ਼ਹਿਰ ਦੇ ਇਸ ਦਫ਼ਤਰ ਦੇ ਵਿੱਚ ਜਾ ਕੇ ਸ਼ੁਰੂ ਕੀਤੀ ਇਹ ਗੱਲ, ਯਾਰੀ ਦੇ ਨਾਲ ਕੰਮ ਕਰਾਉਣ ਦਾ ਜਿਹੜਾ ਪੰਜਾਬੀ ਸਟਾਈਲ ਹੈ ਉਹ ਸ਼ੁਰੂ ਹੋਇਆ। ਇਹ ਮਾੜਾ ਨਹੀਂ ਹੈ ਕੰਮ ਕਰਾਉਣ ਦਾ। ਫੈਡਰਲ, ਪ੍ਰੋਵਿੰਸ਼ੀਅਲ, ਨੈਸ਼ਨਲ ਤੇ ਉਸ ਤੋਂ ਬਾਅਦ ਮਿਊਂਸੀਪਲ ਦੇ ਵਿੱਚ ਲੌਬੀਇਸਟ ਰਜਿਸਟਰਡ ਹੁੰਦੇ ਆ, ਉਹਦੇ ਬਾਅਦ ਉਹ ਰਜਿਸਟਰ ਕਰਕੇ ਕੰਮ ਕਰਾਉਣ, ਉਹਦੇ ਚੋਂ ਆਪਣੀ ਤਨਖਾਹ ਲੈਣ, ਤਨਖਾਹ ਦੇ ਵਿੱਚੋਂ ਫਿਰ ਸਰਕਾਰਾਂ ਨੂੰ ਟੈਕਸ ਦੇਣ। ਇਹ ਲੀਗਲ ਪ੍ਰੋਸੀਜਰ ਹੈ। ਪਰ ਜਦ ਪੰਜਾਬੀ ਸਟਾਈਲ ਚੱਲਦਾ ਹੈ ਫਿਰ ਆਪਾਂ ਨੂੰ ਪਤਾ ਲੱਗਿਆ, ਮੰਨ ਲਓ ਮਾਲ ਜਦ ਲੋਕ ਹੋਏ ਉਹਦੇ ਕਾਰਨ ਕੀ ਸੀ, ਕੰਮ ਰੁਕਿਆ ਤੇ ਕਿਹੜੇ ਬੰਦੇ ਨੂੰ ਸ਼ਹਿਰ 'ਚ ਮਿਲਣਾ, ਕਿਹਦੇ ਕਹੇ 'ਤੇ ਕੰਮ ਹੋਣਾ, ਇਹ ਵੀ ਲੋਕਾਂ ਨੂੰ ਪਤਾ ਸੀ। ਐਡਾ ਕੈਂਸਰ ਫੈਲਾਇਆ ਸਿਸਟਮ ਦੇ ਵਿੱਚ, ਸਿੱਧੇ ਕੰਮ 'ਚ ਚੱਲਦਾ ਚੱਲਦਾ ਹੀ ਬੰਦਾ ਕਹਿੰਦਾ ਯਾਰ ਫਲਾਣੇ ਨੂੰ ਲੱਭੋ, ਉਹਨੂੰ ਕਹੀਏ ਉਹ ਮਦਦ ਕਰੂ, ਇਉਂ ਨਹੀਂ ਹੋਣਾ, ਇਹ ਗੱਲ ਚੱਲ ਪਈ। ਤੇ ਹੁਣ ਇਹ ਐਥਿਕ ਕਮਿਸ਼ਨਰ ਇਹਨਾਂ ਚੀਜ਼ਾਂ 'ਤੇ ਨਿਗਾਹ ਰੱਖੂਗਾ, ਉਹ ਲੱਭੂਗਾ ਕਿ ਕੀ ਹੋਇਆ, ਕੀ ਕਿਵੇਂ ਹੋਣਾ, ਲੌਬੀਇਸਟ ਕਿਹੜੇ ਨੇ, ਕੰਮ ਕਿਹੜਾ ਕਰਾਉਂਦੇ ਨੇ। ਸ਼ਹਿਰ ਦੇ ਵਿੱਚ ਵਿਕਟਮ ਬਹੁਤ ਰਹੋਗੇ ਲੋਕ, ਪ੍ਰੋਪਰਟੀਆਂ ਜਿਹਨਾਂ ਨੂੰ ਪਤਾ ਨਹੀਂ ਸੀ ਕਿ ਫੀਜ਼ੇਬਲ ਸਟੱਡੀ ਕੀ ਹੁੰਦੀ ਹੈ, ਕਿਵੇਂ ਕਰਨੀ ਹੈ, ਇਹ 'ਚ ਇਨਵਾਇਰਮੈਂਟਲ ਇੰਜੀਨੀਅਰ ਕਿੱਥੋਂ ਲਿਆਉਣਾ, ਉਹ ਨਾਲ ਕੀ ਗੱਲ ਕਰਨੀ ਹੈ, ਇਹਦੇ 'ਚ ਆਰਕੀਟੈਕਟ ਨੂੰ ਕਿੱਥੇ ਇੰਟਰੋਡਿਊਸ ਕਰਾਉਣਾ, ਅਤੇ ਇਹ ਇੰਜੀਨੀਅਰ ਕਿਹੜੇ ਹਾਇਰ ਕਰਨੇ ਨੇ, ਉਹ ਕਿਵੇਂ ਦੱਸਣਗੇ ਲੋਟਾਂ ਕਿੰਨੀਆਂ ਵੱਡੀਆਂ ਕਿੰਨੀਆਂ ਛੋਟੀਆਂ। ਅਤੇ ਕਈ ਧੋਖੇਬਾਜ਼ ਭਮੱਕੜਾਂ ਨੇ 50x150 ਫੁੱਟ ਦੀਆਂ ਲੋਟਾਂ ਕਹਿ ਕੇ ਵੇਚਤੀਆਂ, ਰਹਿ ਗਈਆਂ 50x90 ਦੀਆਂ ਜਾਂ ਲੋਕਾਂ ਨੇ ਕੰਪਲੀਟ ਕੀਤੀਆਂ, 6-6, 7-7 ਲੋਟਾਂ ਦੀ ਠੱਗੀ ਜਿਹੜੀ ਐਨ ਕਹਿ ਕੇ ਵੱਜੀ। ਉੱਚ ਫੇਰ ਘੱਟ ਹੈ ਵੱਧ ਹੈ ਇੱਕ ਦੂਜੇ ਦੀਆਂ ਗੱਲਾਂ, ਪਰ ਗਰੁੱਪ ਦੇ ਤੌਰ 'ਤੇ ਇਹ ਪ੍ਰੋਪਰਟੀਆਂ ਵਿਕੀਆਂ। ਫਿਰ ਸਰਕਾਰੇ ਦੁਆਰੇ ਜਿਹਦੀ ਕੋਈ ਜਗ੍ਹਾ ਨਹੀਂ, ਉਹ ਸ਼ਹਿਰ ਦੀਆਂ ਸੜਕਾਂ 'ਤੇ ਸ਼ਹਿਰ ਦੇ ਦਫ਼ਤਰਾਂ 'ਤੇ ਧੱਕੇ ਖਾਂਦਾ ਰਿਹਾ ਵਰਿਆਂ ਵਧੀ ਉਹ ਲੋਕ। ਅਤੇ ਫਿਰ ਜਦ ਮਾਲਕ ਜਿਨ੍ਹਾਂ ਨੇ ਵੇਚੀ ਇਹਨਾਂ ਨੂੰ ਕਿਹਾ ਯਾਰ ਮੇਰੇ ਨਾਲ ਧੱਕਾ ਹੋਇਆ ਤੁਸੀਂ ਕਰੋਗੇ, ਨਾ ਵੇਚਤੀ ਤਾਂ ਵੇਚਤੀ, ਹੁਣ ਸਾਡਾ ਇਹ 'ਚ ਕੋਈ ਕੰਮ ਨਹੀਂ। ਕਿਉਂਕਿ ਇਹ ਉਹ ਅਸਰਦਾਰ ਲੋਕ ਸੀ ਜਿਨ੍ਹਾਂ ਨੂੰ ਸਿਟੀ ਦੇ ਵਿੱਚੋਂ ਪਤਾ ਲੱਗਦਾ ਕਿ ਸਿਟੀ ਨੇ ਇਹ ਜਗ੍ਹਾ ਲੈ ਜਾਣੀ ਆ, ਵੇਚੋ, ਨਹੀਂ ਤਾਂ ਕਿਹੜੀ ਛਪਾਕੀ ਨਿਕਲ ਆਉਂਦੀ ਆ। 5-7 ਮਹੀਨੇ ਬਾਅਦ ਕੰਪਲੀਟ ਕੀਤੀ ਪ੍ਰੋਪਰਟੀ ਤੇ ਸ਼ਹਿਰ ਨੇ ਆ ਕੇ ਝੰਡੇ ਗੜਤੇ, ਆ ਲਿਆਓ ਜੀ ਦਿਓ 50-50 ਫੁੱਟ ਸਾਰੀਆਂ ਲੋਟਾਂ 'ਚੋਂ, ਇਹ 10 ਨੇ 8 ਨੇ 7 ਨੇ, ਜਾਂ ਇਹ ਮਿਨਿਸਟਰੀ ਆਫ ਫਿਸ਼ਰੀ ਓਸ਼ਨ ਦੇ ਨੇ ਜੀ, ਇੱਥੇ ਪਾਣੀ ਇਹਦੇ ਐਡੀ ਦੂਰ ਆ, ਇਹਦੇ 'ਚ ਆਹ ਇਸ਼ੂ ਆ, ਇਹਦੇ 'ਚ ਤਾਂ ਹੁਣ ਮੱਛੀਆਂ ਦੇ ਪੂੰਗ ਪੈਦਾ ਹੋ ਗਏ, ਪਾਣੀ ਖੜ ਗਿਆ। ਉਹ ਕਲੀਅਰ ਬਦਮਾਸ਼ੀ ਜਿਹੜੀ ਸ਼ੁਰੂ ਹੋਈ ਸ਼ਹਿਰ ਦੇ ਦਫ਼ਤਰਾਂ ਦੇ ਵਿੱਚ ਤੇ ਲੋਕਾਂ 'ਚ ਗੱਲ ਸ਼ੁਰੂ ਹੋਈ, ਤੇ ਅਸੀਂ ਐਕਸੈਪਟ ਕਰਕੇ ਇਹਨਾਂ ਵਾਇਰਸ ਫੈਲਾਉਣ ਵਾਲੇ ਲੋਕਾਂ ਨੂੰ ਤਰੱਕੀਆਂ ਦਿੱਤੀਆਂ, ਕਿਉਂਕਿ ਸਾਡੇ ਗੁਲਾਮੀ ਦੀ ਜਿਹੜੀ ਜ਼ਿਹਨੀਅਤ ਹੈ, ਤਕੜੇ ਨੂੰ ਸਲਾਮਾਂ ਕਰਨ ਦੀ ਇੱਕ ਜਿਹੜੀ ਜ਼ਿਹਨੀਅਤ ਹੈ, ਪਰ ਉਹਦੇ ਪਿੱਛੇ ਕਿ ਕੱਲ੍ਹ ਸਾਡੇ ਨਾਲੇ ਤੁਰਦੇ ਫਿਰਦੇ ਬੰਦੇ ਅੱਜ ਕਰੋੜਾਂ ਪਤੀ ਕਿਵੇਂ ਹੋ ਗਏ, ਉਸ ਗੱਲ ਦੀ ਤਹਿ ਤੱਕ ਨਹੀਂ ਅਸੀਂ ਗਏ ਨਾ। ਅੱਜ ਦੇ ਸਮੇਂ ਤੱਕ ਚੁੱਕ ਚੁੱਕ ਕਰ ਦੋ ਸਲਾਮਾਂ, 2-2 ਅੱਖਾਂ ਵਾਲੇ ਫਿਰ ਹੋ ਗਏ ਸ਼ੁਰੂ। ਉਸ ਚੀਜ਼ ਨੇ ਇੰਨਾ ਬਲ ਦਿੱਤਾ, ਜਦ ਪੈਸਾ ਭਾਰੂ ਹੋ ਗਿਆ, ਪੈਸੇ ਨੇ ਜ਼ੋਰ ਫੜ ਲਿਆ, ਪੈਸੇ ਕਰਕੇ ਲੋਕ ਝੁਕਣ ਲੱਗ ਗਏ। ਹੁਣ ਗੱਲ ਹੋਰ ਹੈ, ਹੁਣ ਲੋਕ ਇਸ ਗੱਲ 'ਤੇ ਪੱਕੀ ਕਹਾਣੀ ਹੋ ਗਈ ਕਿ ਜਿੱਧਰ ਪੈਸੇ ਵਾਲੇ ਖੜਨਗੇ ਉਹਨਾਂ ਨੂੰ ਵੋਟਾਂ ਨਹੀਂ ਪੈਣੀਆਂ। ਤੁਸੀਂ ਦੇਖ ਲਓ ਵੋਟਾਂ ਦੇ ਵਿੱਚ ਕੀ ਹੋਇਆ, ਪਿਛਲੀਆਂ 2-3 ਵਾਰ ਦੀਆਂ ਵੋਟਾਂ 'ਚ ਕਹਾਣੀ ਕੀ ਕੀਤੀ, ਦੱਸਿਆ ਹੀ ਨਹੀਂ, ਰਾਹ ਹੀ ਨਹੀਂ ਪਾਇਆ ਵੋਟਰਾਂ ਨੇ, ਦੱਸਿਆ ਹੀ ਨਹੀਂ ਕਿਸੇ ਨੂੰ। ਉਹ ਕਹਿੰਦੇ ਵੀ ਅੱਛਾ ਫਲਾਣੇ ਪਾਸੇ ਫਲਾਣੇ ਖੜੇ ਨੇ, ਡਨ, ਹੁਣ ਨਹੀਂ ਪਾਉਣੀ ਵੋਟ, ਵੋਟ ਅਲੱਗ ਹੋ ਗਈ। ਤੇ ਇਹ ਜਿਹੜਾ ਹੁਣ ਐਥਿਕ ਕਮਿਸ਼ਨਰ ਬਣਾਉਣਾ ਹੈ, ਉਹ ਇਹਨਾਂ ਚੀਜ਼ਾਂ ਦਾ ਖਿਆਲ ਰੱਖੋ। ਵਪਾਰਕ ਸੰਦੇਸ਼ਾਂ ਤੋਂ ਬਾਅਦ ਇਸ ਦੇ ਬਾਰੇ ਤੁਹਾਡੀਆਂ ਗੱਲਾਂ ਬਾਤਾਂ, ਸਰੀ ਪੁਲਿਸ ਡਿਪਾਰਟਮੈਂਟ ਬਾਰੇ ਗੱਲ, ਤੇ ਉਸ ਤੋਂ ਬਾਅਦ ਐਥਿਕ ਕਮਿਸ਼ਨਰ, ਵਿਸਲ ਬਲੋਰ ਜਿਹੜੇ ਨੇ ਅੰਦਰ ਉਹਨਾਂ ਦੀ ਨੌਕਰੀ ਦੀ ਸੁਰੱਖਿਆ, ਤੇ ਲੌਬੀਇਸਟ ਜਿਹੜੇ ਨੇ ਜਾ ਕੇ ਸੜਕ ਜਿਹੜੇ ਕੰਮ ਕਰਾਉਂਦੇ ਆ ਸ਼ਹਿਰ ਦੇ ਇਸ ਦਫ਼ਤਰ 'ਚ, ਉਹ ਰਜਿਸਟਰਡ ਹੋਣ, ਇਹ ਗੱਲ ਜਿਹੜੀ ਹੋਣੀ ਚਾਹੀਦੀ ਹੈ। ਭਾਈਚਾਰੇ ਦੇ ਵਿੱਚੋਂ ਵੀ ਨੇ ਬੰਦੇ ਜਿਹੜੇ ਕੰਮ ਕਰਾਉਂਦੇ ਆ, ਪਰ ਵੱਡੀਆਂ ਕੰਪਨੀਆਂ ਦਾ 5-5, 7-7 ਟਾਊਨ ਹਾਊਸ ਬਣਦਾ, ਉਹ ਜਿਹੜਿਆਂ ਦੀਆਂ 100-100 ਲੋਟਾਂ ਬਣਦੀਆਂ, ਉਹਨਾਂ ਦੇ ਵੀ ਲੌਬੀਇਸਟ ਨੇ, ਇਹ ਨਹੀਂ ਹੈ ਕਿ ਸਾਡੇ ਹੀ ਨੇ।
ਅਸੀਂ ਸਾਡੇ ਕੰਮ ਕਰਨ ਦਾ ਸਟਾਈਲ ਹੋਰ ਹੈ, ਉਹਨਾਂ ਦਾ ਹੋਰ ਹੈ। ਵਪਾਰਕ ਸੁਨੇਸ਼ਾਂ ਤੋਂ ਬਾਅਦ ਤੁਹਾਡੀਆਂ ਕਾਲ 1844-247-1550। ਸਰੀ ਦੇ ਜਿਹੜੇ ਐਥਿਕ ਕਮਿਸ਼ਨਰ ਦਾ ਘੇਰਾ ਹੋਣਾ, ਉਹਦੇ ਵਿੱਚ ਉਹਨਾਂ ਨੇ ਕੌਂਸਲ ਤੇ ਵੀ ਨਿਗਾਹ ਰੱਖਣੀ ਹੈ ਕਿ ਕੌਂਸਲ ਦੇ ਵਿੱਚ ਕਿਹੜਾ ਪ੍ਰੋਜੈਕਟ ਆਇਆ, ਕਿਹੜਾ ਕੌਂਸਲਰ ਕਿਹੜੇ ਪ੍ਰੋਜੈਕਟ ਦੇ ਹੱਕ 'ਚ ਆ, ਕਿਹੜੇ ਅਗੇਂਸਟ ਆ, ਜੇ ਕੋਈ ਉਹਨਾਂ ਨੂੰ ਕੰਪਲੇਂਟ ਜਾਊ, ਜਾਂ ਫਿਰ ਇਸੇ ਆਧਾਰ ਤੇ ਇਹ ਵੀ ਹੋਏਗਾ ਕਿ ਵੋਟਾਂ ਵੇਲੇ ਕਿਹੜੇ ਕੌਂਸਲਰ ਨੇ ਕਿਹੜੀ ਸਿਚੁਏਸ਼ਨ ਕਿਹੜੀ ਪੋਜੀਸ਼ਨ ਲਈ, ਤੇ ਹੁਣ ਉਹ ਗੱਲ ਤੋਂ ਘੁੰਮ ਤਾਂ ਨਹੀਂ ਰਿਹਾ। ਇਹ ਵੀ ਐਥਿਕ ਕਮਿਸ਼ਨ ਦੇ ਥੱਲੇ ਆਉਣਾ ਚਾਹੀਦਾ, ਕਿਉਂਕਿ ਅਕਾਊਂਟੇਬਿਲਿਟੀ ਆ। ਲੋਕ ਐਥਿਕ ਕਮਿਸ਼ਨ ਨੂੰ ਕਹਿ ਸਕਦੇ ਆ ਕਿ ਆਹਾ ਆਹਾ ਮੈਨੀਫੈਸਟੋ ਦੇ ਵਿੱਚ ਇਹਨਾਂ ਲੋਕਾਂ ਨੇ ਗੱਲ ਕੀਤੀ ਤੇ ਹੁਣ ਉਹ ਭੱਜ ਕਿਉਂ ਰਹੇ ਨੇ, ਇਹ ਵੀ ਉਹਦੇ ਵਿੱਚ ਐਡ ਹੋ ਸਕਦਾ। ਤੇ ਬਾਕੀ ਕੰਮ ਕਰਨ ਦਾ ਸਟਾਈਲ, ਮੈਨੂੰ ਲੱਗਦਾ ਕਿ ਲੋਕ ਰਾਏ ਤੇ ਲੋਕਾਂ ਦਾ ਵਿਸ਼ਵਾਸ ਮੇਅਰ ਦੇ ਦਫ਼ਤਰ ਦੇ ਲਈ ਤੇ ਕੌਂਸਲਰ ਦੇ ਦਫ਼ਤਰ ਦੇ ਲਈ ਹੋ ਜਾਏਗਾ ਜੇ ਐਥਿਕ ਕਮਿਸ਼ਨ ਨਿਯੁਕਤ ਹੁੰਦਾ। ਉਹ ਕਿਵੇਂ ਹੋਊ, ਕਿਹੜਾ ਹੋਊ, ਪ੍ਰੋਸੀਜਰ ਕੀ ਹੋਊ, ਇਸ ਨੂੰ ਇਸ ਤੇ ਨਿਯੁਕਤ ਕੀਤਾ ਜਾਏਗਾ। ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ, ਜ਼ਰੂਰੀ ਹੈ। ਤੇ ਨਾਲ ਹੀ ਨਾਲ ਸਰੀ ਪੁਲਿਸ ਡਿਪਾਰਟਮੈਂਟ, ਜਿਹਦੇ ਲਈ ਗੱਡੀਆਂ ਦਾ ਰੰਗ, ਵਰਦੀਆਂ ਜਿਹੜੀਆਂ ਦਿਖਾਈਆਂ ਜਾ ਰਹੀਆਂ, ਰਿਪੋਰਟ ਚਲੇ ਗਈ ਹੈ। ਰਿਪੋਰਟ ਤੋਂ ਬਾਅਦ ਹੁਣ ਇਹ ਮੇਜ਼ ਤੇ ਪਈ ਹੈ ਸੋਲਿਸਟਰ ਜਨਰਲ ਦੇ। ਕੀ ਸੋਲਿਸਟਰ ਜਨਰਲ ਉਸ ਤੋਂ ਪਹਿਲਾਂ ਉਸਨੂੰ ਜਨਤਕ ਕਰਦੇ ਆ ਉਹਦੇ ਖਰਚਿਆਂ ਦੀ ਗੱਲ, ਕਿਉਂਕਿ ਖਰਚਿਆਂ ਦੇ ਬੰਨੀ ਬਹੁਤ ਲੋਕਾਂ ਦੇ ਵਿੱਚ ਇਹ ਕਹਾਣੀ ਸੀ ਕਿ ਮਿਲੀਅਨਸ ਆਫ ਡਾਲਰ ਵੱਧ ਲੱਗਣੇ, 10% ਦੇ ਕਰੀਬ, 11% ਦੇ ਕਰੀਬ ਵੱਧ ਜਿਹੜੀ ਕੋਸਟ ਆਉਣੀ ਹੈ। ਸੜਕ ਤੇ ਜਿਹੜੇ ਗਸ਼ਤੀ ਕਰਨ ਵਾਲੇ ਪੁਲਿਸ ਅਫੀਸਰ ਹੋਣਗੇ, ਉਹਨਾਂ ਦੀ ਗਸ਼ਤ ਕਰਨ ਵਾਲੇ ਉਹ ਵੱਧ ਹੋਣਗੇ। ਸੋ ਇਸ ਦੇ ਲਈ ਲੋਕਲ ਸਾਡੇ ਨੌਜਵਾਨ ਜਿੰਨੇ ਨੇ ਸਾਰੀਆਂ ਕਮਿਊਨਿਟੀਆਂ ਦੇ ਵਿੱਚੋਂ ਉਹ ਰਿਕਰੂਟਮੈਂਟ ਦੀ ਤਿਆਰੀ ਕਰਨ, ਇਹਨਾਂ ਦੇ ਸਪੈਸ਼ਲ ਜਿਹੜੇ ਕੋਰਸਿਸ ਨੇ ਜਸਟਿਸ ਇੰਸਟੀਚਿਊਟ ਦੇ ਵਿੱਚ ਕਰਾਇਆ ਜਾਂਦਾ, ਉੱਥੋਂ ਕੋਰਸ ਤੋਂ ਬਾਅਦ ਫਿਰ ਜਿਹੜੀਆਂ ਮਿਊਨਸੀਪਲ ਪੁਲਿਸ ਨੇ ਉਹ ਰੱਖਦੀਆਂ, ਪਤਾ ਨਹੀਂ ਕੋਈ ਹੋਰ ਰਿਕਰੂਟਮੈਂਟ, ਕਿਉਂਕਿ ਸਾਰੀ ਪੁਲਿਸ ਫੋਰਸ ਤਿਆਰ ਕਰਨੀ ਹੈ। ਹੋਰ ਵੀ ਹੋ ਸਕਦਾ, ਫਿੱਟ ਹੋਣੇ ਸ਼ੁਰੂ ਹੋਵੋ, ਤਨਖਾਹ ਵਧੀਆ ਹੋਣੀ ਹੈ, ਘਰ ਦੇ ਵਿੱਚ ਤੁਸੀਂ ਰਹਿਣਾ, ਤੇ ਤੁਸੀਂ ਸਰੀ ਦੀਆਂ ਗਲੀਆਂ, ਜਿਹੜੇ ਸਾਡੇ ਜਵਾਕ ਖਾਸ ਤੌਰ ਤੇ ਇਹਨਾਂ ਸਕੂਲਾਂ ਦੇ ਵਿੱਚ ਪੜ੍ਹੇ ਆ, ਜਿਹਨਾਂ ਨੂੰ ਪਤਾ ਕਿੱਧਰ ਦੇ ਰਸਤੇ ਕਿੱਧਰ ਜਾਂਦੇ ਆ। ਹੁਣ ਸਮਾਂ ਕਿ ਟਰਾਂਜੀਸ਼ਨ ਜਦ ਸੋਲਿਸਟਰ ਜਨਰਲ ਕਰ ਦਿੰਦਾ ਸਾਈਨ, ਉਸ ਤੋਂ ਬਾਅਦ ਇਹ ਜਿਹੜੀ ਟਰਾਂਜੀਸ਼ਨ ਹੋਣੀ ਆ 2 ਵਰਿਆਂ ਦੇ ਵਿੱਚ, ਉਹਦੇ ਵਿੱਚ ਰਿਕਰੂਟਮੈਂਟ ਹੋਵੇ। ਤੁਸੀਂ ਕੀ ਸੋਚਦੇ ਹੋ, ਇਹ ਐਥਿਕ ਕਮਿਸ਼ਨਰ ਠੀਕ ਹੈ, ਇਹਦਾ ਫਾਇਦਾ ਹੋਏਗਾ, ਜਾਂ ਜਿਹੜਾ ਅੰਦਰੋਂ ਸਿਸਟਮ ਦੇ ਵਿੱਚੋਂ ਜਿਹਨੇ ਵਿਸਲ ਬਲੋਕ ਕਰਨੀ, ਸਿਟੀ ਮਾਰ ਕੇ ਦੱਸਣਾ, ਉਹ ਉਸਦੀ ਨੌਕਰੀ ਸੁਰੱਖਿਅਤ ਰੱਖੀ ਜਾਵੇ? ਦੋ, ਤੀਸਰਾ, ਜਿਹੜੇ ਜਾ ਕੇ ਕੰਮ ਕਰਾਉਂਦੇ ਆਪਣੇ ਪ੍ਰਭਾਵ ਥੱਲੇ, ਉਹ ਲੌਬੀਇਸਟ ਰਜਿਸਟਰਡ ਹੋਣ। ਜੇ ਉੱਥੇ ਤੁਰਿਆ ਫਿਰਦਾ ਫਾਈਲਾਂ ਕੱਛ 'ਚ ਲਈ ਬੰਦਾ, ਉਹਨੂੰ ਕੌਂਸਲਰ ਦੇ ਪੁੱਛਣ, ਵੀ ਭਾਈ ਸਾਹਿਬ ਤੁਸੀਂ ਕੌਣ ਹੋ ਇਹ ਪ੍ਰੋਜੈਕਟ 'ਚ, ਤੁਸੀਂ ਕੀ ਕਰਦੇ ਫਿਰਦੇ ਹੋ ਇੱਥੇ? ਜੇ ਉਹ ਖੜਕੇ ਬੋਲਦਾ, ਆਲੇ ਦੁਆਲੇ ਤੁਰਿਆ ਫਿਰਦਾ ਦੱਸਦਾ ਕੋਈ, ਕਿਉਂਕਿ ਇਹ ਬਹੁਤ ਸਾਡੇ ਮਨ ਦੇ ਵਿੱਚ ਇਸਨੇ ਗਹਿਰਾ ਪ੍ਰਭਾਵ ਕੀਤਾ। ਲੋਕ ਦੁਖੀ ਹੋ ਗਏ ਇਸ ਗੱਲ ਤੋਂ ਕਿ ਯਾਰ ਜਿਹੜੇ ਸਿਸਟਮ 'ਚੋਂ ਆਏ, ਇੱਥੇ ਵੀ ਸਿਫਾਰਿਸ਼ ਵਾਲਾ ਕੰਮ ਹੈ। ਮਾਤੜ ਜੇ ਕੋਈ ਕਹੇ ਵੀ ਮੈਂ ਵੀ ਡਿਵੈਲਪਮੈਂਟ ਕਰ ਲਾ, ਉਹਦੀਆਂ ਗੋਡਣੀਆਂ ਲਵਾ ਦੇਣੀ ਨੇ 5-7 ਸਾਲਾਂ 'ਚ, ਉਹਨੂੰ ਕਹਿੰਦੇ ਦੇ ਮਿੱਟੀ ਦੇ ਭਾਅ ਸਿੱਟ ਕੇ ਦੇ ਕੇ ਜਾ, ਫਿਰ ਅਸੀਂ ਕਰਾਂਗੇ ਡਿਵੈਲਪ। ਪੰਗਾ ਇਹ ਲੈ ਨਾਲੋਂ ਫਿਜ਼ੀਬਲ ਸਟੱਡੀ ਕਰਨ ਤੋਂ ਬਾਅਦ ਫੇਰ ਜੀ ਉਹ ਅਸੀਂ ਦੇਖ ਲਿਆ ਇਹ ਜੰਡੀ ਦਾ ਭੌਣ 7-8 ਸਾਲ, ਤੇ ਕਈ ਵਾਰ ਵੱਡੀਆਂ ਢੁੱਠਾਂ ਵਾਲਿਆਂ ਦੇ ਕਹਿਣ ਤੇ ਤੁਸੀਂ ਨਾ ਸੋਚ ਲੈਂਦੇ ਵੀ ਇਹ ਹੋਜੂ ਕਹਾਣੀ, ਕੱਖ ਨਹੀਂ ਹੁੰਦਾ। ਕਾਗਜ਼ ਪੱਤਰ ਜਿਹੜੇ ਨੇ ਉਹਨਾਂ ਨੇ ਤਾਂ ਸਿਸਟਮ ਦੇ ਵਿੱਚ ਰਹਿ ਕੇ ਹੋਣਾ, ਔਰ ਪੁੱਛਦਾ ਹੀ ਨਹੀਂ ਕੋਈ, ਤੁਸੀਂ 1 ਲੱਖ ਗੇੜੇ ਮਾਰ ਲਓ, ਤੁਹਾਡਾ ਇੰਜੀਨੀਅਰ ਹਾਇਰ ਕਰ ਲਓ, ਉਹਨੇ ਪੈਸੇ ਲਈ ਜਾਣੇ ਨੇ, ਕੱਖ ਨਹੀਂ ਹੁੰਦਾ। ਫਿਜ਼ੀਬਲ ਸਟੱਡੀ ਬਹੁਤ ਜ਼ਰੂਰੀ ਹੈ। ਇੱਕ ਲੁੱਕ ਕੇ ਕਦੇ ਪ੍ਰੋਜੈਕਟ ਨਾ ਲਿਓ, ਜੇ ਕੋਈ ਕਹਿੰਦਾ ਨਾ ਨਾਲ ਦਾ ਬਾਹਰ ਨਾ ਦੱਸ ਦਿਓ, ਉਹ 10 ਵਾਰ ਦੱਸੋ ਤੇ 10 ਵਾਰ ਪੁੱਛੋ, ਜਿੱਦਣ ਲੋਕੇ ਲੈ ਲਿਆ ਤੁਸੀਂ ਫਸ ਗਏ ਬਸ। ਉਹਦੇ ਨਾਲੋਂ 5-4 ਲੱਖ ਜਾਂ 50,000 ਲੱਖ ਕੁਛ ਵੀ ਉਹ ਘਰੇ ਪਿਆ ਨਿਗਾਸ ਦਊ, ਕਿਤੇ ਲਾ ਨਾ ਬੈਠਿਓ, ਰੋਲ ਦਿੰਦੇ ਨੇ ਤੁਹਾਨੂੰ ਲੋਕ। ਇਹ ਬਹੁਤ ਔਖਾ ਕੰਮ ਹੈ, ਜਿਹਨਾਂ ਦੀ ਡਿਵੈਲਪਮੈਂਟ ਹੋਈ, ਜਿਹਨਾਂ ਕੋਲ 4 ਪੈਸੇ ਨੇ ਉਹ ਕਰਾ ਲੈਂਦੇ ਆ, ਤੇ ਜਿਹੜੇ ਨਵੇਂ ਨੇ ਨਵੇਂ ਐਗਜਿਸਟ ਨਹੀਂ ਕਰਦੇ। ਇਹ ਬੜਾ ਔਖਾ ਕੰਮ ਹੈ, ਸੌਖਾ ਨਹੀਂ ਹੈ, ਔਰ ਹਰ ਇੱਕ ਦੇ ਵੱਸ ਦੀ ਗੱਲ ਨਹੀਂ, ਕਿਉਂਕਿ ਹੁਣ 2-2 ਮਿਲੀਅਨ ਦਾ ਤਾਂ ਏਕੜ ਹੋਇਆ ਪਿਆ ਜਿਹੜਾ ਆਊਟ ਆਫ ALR ਹੈ, ਤੇ ਜਾਂ ਫਿਰ ਅਹ
वेटिंग वाला भी है, वेट करना महीना था आ जाता। सो इस दे लई पर पूरा करके कदे किसी दे नाल लगदी कि ओदी डिवेलप हो गई, ओदे तों तां कई बार सिटी जिहड़ी 100 मीटर अगे नहीं जांदी। ਇਹ ਯਾਦ ਰੱਖਿਓ, ਕਿਉਂਕਿ ਜੇ ਉਹਨਾਂ ਦੀ ਪ੍ਰਾਇਓਰਟੀ ਤੁਹਾਡਾ ਏਰੀਆ ਨਹੀਂ, ਕਿਉਂਕਿ ਉੱਥੇ ਬਹੁਤ ਕੁਛ ਹੋਣਾ, ਉੱਥੇ ਸਰਵਿਸਿਜ਼ ਪੈਣੀਆਂ ਨੇ, ਸੜਕਾਂ ਬਣਨੀਆਂ ਨੇ, ਉਹਨੂੰ ਅਫੀਸ਼ੀਅਲ ਕਮਿਊਨਿਟੀ ਪਲਾਨ ਦੇ ਵਿੱਚ ਲੈ ਕੇ ਆਉਣਾ, ਨੇਬਰਹੁੱਡ ਫੇਰ ਕਈ ਕੁਛ ਏਰੀਏ ਨੇ ਜਿਹਦੇ 'ਚ GVRD ਇਨਵੋਲਵ ਹੈ। ਸੋ ਕੱਚਾ ਕੰਮ ਨਾ ਕਦੇ ਕਰ ਲਿਓ। ਹੁਣ ਇਸ ਗੱਲ ਦੇ ਕਰਕੇ ਵਧੀਆ ਹੋਊਗਾ ਕਿ ਐਟਲੀਸਟ ਤੁਹਾਡੇ ਕੋਲ ਹੁਣ ਪਾਰਦਰਸ਼ੀ ਕੋਈ ਸਿਸਟਮ ਹੋਵੇ, ਕੋਈ ਅਫੀਸਰ ਹੋਵੇ, ਤੇ ਜਿਹੜਾ ਅਫੀਸਰ ਦੱਸੇ ਤੁਹਾਨੂੰ ਕਿ ਜਿਹਨੂੰ ਤੁਸੀਂ ਦੱਸ ਸਕੋ ਤੇ ਤੁਸੀਂ ਉਸਨੂੰ ਆਪ ਦੱਸੋ ਵੀ ਆਹ ਫਲਾਣੀ ਜਗ੍ਹਾ ਆਹ ਬੰਦਿਆਂ ਦੀ ਪ੍ਰੋਪਰਟੀ ਇਹ ਕਿਵੇਂ ਡਿਵੈਲਪ ਹੋ ਗਈ ਵੀ ਇੰਨਾ ਛੇਤੀ, ਅਸੀਂ ਬੈਠੇ ਹਾਂ। ਮਹੀਨਾ ਠਾ ਆ ਜਾਂਦਾ ਜਦ ਤੁਸੀਂ 5-7 ਮਿਲੀਅਨ ਬੈਂਕ ਦਾ ਲਿਆ ਹੋਇਆ ਨਾ, 20-25 ਹਜ਼ਾਰ ਦੀ ਜਿਹੜੀ 30,000-35,000 ਜੇ 5% ਤੇ ਵੀ ਲਿਆ ਤਾਂ ਤੁਸੀਂ 4% ਤੇ ਵੀ ਲਿਆ, ਠਾ ਆ ਜਾਂਦੇ ਨੇ, ਉਹ ਪਤਾ ਹੀ ਨਹੀਂ ਲੱਗਦਾ ਮਹੀਨਾ ਕਾਹਦਾ ਆਉਂਦਾ। ਬਹੁਤ ਔਖਾ ਕੰਮ ਹੈ, ਸਾਲ ਦੀ 3-4 ਲੱਖ ਦੀ ਕਿਸ਼ਤ ਦੇਣੀ, ਜੇ 5-7 ਸਾਲ ਦੇਈ ਤੇ 2-3 ਮਿਲੀਅਨ ਗਿਆ, ਤੁਹਾਡਾ ਗਿਆ ਸਭ ਕੁਛ ਸੜਕ ਤੇ ਹੋ। ਇਹ ਬਹੁਤ ਔਖਾ ਪ੍ਰੋਸੈਸ ਹੈ। ਕਈ ਵਾਰ ਤੁਸੀਂ ਕਿਸੇ ਨੂੰ ਆਲੇ ਦੁਆਲੇ ਵੇਖ ਕੇ ਡਿਵੈਲਪਰਾਂ ਨੂੰ, ਔਰ ਇਹ ਬਹੁਤ ਇੱਕ ਮੰਦਭਾਗ ਇਸ ਸ਼ਹਿਰ ਦਾ ਹੋਇਆ ਵੀ ਕੁਛ ਕੁ ਡਿਵੈਲਪਰ ਇੱਥੇ ਡਿਵੈਲਪ ਕਰਨ ਲੱਗ ਗਏ, ਜਿਹੜੇ ਕੱਲ ਤੁਹਾਡੇ ਨਾਲ ਤੁਰੇ ਫਿਰਦੇ ਹੱਥੀ ਕੰਮ ਕਰਦੇ ਲੋਕ, ਕੋਈ ਇੱਟਾਂ ਲਾਉਂਦਾ, ਕੋਈ ਸਟੱਕੋ ਕਰਦਾ, ਕੋਈ ਬੇਰੀ ਬੀਜਦਾ, ਕੋਈ ਕੁਛ ਕਰਦਾ, ਤੇ ਉਹ ਕਹਿੰਦੇ ਵੀ ਤਾਂ ਸਿਰੇ ਲੱਗੀ ਪਈ ਆ ਗੱਲ ਇਹ, ਕਿਉਂਕਿ ਇਹਦੇ ਵਿੱਚ ਵੀ ਦੂਜੀ ਕੋਈ ਸ਼ੱਕ ਨਹੀਂ। ਦੇਖੋ, ਇੱਕ ਅੱਧਾ ਪ੍ਰੋਜੈਕਟ ਤੁਹਾਡੀ ਹਿਸਾਬ ਨਾਲ ਹੋ ਗਿਆ, ਏਕੜਾਂ ਨੂੰ ਜਦ ਤੁਸੀਂ ਲੋਟਾਂ 'ਚ ਵੇਚਣਾ ਪੈਸੇ ਬਣ ਜਾਂਦੇ ਨੇ, ਇੱਕ ਵਾਰ ਤੁਹਾਡੇ ਕੋਲ ਪੈਸੇ ਇਕੱਠੇ ਹੋ ਗਏ ਤੇ ਉਧਰੋਂ ਬੈਂਕ ਦੇ ਵਿੱਚ ਰੈਕਰਡ ਤੁਹਾਡਾ ਫਿੱਟ ਹੋਊਗਾ, ਫੇਰ ਤੁਸੀਂ ਖਿੱਚ ਦਿੰਦੇ ਕੰਮ। ਜੇ ਪਹਿਲੀ ਵਾਰੇ ਫਸ ਗਏ ਜਾਂ ਫਸਾ ਲਏ ਕਿਸੇ ਨੇ, ਬਸ ਖਤਮ, ਫੇਰ ਨਹੀਂ ਤੁਸੀਂ ਤੁਰਨ ਜੋਗੇ ਰਹਿੰਦੇ। ਫਿਰ ਤਾਂ ਸ਼ਹਿ ਵਾਲੀ ਗੱਲ ਹੁੰਦੀ ਹੈ, ਕਹਿੰਦਾ ਵੇ ਮੀਟ ਖਾਣਾ, ਉਹ ਕਹਿੰਦੀ ਆਪਣਾ ਬਚਾਲਾ, ਗੋਲ ਪੂੰਛਾਂ ਵਾਲੇ ਆਉਂਦੇ, ਫੇਰ ਨਹੀਂ ਛੱਡਦੇ, ਫੇਰ ਤਾਂ ਖਤਮ ਹੈ। ਜਦ ਫਾਈਲਾਂ ਵਾਲਿਆਂ ਦੇ ਚੱਕਰ ਤੁਸੀਂ ਪੈ ਗਏ, ਤਾਂ ਹੀ ਕੁਛ ਕੁ ਸ਼ਹਿਰ ਦੇ ਸਕਸੈਸਫੁਲ ਡਿਵੈਲਪਰ ਨੇ ਉਹ ਰੈਡੀ ਟੂ ਗੋ ਪ੍ਰੋਪਰਟੀ ਲੈਂਦੇ ਆ, ਹੋਲਡਿੰਗ ਲੈਂਡ ਲੈਂਦੇ ਹੀ ਨਹੀਂ ਜਿਹੜੀ ਅੱਜ ਐਪਲੀਕੇਸ਼ਨ ਹੋਵੇ, ਕਿਉਂਕਿ ਅੱਜ ਸ਼ਹਿਰ 'ਚ ਐਪਲੀਕੇਸ਼ਨ ਹੁੰਦੀ ਹੈ ਤਾਂ ਵੀ 2 ਸਾਲ ਲੱਗਦੇ ਨੇ ਲੋਟਾਂ ਬਣਨ ਲਈ। ਪੂਰਾ ਖਿਆਲ ਰੱਖੋ, ਜੇ ਤੁਸੀਂ ਕਹੋ ਵੀ ਆਊਟ ਆਫ ALR OCP ਦੇ ਵਿੱਚ, ਨੇਬਰਹੁੱਡ ਕਨਸੈਪਟ ਪਲਾਨ ਦੇ ਵਿੱਚ ਅੱਜ ਤੁਸੀਂ ਅਪਲਾਈ ਕਰੋ, PLA CLA ਨੂੰ ਕੋਈ ਨਹੀਂ ਪੁੱਛਦਾ, PLA ਕੁਛ ਨਹੀਂ, ਪ੍ਰੀਲਿਮਿਨਰੀ ਲੇਆਊਟ ਹੈ ਉਹਦੇ 'ਚ ਕੁਛ ਨਹੀਂ, PLA ਦਾ ਮਤਲਬ ਕੁਛ ਨਹੀਂ ਹੈ। ਹੁਣ ਅਨਡਿਵਾਈਡਡ ਲੈਂਡ ਨੂੰ ਤੁਸੀਂ ਲੋਟਾਂ ਨਹੀਂ ਖਰੀਦ ਸਕਦੇ, ਪਾਰਸਲ ਦੇ ਵਿੱਚੋਂ, ਏਕੜਾਂ ਦੇ ਵਿੱਚੋਂ ਲੋਟਾਂ ਨਹੀਂ ਤੁਸੀਂ ਖਰੀਦ ਸਕਦੇ, ਕਿਉਂਕਿ ਉਹਦਾ ਕੋਈ ਆਈਡੈਂਟੀਫਿਕੇਸ਼ਨ ਨੰਬਰ ਨਹੀਂ ਹੈ। ਔਰ ਬਹੁਤ ਤੁਰੇ ਫਿਰਦੇ ਆ, ਕਿੰਨੀ ਵਾਰ ਆਪਾਂ ਗੱਲ ਕੀਤੀ ਹੈ, ਉਹ ਬਾਇਰ ਵੀ ਅਵੇਅਰ, ਇਹ ਵੀ ਖਾਸ ਖਿਆਲ ਰੱਖਣਾ, ਕਿਉਂਕਿ ਜਦ ਡਿਵੈਲਪਰਾਂ ਦੇ ਬਿਲਡਰਾਂ ਦੇ ਪੈਸੇ ਮੁੱਕਣੇ ਨੇ, ਉਹਨਾਂ ਨੇ ਕਹਿਣਾ ਹੁਣ ਵੇਚ ਦਿਓ ਲੋਟਾਂ ਬਣਾ ਕੇ। ਸੋ ਇਹ ਇੱਕ ਸਾਂਭਣ ਵਾਲੀ ਗੱਲ। ਸੋ ਐਥਿਕ ਕਮਿਸ਼ਨਰ, ਵਿਸਲ ਬਲੋਅਰ ਜਿਹੜੇ ਨੇ, ਜਾਂ ਸਰੀ ਪੁਲਿਸ ਡਿਪਾਰਟਮੈਂਟ, ਇਹਦੇ ਬਾਰੇ ਤੁਹਾਡੀਆਂ ਰਾਏ, ਕਿਉਂਕਿ ਪਿਛਲੇ 10-15 ਦਿਨਾਂ 'ਚ ਆਪਾਂ ਗੱਲ ਨਹੀਂ ਕਰ ਸਕੇ, ਸਾਕੇ ਬਾਰੇ ਗੱਲਾਂ ਹੁੰਦੀਆਂ ਰਹੀਆਂ, ਘੱਲੂ ਘਾਰੇ ਬਾਰੇ, ਅੱਜ ਤੁਹਾਡੇ ਕੋਲ ਸਮਾਂ, ਅਗਲੇ ਹਿੱਸੇ ਦੇ ਵਿੱਚ ਮੈਂ ਹੋਰ ਵਿਸ਼ੇ 'ਤੇ ਗੱਲ ਕਰਨੀ ਹੈ। 1-844-247-1550 ਰੋਮਾਨਾ ਸਾਹਿਬ ਦੇ ਕਹਿਣ ਕੁਝ ਸਿਰਫ 10 ਮਿੰਟ ਨੇ, ਜੇ ਕਿਸੇ ਨੇ ਕਾਲ ਕਰਨੀ ਕਰ ਸਕਦੇ। ਲਾਈਨ ਨੰਬਰ 2 ਦਿਓਲ ਸਾਹਿਬ, ਤੁਸੀਂ ਏਅਰ ਤੇ ਹੋ। ਸਤਿ ਸ਼੍ਰੀ ਅਕਾਲ ਵੀਰ ਜੀ। ਦੇਖੋ, ਜਿਹੜਾ ਤੁਸੀਂ ਇਤਿਹਾਸਿਕ ਕਮਿਸ਼ਨ ਦੀ ਕੈਨੇਡਾ ਦੇ ਵਿੱਚ ਪਹਿਲੀ ਵਾਰੀ ਜਾਣੀ ਲੋੜ ਪਈ ਹੈ, ਇਹ ਅਸਲ ਦੇ ਵਿੱਚ ਇਹ ਸਾਨੂੰ ਹੁਣ ਸਮਝਣ ਦੀ ਲੋੜ ਹੈ ਵੀ ਆਖਿਰ ਇਹਦੀ ਲੋੜ ਕਿਉਂ ਪਈ ਆ, ਕਾਨੂੰਨ ਤੇ ਜਿਹੜੀ ਨੈਤਿਕਤਾ ਇਹਦਾ ਆਪਸ ਵਿੱਚ ਸੰਬੰਧ ਕੀ ਆ ਤੇ ਕਿੱਥੋਂ ਆਉਂਦੀ ਹੈ। ਮਨੁੱਖ ਨੂੰ ਅਨੁਸ਼ਾਸਨ ਦੇ ਵਿੱਚ ਰੱਖਣ ਲਈ ਕਾਨੂੰਨ ਬਹੁਤ ਜ਼ਰੂਰੀ ਆ, ਕਿਉਂਕਿ ਨਹੀਂ ਤਾਂ ਮਨੁੱਖ ਜੰਗਲੀ ਬਣ ਜਾਊਗਾ, ਜਾਨਵਰਾਂ ਨੂੰ ਜਿੱਦਾਂ ਮਰਜ਼ੀ ਤਰ੍ਹਾਂ ਫਿਰ ਜੀ, ਪਰ ਮਨੁੱਖ ਦੇ ਉੱਤੇ ਉਹ ਕਾਨੂੰਨ ਲਾਗੂ ਕਰਨੇ ਪੈਣੇ ਆ ਤੇ ਉਹ ਕਿਸੇ ਨਾਲ ਧੱਕਾ ਨਾ ਹੋਵੇ, ਕਿਉਂਕਿ ਮਨੁੱਖ ਕੋਈ ਮਸ਼ੀਨ ਨਹੀਂ ਹੈਗਾ। ਉਹ ਫਿਰ ਐਥਿਕਸ ਦੇ ਜਦੋਂ ਕਾਨੂੰਨ ਬਣਾਏ ਜਾਂਦੇ, ਐਥਿਕਸ ਨੂੰ ਧਿਆਨ 'ਚ ਰੱਖਿਆ ਜਾਂਦਾ, ਪਰ ਜਦੋਂ ਉਹ ਕਾਨੂੰਨਾਂ ਨੂੰ ਤੁਸੀਂ ਮੁੜ ਕੇ ਚੈੱਕ ਹੀ ਨਹੀਂ ਕਰਨਾ, ਜਦੋਂ ਗਲ ਸੜਨ ਲੱਗ ਪੈਂਦੇ, ਮੁਛਕ ਮਰਨ ਲੱਗ ਪੈਂਦੇ, ਜਿਹੜੇ ਚਲਾਕ ਬੰਦੇ ਹੁੰਦੇ ਉਹ ਕਾਨੂੰਨ, ਤੇ ਕਾਨੂੰਨ ਕੀ ਇੱਕ ਪੇਪਰ ਵਰਕ ਆ, ਤੁਸੀਂ ਪੇਪਰ ਵਰਕ ਜਿੰਨੇ ਮਰਜ਼ੀ ਘਪਲੇ, ਮੰਨ ਲਓ ਤੁਸੀਂ ਘਪਲੇ ਕਰ ਲਿਆ, ਤੁਸੀਂ ਲੈਂਡ ਦਾ ਕਰ ਲਿਆ, ਤੁਸੀਂ ਇਮੀਗ੍ਰੇਸ਼ਨ ਦੇ ਕਰ ਲਿਆ, ਤੁਸੀਂ ਬੜੀਆਂ ਕੰਪਨੀਆਂ ਮਿਲੀਅਨ ਬਿਲੀਅਨ ਡਾਲਰ ਬਣਾ ਲਈਆਂ,
ਉਹ ਫੇਰ ਕੰਮ ਕਰੀ ਜਾਂਦੀਆਂ ਕਿਉਂ ਕਰਦੀਆਂ ਆ? ਕਿਉਂਕਿ ਤੁਸੀਂ ਪੇਪਰ ਵਰਕ ਚ ਸਹੀ ਆ, ਉੱਥੇ ਐਥਿਕਸ ਮੰਨ ਲਓ ਵੀ ਕੋਈ ਪੁੱਛਦਾ ਨੀ। ਸੋ ਅੱਜ ਦਾ ਹੁਣ ਅਸੀਂ ਜਿਹੜਾ ਜਿੱਥੋਂ ਆਏ ਆ ਤੁਸੀਂ ਇੰਨੇ ਦਿਨ ਜ਼ੋਰ ਲਾਉਂਦੇ ਆ ਸਾਰਾ ਕੁਛ ਆ, ਜੇ ਤੁਸੀਂ ਕਾਨੂੰਨੀ ਤੌਰ ਤੇ ਕਰਨਾ ਹੋਵੇ ਤੁਸੀਂ ਕੋਈ ਗੱਲ ਵੀ ਨੀ ਕਰ ਸਕਦੇ। ਹੁਣ ਉੱਥੇ ਕਾਨੂੰਨਾਂ ਦੀ ਧੱਜੀ ਉੱਡਦੀ ਆ ਜਦੋਂ ਮਨੁੱਖ ਐਥਿਕਸ ਮਰ ਜਾਂਦੇ, ਜਦੋਂ ਮਨੁੱਖਤਾ ਕੀ ਆ? ਐਥਿਕਸ ਦੀ ਮਨੁੱਖਤਾ ਹੀ ਆ ਜਿਹੜੀ ਮਨੁੱਖਤਾਵਾਦੀ ਹੋਣਾ ਉਹੀ ਆ। ਹੁਣ ਮਨੁੱਖਤਾਵਾਦੀ ਜਦੋਂ ਕਾਨੂੰਨ ਦੇ ਇੰਨੇ ਸਮਝਣੇ ਦੇ ਵੀ ਨਹੀਂ, ਕਾਨੂੰਨ ਰੱਬੀ ਇਲਾਹੀ ਹੁਕਮ ਤੋਂ ਵੱਡਾ ਆ। ਅਸੀਂ ਮੀਰੀ ਪੀਰੀ ਦੇ ਸਿਧਾਂਤ ਦੀ ਗੱਲ ਕਰਦੇ ਹਾਂ, ਮੀਰੀ ਤੋਂ ਵੱਡੀ ਪੀਰੀ ਨੂੰ ਰੱਖਿਆ ਗਿਆ। ਪੀਰੀ ਕੀ ਆ? ਉਹ ਇਹੀ ਨੈਤਿਕ ਹੀ ਆ, ਉਹ ਉਸ ਰਾਜਨੀਤੀ ਜਿਹੜੀ ਆ ਪ੍ਰਬੰਧ ਕਰਨਾ, ਉਹ ਨੈਤਿਕਤਾ ਤੋਂ ਸੇਧ ਲੈਣੀ ਆ। ਹੁਣ ਦੇਖੋ ਤੁਸੀਂ ਇੱਕੋ ਹੀ ਕਾਨੂੰਨ ਆ, ਉਹੀ ਦੇਸ਼ ਆ। ਇੱਕ ਵਿਦਿਆਰਥੀ ਨੇ ਮਰ ਜਾ ਕੋ ਕਰ ਲਿਆ ਤਾਂ ਉਹ ਐਡਾ ਵੱਡਾ ਕ੍ਰਾਈਮ ਆ ਕਿ ਉਹ ਡੈਪੋਟੇਸ਼ਨ ਕਰ ਦੋ, ਉਹਨੂੰ ਛੋਟੀ ਮੋਟੀ ਸਜ਼ਾ ਨਹੀਂ ਦਿੱਤੀ ਜਾ ਸਕਦੀ। ਉਹ ਇੱਥੇ ਦਾ ਲੋਕਲ, ਬੇਸ਼ੱਕ ਬੰਦਾ ਮਾਰ ਦੇਵੇ, ਬੇਸ਼ੱਕ ਉਹ ਕਿੱਡੀ ਵੱਡੀ ਗੈਂਗਸਟਰ ਕੋਈ ਐਕਟੀਵਿਟੀ ਕਰ ਦੇਵੇ ਜਾਂ ਬੁਲਿੰਗ ਕਰ ਦੇਵੇ, ਨਹੀਂ ਉਹਦੀ ਉਹ ਹੀ ਐਥਿਕਸ ਆ ਜਾਂਦੇ ਉੱਥੇ। ਤੇ ਮੰਨ ਲਓ ਇੱਕੋ ਮਨੁੱਖ ਦੇ ਲਈ ਦੋ ਅਲੱਗ ਅਲੱਗ ਚੀਜ਼ਾਂ ਆ। ਕਹਿਣ ਤੋਂ ਭਾਵ ਆ ਵੀ ਸਾਨੂੰ ਆਪਣੇ ਤੌਰ ਤੇ ਵੀ ਇਹ ਵਿਚਾਰਨ ਦੀ ਲੋੜ ਆ ਵੀ ਮਨੁੱਖ ਨੂੰ ਇਹ ਜਿਹੜੇ ਕਾਨੂੰਨ ਆ ਇਹ ਸਿਰਫ ਇੱਕ ਜਾਣਕਾਰੀ ਆ, ਇਹ ਬਦਲਨੇ ਪੈਂਦੇ ਹੁੰਦੇ ਜਿੱਦਾਂ ਜਿੱਦਾਂ ਮਨੁੱਖ ਗਾਹਾਂ ਤਰੱਕੀ ਕਰੀ ਜਾਂਦਾ ਜਾਂ ਸੋਚੇ ਵਧੀ, ਇਹ ਕਾਨੂੰਨ ਗੜ ਸੜ ਜਾਂਦੇ ਆ। ਹੁਣ ਪੁਲਿਸ ਵਾਲਿਆਂ ਦੀ ਤੁਸੀਂ ਖੁਦ ਦੱਸ ਕੇ ਜਾਣਕਾਰੀ ਪਈ, ਉਹ ਕਹਿੰਦੇ ਤੁਸੀਂ ਸਹੀ ਆ ਜੋ ਸਾਨੂੰ ਕਾਨੂੰਨ ਕਹਿੰਦਾ ਉਹ ਕਰਨਾ, ਕਿਉਂ ਵੀ ਐਥੀਕਲੀ ਨੀ ਤੁਹਾਨੂੰ ਪਤਾ ਵੀ ਕੀ ਕਰਨਾ ਤੁਸੀਂ। ਤੁਸੀਂ ਮਸ਼ੀਨਾਂ ਜਾਂ ਕੰਪਿਊਟਰ ਚੈੱਕ ਕਰਤੀ ਆ ਵੀ ਜੋ ਤੁਸੀਂ ਉਹੀ ਕਰਨੀ ਆ। ਹੁਣ ਮੇਰੇ ਮੂਹਰੇ ਕਿਸੇ ਦਾ ਰੇਪ ਹੁੰਦਾ ਆ ਜਾਂ ਕਿਸੇ ਬਾਲੜੀ ਦੀ ਕੋਈ ਏਜ ਲੁੱਟਦਾ ਜਾਂ ਕਿਤੇ, ਮੈਂ ਉੱਥੇ ਕਾਨੂੰਨ ਨੂੰ ਉਡੀਕਣਾ ਵੀ ਭਾਈ ਮੈਨੂੰ ਪਹਿਲਾਂ ਕਾਨੂੰਨ ਆ ਕੇ ਦੱਸੇ ਵੀ ਮੈਂ ਇੱਥੇ ਕੀ ਕਰਨਾ ਆ, ਉਹਦੀ ਭਾਵੇਂ ਸਜ਼ਾ ਜੋ ਮਰਜ਼ੀ ਹੋਵੇ। ਉਹ ਅਸੀਂ ਸਾਨੂੰ ਇਸੇ ਤਰੀਕੇ ਨਾਲ ਉੱਥੇ ਪਿੱਛੇ ਕਾਨੂੰਨਾਂ 'ਚ ਫਸਾਇਆ ਜਾਂਦਾ ਹੈਗਾ, ਕੋਈ ਡਰਦਾ ਕਿਉਂ ਨਹੀਂ ਪੁਲਿਸ ਦੇ ਬਾਰੇ? ਬੰਦਾ ਮੂਹਰੇ ਐਕਸੀਡੈਂਟ 'ਚ ਪਿਆ, ਉਹ ਡਰਦੇ ਵੀ ਕਾਨੂੰਨ ਨੇ ਸਾਨੂੰ ਫਸਾ ਲੈਣਾ? ਕਾਨੂੰਨ ਤਾਂ ਬੰਦੇ ਦੇ ਵਿੱਚੋਂ ਡਰ ਕੱਢਣ ਲਈ ਹੋਣਾ ਚਾਹੀਦਾ, ਉਹਨੂੰ ਨਿਰਭਉ ਕਰ ਲਏ, ਨਿਰਵੈਰ ਕਰ ਲਏ ਕਾਨੂੰਨ ਅਨੁਸ਼ਾਸਨ ਦੇ ਵਿੱਚ। ਹੁਣ ਗੁਰੂ ਸਾਹਿਬ ਨੇ ਸਾਨੂੰ ਇਹੀ ਕੁਛ ਵੀ ਇੱਦਾਂ ਦਾ ਕਾਨੂੰਨ ਹੋਣਾ ਚਾਹੀਦਾ ਜਿਹੜਾ ਬੰਦਾ ਆਜ਼ਾਦ ਹੋਵੇ, ਨਿਰਭਉ ਨਿਡਰ ਹੋ ਕੇ ਇਨਸਾਫ ਦੇ ਲਈ ਗੱਲ ਕਰੇ। ਪਰ ਇਹ ਕਾਨੂੰਨਾਂ ਨੇ ਏਡਾ ਵੱਡਾ ਘੇਰਾ ਬਣਾ ਦਿੱਤਾ ਆ, ਤੇ ਇਸ ਕਰਕੇ ਜਿਹੜਾ ਐਥਿਕ ਕਮਿਸ਼ਨ ਆ ਤੁਹਾਡਾ ਬਹੁਤ ਇਹਨਾਂ ਦਾ ਵਧੀਆ ਸਟੈਪ ਹੈ। ਇਹ ਤਕਰੀਬਨ ਸਾਰੇ ਕਾਨੂੰਨ ਹੀ ਦੁਬਾਰਾ ਇਹਦੇ ਰਾਹੀਂ ਕਰਨੇ ਚਾਹੀਦੇ, ਸਾਰੇ ਕੈਨੇਡਾ ਸਾਰੀਆਂ ਸਮੱਸਿਆਵਾਂ ਹੀ ਸਾਡੀਆਂ ਇਹ ਖੜੀਆਂ ਵੀ ਅਸੀਂ ਕਾਨੂੰਨ ਨੂੰ ਬਹੁਤ ਵੱਡੀ ਚੀਜ਼ ਬਣਾ ਲਈ ਜੀ, ਕਾਨੂੰਨ ਆ ਕਹਿੰਦਾ ਆ ਤੇ ਉੱਥੇ ਨੈਤਿਕਤਾ ਵੀ ਸਾਡੇ ਘਰਾਂ ਦੇ ਵਿੱਚ ਵੀ ਕਾਨੂੰਨ ਆ। ਹੁਣ ਉਹ ਬੱਚੇ ਦੇ ਕੁਝ ਵੇੜ ਮਾਰਦਾ ਤੇ ਉਹ ਕਾਨੂੰਨੀ ਤੌਰ ਤੇ ਰਹਿ ਗਿਆ, ਉੱਥੇ ਇਹ ਵੀ ਆ ਵੀ ਉਹ ਬੱਚੇ ਨੂੰ ਸੇਧ ਦੇਣ ਲਈ ਵੀ, ਐਥਿਕ ਦੇਣ ਲਈ ਵੀ ਕੋਈ ਕਾਨੂੰਨ ਹੁੰਦਾ ਹੈ ਨਾ, ਉਹ ਮਤਲਬ ਐਥਿਕ ਤੋਂ ਉਹਨੂੰ ਸੇਧ ਦੇਣ ਲਈ ਵੀ ਚਵੇੜ ਮਾਰੀ ਜਾ ਸਕਦੀ ਹੈ। ਦੋਨੋਂ ਚੀਜ਼ਾਂ ਨਾਲੋ ਨਾਲ ਹੋਣੀਆਂ ਚਾਹੀਦੀਆਂ। ਇਹ ਐਜੂਕੇਸ਼ਨ ਦੇ ਢਾਂਚੇ ਚੋਂ ਨੈਤਿਕਤਾ ਨੂੰ ਬਿਲਕੁਲ ਮਾਈਨਸ ਕਰ ਦਿੱਤਾ ਗਿਆ, ਸਿਰਫ ਜਾਣਕਾਰੀ ਹੀ ਦੇਈ ਜਾਂਦੀ ਆ ਵੀ ਕਿਤਾਬਾਂ ਪੜ੍ਹ ਪੜ੍ਹ ਕੇ ਢੇਰ ਲਾਈ ਜਾਂਦੇ ਮੋਢਿਆਂ ਦੇ ਆਪਣੇ ਸਿਰਾਂ ਦੇ ਵਿੱਚ, ਦਿਮਾਗ ਵੀ ਮੈਂ ਇੰਨੀਆਂ ਕਿਤਾਬਾਂ ਪੜ੍ਹ ਲਈਆਂ। ਦੇਖੋ ਜੇ ਕਿਤਾਬ ਜਿਹੜੀ ਪੜ੍ਹੀ ਉਹ ਜਾਣਕਾਰੀ 'ਚ ਗਿਆਨ ਨਹੀਂ, ਜਿਹੜਾ ਗਿਆਨ ਦੇ ਵਿੱਚੋਂ ਇਨਸਾਫ਼ ਨਹੀਂ ਪੈਦਾ ਹੁੰਦਾ, ਫਿਰ ਜਿੰਨੀਆਂ ਕਿਤਾਬਾਂ ਜਿੰਨੀਆਂ ਮਰਜ਼ੀ ਤੁਸੀਂ ਪੜ੍ਹੀਆਂ, ਪੜ੍ਹ ਪੜ੍ਹ ਕੇ ਜਿੰਨੇ ਮਰਜ਼ੀ ਜਿਹੜੇ ਮਰਜ਼ੀ ਕਿਤੇ ਪੜ੍ਹ ਲਓ। ਹੁਣ ਬੱਚਾ ਉੱਥੇ ਡੁੱਬਿਆ ਸੀਗਾ, ਤੁਸੀਂ ਮਾਫ ਕਰਨਾ, ਹੁਣ ਸੋਸ਼ਲ ਮੀਡੀਆ ਸਾਰੀ ਦੇਖਦਾ, ਕਿਸੇ ਨੇ ਕਿਸੇ ਢੰਡਰੀਆਂ ਨੂੰ ਆਵਾਜ਼ ਮਾਰੀ, ਕਿਸੇ ਧੁੰਮੇ ਨੂੰ ਨਹੀਂ ਮਾਰੀ, ਕਿਸੇ ਨੇ ਕੈਪਟਨ ਨੂੰ, ਕਿਸੇ ਨੇ ਮੇਰਾ ਕਹਿਣ ਤੋਂ ਬਾਅਦ ਜਿੰਨੇ ਉੱਥੇ ਬਾਬੇ ਸਾਧ ਸੰਤ ਜਾਂ ਜਿੰਨੇ ਉੱਥੇ ਤਰਕਸ਼ੀਲ ਜਾਂ ਵਿਗਿਆਨੀ, ਕਿਸੇ ਨੂੰ ਉੱਥੇ ਅੱਜ ਮੈਂ ਦੇਖਿਆ ਕੋਈ ਕਹਿੰਦਾ ਖਾਲਸਾ ਜਿਹੜਾ ਵਾਲਾ, ਜਾਂ ਕਿਸੇ ਨੇ ਮਤਲਬ ਰਾਧਾ ਸਵਾਮੀ ਨੂੰ ਨਹੀਂ ਮਾਰੀ, ਕਿਉਂ ਨਹੀਂ ਮਾਰਦੇ? ਕਿਉਂ? ਲੋਕਾਂ ਨੂੰ ਪਤਾ ਇਹਨਾਂ ਕੋਲ ਕਿਰਦਾਰ ਹੈ ਨਹੀਂ, ਬੰਦਾ ਉਹਨੂੰ ਹਾਕ ਮਾਰਦਾ ਆ ਜਿਹਦੇ ਕੋਲ ਕਿਰਦਾਰ ਆ। ਹੁਣ ਖਾਲਸਾ ਜਿਹੜਾ ਵਾਲੇ ਕਿਹੜੀਆਂ ਮਸ਼ੀਨਾਂ ਰੱਖੀਆਂ ਆ, ਪਰ ਉਹਨਾਂ ਦਾ ਕਿਰਦਾਰ ਦੁਨੀਆਂ 'ਚ ਤੁਰਿਆ ਫਿਰਦਾ। ਇਸ ਕਰਕੇ ਸਾਨੂੰ ਸੋਚਣਾ ਚਾਹੀਦਾ ਜਦੋਂ ਅਸੀਂ ਕਾਨੂੰਨ ਦੀ ਤਾਂ ਐਥਿਕਸ ਦੀ ਗੱਲ ਕਰਦੇ ਹਾਂ ਵੀ ਐਥੀਕਲੀ ਜਿਹੜਾ ਕਾਨੂੰਨ ਸਹੀ ਆ ਉਹੀ ਕਾਨੂੰਨ ਸਹੀ ਆ, ਜਿਹੜਾ ਐਥੀਕਲੀ ਕਾਨੂੰਨ ਗਲਤ ਆ ਉਹ ਕਾਨੂੰਨ ਦੀ ਕੋਈ ਵੈਲਿਊ ਨਹੀਂ, ਉਹ ਕਾਨੂੰਨ ਨੂੰ ਗਲੇ ਸੜੇ ਨੂੰ ਚੇਂਜ ਕਰ ਦੇਣਾ। ਅੱਜ ਭਾਰਤ ਵਿੱਚ ਕੀ ਅੰਗਰੇਜ਼ਾਂ ਵਾਲੇ ਤੋਂ ਵੀ ਮਾੜੇ ਚੱਲਦੇ ਆ, ਹਾਲੇ ਕਹਿੰਦੇ ਉਹ ਯਾਦ ਆ ਤੁਸੀਂ ਉਹ ਕਾਨੂੰਨ। ਅੱਜ ਇੱਥੇ ਉਹ ਕਾਨੂੰਨ ਬਦਲੇ ਹੀ ਆ ਜਦੋਂ ਇੱਥੇ ਇਮੀਗ੍ਰੇਸ਼ਨ ਦੇ ਬਦਲੇ ਆ, ਅਸੀਂ ਪੁਰਾਣੇ ਸਮੇਂ ਆਏ ਆ, ਸਾਡੇ ਬਜ਼ੁਰਗਾਂ ਨੇ ਫਾਈਟ ਕੀਤੀ ਆ ਕਿ ਹੁਣ ਉਹਨਾਂ ਕਾਨੂੰਨਾਂ ਨੂੰ ਹੀ ਲੈ ਕੇ ਤੁਰੇ ਰਹੀਏ। ਕਾਨੂੰਨ ਮਨੁੱਖ ਅੱਜ ਕੋਈ ਬਣਾਉਂਦਾ ਕੱਲ੍ਹ ਨੂੰ ਬਦਲ ਸਕਦਾ, ਇਹਨੇ ਕਾਨੂੰਨਾਂ ਨੂੰ ਰੱਬ ਇਲਾਹੀ ਹੁਕਮ ਨਾਲੋਂ ਵੱਡਾ ਬਣਾ ਦਿੱਤਾ। ਜਿਹੜਾ ਗੁਰੂ ਗ੍ਰੰਥ ਸਾਹਿਬ ਸਾਡਾ ਇਲਾਹੀ ਆ, ਮੰਨ ਲਓ ਅਸੀਂ ਉਹਨੂੰ ਮੰਨਦੇ ਜਾਂ ਕਿਸੇ ਦਾ ਵੀ ਇਸ਼ਟ ਹੋ ਸਕਦਾ ਆ ਭਾਈ, ਪਰ ਸੰਵਿਧਾਨ ਨੂੰ ਉਹਦੇ ਨਾਲੋਂ ਵੱਡਾ ਰੱਖ ਦਿੱਤਾ ਵੀ ਉਹ ਛੋਟੇ ਆ, ਇਹਨਾਂ ਦੇ ਮਗਰ ਲੋਕ ਲਾਤੇ, ਲੋਕ ਇਹਨਾਂ ਨੂੰ ਮੱਥਾ ਟੇਕ, ਇਹਨਾਂ ਵੀ ਇਹ ਸੌਂਹਾਂ ਖਾਂਦੇ ਆ। ਕੋਰਟ ਜੀ ਸਾਡੇ ਤੁਸੀਂ ਪਹਿਲਾਂ ਕਾਨੂੰਨ ਦੀ ਸੌਂਹ ਖਾ, ਤੁਹਾਨੂੰ ਆਪਣੇ ਤੇ ਬਿਲੀਵ ਨਹੀਂ ਹੈਗਾ, ਤੁਸੀਂ ਆਪਣਾ ਕਰੈਕਟਰ ਗਵਾ ਦਿੱਤਾ ਸਾਡਾ, ਇਹ ਕਾਨੂੰਨਾਂ ਨੇ ਸਾਨੂੰ ਮੁੜ ਕੇ ਪੜਚੋਲ ਕਰਨ ਦੀ ਲੋੜ ਆ। ਹੁਣ ਤੁਸੀਂ ਜਿੰਨਾ ਕੁਛ ਰੋਜ਼ ਗੱਲ ਕਰਦੇ ਕਾਨੂੰਨੀ, ਜਿੰਨਾ ਕਾਨੂੰਨੀ ਤੌਰ ਤੇ ਤੁਸੀਂ ਯਾਰ ਦੱਸਦੇ ਵੀ ਤੁਹਾਨੂੰ ਵੀ ਉਲਝਾਉਣ ਵਾਲੇ ਜਾਂ ਜਿੰਨਾ ਮਰਜ਼ੀ ਇਹ ਗਲਤ ਕਰ ਸਕਦੇ ਆ, ਪਰ ਨੈਤਿਕ ਤੌਰ ਤੇ ਤੁਹਾਡਾ ਜ਼ਮੀਰ ਨਹੀਂ ਆ ਜਾਂਦਾ। ਜ਼ਮੀਰ ਨਹੀਂ ਜਦੋਂ ਇਜਾਜ਼ਤ ਦਿੰਦਾ, ਇਹਦਾ ਮਤਲਬ ਆ ਤੁਸੀਂ ਕੁਛ ਸਹੀ ਕਰ ਰਹੇ ਆ। ਇਹ ਜਿਹੜੇ ਝੂਠ ਬੋਲਦੇ ਆ ਸਾਰਾ ਕੁਛ ਹੀ, ਜਿਹਨਾਂ ਲੋਕਾਂ ਤੋਂ ਲੋਕ ਨਹੀਂ ਉਮੀਦ ਕਰਦੇ ਹੈ ਨਾ ਵੀ ਨਹੀਂ ਕੁਛ ਕਰ ਸਕਦੇ, ਉਹ ਸਾਰੇ ਰੋਂਗ ਆ। ਅੱਜ ਕਿਸੇ ਨੂੰ ਇਮੀਗ੍ਰੇਸ਼ਨ ਵਾਲੇ ਨੂੰ ਜਾਂ ਕਿਸੇ ਨੂੰ ਵੀ ਫੜਨਾ, ਬੈਲਡਰ ਨੂੰ ਫੜਨਾ ਹੋਵੇ, ਇੱਥੇ ਕਿਸੇ ਮੰਨ ਲਓ ਇੰਸਪੈਕਟਰ ਨੂੰ ਫੜਨਾ ਹੋਵੇ,
ਕਿਉਂਕਿ ਕਾਨੂੰਨੀ ਤੌਰ ਤੇ ਉਹ ਸਹੀ ਆ। ਇਸ ਕਰਕੇ ਐਥੀਕਲੀ ਜੋ ਵੀ ਹੋ ਰਿਹਾ ਉਹ ਸਹੀ ਹੋਣਾ ਚਾਹੀਦਾ, ਐਥਿਕਸ ਪਹਿਲਾਂ ਹੋਣੇ ਚਾਹੀਦੇ। ਐਥਿਕ ਜੋ ਇਹ ਕਮਿਸ਼ਨ ਬਣਿਆ ਇਹ ਬਿਲਕੁਲ ਵਧੀਆ ਬਣਿਆ ਤੇ ਇਹਦੀ ਸਾਨੂੰ ਪੂਰੀ ਸਰਾਹਨਾ ਕਰੀਏ ਤੇ ਅੱਗੇ ਤੋਂ ਧਿਆਨ ਰੱਖੋ ਵੀ ਐਥੀਕਲੀ ਹਰ ਚੀਜ਼ ਆ। ਹਰ ਬੰਦਾ ਐਥਿਕ ਤੌਰ ਤੇ ਅੱਗੇ ਅਸਤੀਫਾ ਦੇ ਦਿੰਦਾ, ਉਹਦਾ ਹੁਣ ਦਿੰਦਾ ਹੀ ਕੋਈ ਨੀ ਅਸਤੀਫਾ, ਜਿੱਦੇ ਮਰਜ਼ੀ ਇਲਜ਼ਾਮ ਲਾ ਦੇਣ, ਜਿੱਦੇ ਮਰਜ਼ੀ ਘਪਲੇ ਹੋਣ। ਹੁਣ ਜਸਟਿਨ ਟਰੂਡੋ ਵਰਗੇ ਵੀ ਝੀਠ ਹੋ ਕੇ ਬਹਿ ਗਏ, ਉਹਨਾਂ ਨੂੰ ਪਤਾ ਵੀ ਕਾਨੂੰਨ ਸਹੀ ਹੋਣਾ ਚਾਹੀਦਾ ਤੇ ਦੁਨੀਆ ਕਾਨੂੰਨ ਨੂੰ ਮੰਨਦੀ ਆ। ਬਿਲਕੁਲ, ਕਰੈਕਟਰ ਬੰਦੇ ਦਾ ਖਰਾਬ ਕਰਕੇ ਰੱਖਦਾ ਇਹਨਾਂ ਨੇ ਕਾਨੂੰਨਾਂ ਨੇ। ਓਕੇ ਜੀ, ਥੈਂਕ ਯੂ। ਥੈਂਕ ਯੂ ਜੀ। ਗੱਲ ਦੋਸਤ ਸਾਹਿਬ ਦੀ ਠੀਕ ਹੈ, ਕਈ ਵਾਰ ਤੁਹਾਨੂੰ ਪਤਾ ਹੁੰਦਾ ਕਿ ਤੁਸੀਂ ਇਸ ਤੇ ਬਾਹਰ ਜਾ ਕੇ ਤੁਹਾਨੂੰ ਮੁਸ਼ਕਲ ਹੋਣੀ ਹੈ, ਪਰ ਹੁਣ ਕਈ ਵਾਰ ਤੁਹਾਡੀ ਆਤਮਕ ਅੰਦਰ ਆਤਮਾ ਦੀ ਆਵਾਜ਼ ਆ ਕੇ ਯਾਰ ਹੁਣ ਪਿੱਠ ਕਰਕੇ ਫਿਰ ਕਰਨਾ ਕੀ ਹੈ, ਹੋਰ ਅਸੀਂ ਕਾਹਦੇ ਲਈ ਕੀ ਕਰਨਾ ਚਾਹੀਦਾ, ਕਿਸ ਦਾ ਕੰਮ ਹੈ ਉਹ ਜੇ ਨਹੀਂ ਕੰਮ ਕਰਦੇ, ਜਿਹੜੀ ਡਿਊਟੀ ਹੈ ਉਹ ਡਿਊਟੀ ਨਹੀਂ ਕਰਦੇ। ਕਾਨੂੰਨ ਬਹੁਤ ਵਾਰ ਇਜਾਜ਼ਤ ਨਹੀਂ ਦਿੰਦਾ ਕਿ ਨਾ ਇਹ ਨਹੀਂ, ਇੱਥੇ ਤੋਂ ਇੱਥੋਂ ਬਾਹਰ, ਹੱਦ ਤੋਂ ਤੂੰ ਬਾਹਰ। ਪਰ ਕਈ ਵਾਰ ਤੁਹਾਨੂੰ ਆਦਤ ਹੈ, ਆਦਤ ਨਹੀਂ ਤੁਹਾਡੀ ਮਜਬੂਰੀ ਵੀ ਨਹੀਂ, ਤੁਹਾਡਾ ਸ਼ੌਕ ਵੀ ਨਹੀਂ, ਗੱਲ ਲੋਕ ਰਾਏ ਦੀ ਗੱਲ ਹੈ, ਉਹ ਕਰਨੀ ਚਾਹੀਦੀ ਹੈ ਤੁਹਾਨੂੰ। ਫਿਰ ਹੁਣ ਕਾਨੂੰਨ ਦੇ ਦਾਇਰੇ ਚ ਰਹਿ ਕੇ, ਵਾਕਈ ਇਹ ਠੀਕ ਹੈ ਕਿਸੇ ਨੇ ਟੁੱਲ ਲਾ ਕੇ ਗਾਹਾਂ ਕਰਤੀ, ਕੋਈ ਪ੍ਰੋਜੈਕਟ ਕਰਤਾ, ਉਹ ਨਹੀਂ ਫਲ ਹੋਣਾ, ਉਹ ਕਹਿੰਦੇ ਨਾ ਨਾ ਇਲੀਗਲੀ ਆਉਣਾ ਤੁਹਾਡਾ, ਤੁਸੀਂ ਰੌਲਾ ਪਾਉਂਦੇ ਹੋ। ਇਮੀਗ੍ਰੇਸ਼ਨ ਵਾਲੇ ਜਿਹੜੇ ਵਿਕਟਮ ਨੇ ਉਹ ਸਾਡੇ ਨਾਲ ਆ ਹੋ ਗਿਆ ਜੀ, ਸਾਡੇ ਨਾਲ ਉਹ ਹੋ ਗਿਆ, ਕਹਿੰਦੇ ਉਹ ਨਾ ਹਰ ਰੋਜ਼ ਫੋਨ ਕਰਦੇ ਹੋ, ਤੁਹਾਨੂੰ ਪਤਾ। ਪਰ ਹੁਣ ਤੁਹਾਡੇ ਕੋਲ ਕਾਗਜ਼ ਨੇ ਕੋਈ ਪੱਤਰ, ਤੁਸੀਂ ਕੀ ਕਰ ਲਓਗੇ? ਅਗਲਾ ਲੀਗਲੀ ਕਹਿੰਦਾ ਨੋ, ਤੂੰ ਕੁਛ ਨਹੀਂ ਕਰ ਸਕਦਾ, ਨਾ ਤੇਰੇ ਕੋਲ ਮੇਰੇ ਕੋਈ ਦਸਤਖਤ ਵਾਲਾ ਪੇਪਰ ਹੈ, ਨਾ ਤੇਰੇ ਕੋਲ ਕੋਈ ਚੈੱਕ ਦੀ ਕਾਪੀ ਹੈ, ਕਿਹਨੂੰ ਕਹੇਗਾ, ਕੀ ਦਿਖਾਵੇਂਗਾ ਤੂੰ? ਤੇ ਇਹ ਦੇਸ਼ ਦੇ ਵਿੱਚ ਆ ਕੇ ਅਸੀਂ ਇੱਕ ਗੁਲਾਮੀ ਛੱਡ ਕੇ ਦੂਜੀ ਗੁਲਾਮੀ, ਉਹ ਫਲਾਣਾ ਗੁੱਸੇ ਹੋ ਜੂ, ਉਹ ਫਲਾਣੇ ਨਾਲ ਐ, ਉਹੀ ਕਹਿੰਦੇ ਨਾ ਬਈ ਸੱਚ ਦੀ ਬੋਲਣ ਦੀ ਜਿਹੜੀ ਕਹਾਣੀ ਹੈ ਉਹ ਬੜੀ ਔਖੀ ਹੈ। ਸੱਚ ਬੋਲਦੇ ਤੇ ਭਾਂਬੜ ਮੱਚਦਾ, ਝੂਠ ਬੋਲਿਆ ਤਾਂ ਕੁਛ ਬਚਦਾ। ਆਉਂਦੇ ਨਾ ਭੱਜ ਜੱਚ ਕੇ ਜੀਭਾ ਕਹਿੰਦੀ ਹੈ, ਗੱਲ ਮਨ ਆਈ ਨਾ ਰਹਿੰਦੀ ਹੈ। ਕਿਹਾ ਨਾ ਕਿ ਸੱਚ ਦੀ ਡਗਰ ਹੈ ਜਿਹੜੀ ਉਹ ਬੜੀ ਔਖੀ ਹੈ, ਉਹ ਸੁਣਨੀ ਵੀ ਔਖੀ ਹੈ, ਕਹਿਣੀ ਉਦੋਂ ਔਖੀ ਹੈ। ਇਹ ਜਗਤ ਰਵੀਰਾ ਇਹੋ ਜਿਹਾ ਹੋ ਗਿਆ, ਉਹ ਕਹਿੰਦਾ ਪੈਸੇ ਤੂੰ ਛੱਡ ਯਾਰ, ਕਿਹੜੇ ਚੱਕਰ 'ਚ ਪਿਆ, ਤੂੰ ਕੀ ਮੈਂ ਰੋਕ ਲੇਂਗਾ, ਤੂੰ ਕਿਸੇ ਨੂੰ ਕੀ ਕਰ ਲੇਂਗਾ। ਪਰ ਇਹ ਸਿਸਟਮ ਜਿਹੜਾ ਪਾਰਦਰਸ਼ੀ ਸਿਸਟਮ ਲਿਆਉਣ ਲਈ ਕਿੱਥੇ ਲੋੜ ਪੈਂਦੀ ਹੈ? ਟੀਕਾ ਕੌਣ ਲਵਾਉਂਦਾ ਜਿਹਨੂੰ ਤੇਈ ਆ ਚੜਿਆ ਹੋਵੇ? ਜ਼ਖਮ ਤੇ ਪੱਟੀ ਕੌਣ ਕਰਦਾ ਜਿਹੜਾ ਰਿਸਕ ਕੇ ਖਰਾਬ ਹੋ ਰਿਹਾ ਹੋਵੇ? ਸਰੀਰ 'ਚ ਪਾਰਦਰਸ਼ੀ ਜਿਹੜੀ ਸਿਸਟਮ ਦੇ ਲਈ, ਜਾਂ ਮੇਅਰ ਨੇ ਆਪਣੇ ਮੈਨੀਫੈਸਟੋ ਦੇ ਵਿੱਚ, ਇਹ ਮੈਨੀਫੈਸਟੋ 'ਚ ਲਿਖਿਆ ਹੋਇਆ ਸੇਫ ਸਰੀ ਕੋਲੀਸ਼ਨ ਦੇ ਵਿੱਚ, ਤੇ ਜਿਹਦੇ ਕਰਕੇ ਵੋਟਾਂ ਪਵਾਈਆਂ। ਹੁਣ ਵੋਟਾਂ ਪੈਣ ਤੋਂ ਬਾਅਦ ਸਾਡੇ ਵਿਚਾਰਧਾਰਾ ਬਦਲ ਗਈ, ਇਸ ਨੂੰ ਤੁਸੀਂ ਕੰਟਰੋਲ ਨਹੀਂ ਕਰ ਸਕਦੇ ਕਿਸੇ ਇਨਸਾਨ ਨੂੰ। ਉਹ ਆਪਣੇ ਆਪ ਨੂੰ ਜਸਟੀਫਾਈ ਕਰਦੇ ਨੇ, ਉਹ ਕਹਿੰਦੇ ਨਾ ਅਸੀਂ ਚਾਹੁੰਦੇ ਨਹੀਂ ਆਹ ਕੰਮ ਹੋਇਆ, ਅਸੀਂ ਆਹ ਕਰਨਾ ਚਾਹੁੰਦੇ ਹਾਂ, ਅਸੀਂ ਇਸ ਤਰ੍ਹਾਂ ਕਰਨਾ ਚਾਹੁੰਦੇ ਹਾਂ। ਤੇ ਕਿਉਂਕਿ ਹਰ ਇੱਕ ਬੰਦੇ ਦੀ ਆਪਣੀ ਬੁੱਧੀ ਹੈ, ਵਕਤੀ ਤੌਰ ਤੇ ਉਹ ਝੁੱਕ ਕੇ ਜਾਂ ਕਿਤੇ ਕੋਈ ਇਨਸੈਂਟਿਵ ਹੁੰਦਾ ਅਗਲਾ ਕਹਿੰਦਾ ਵੀ ਵੜ ਜਾਓ ਇੱਥੇ। ਇੱਕ ਹੋਰ ਹੈ, ਇਹ ਸ਼ਹਿਰ ਦੇ ਵਿੱਚ ਜਦ ਦੇ ਅਸਲ ਖਾਸ 10 ਸਾਲਾਂ ਤੋਂ ਜਦ ਦਾ ਮੈਂ ਮੀਡੀਆ ਤੇ ਇੱਥੇ ਬੈਠਾ, ਜਿਹੜੀ ਰਾਜਨੀਤੀ ਹੈ ਨਾ ਏਡੀ ਗੰਦੀ ਹੈ ਇਸ ਸ਼ਹਿਰ ਦੀ, ਖਾਸ ਤੌਰ ਤੇ ਸਾਡੀ ਰਾਜਨੀਤੀ, ਉਹਦਾ ਤੁਸੀਂ ਕੋਈ ਸਿਰ ਪੈ ਰਹੇ ਹੈ ਨਹੀਂ, ਕੋਈ ਧਰਤ ਨਹੀਂ, ਕੋਈ ਉਹਦਾ ਧਰਾਤਲ ਨਹੀਂ, ਕੋਈ ਉਹਦਾ ਦੀਨ ਅਮੀਨ ਨਹੀਂ, ਕੁਛ ਨਹੀਂ, ਕੋਈ ਦੀਨ ਨਹੀਂ, ਕੋਈ ਇਮਾਨ ਨਹੀਂ, ਆਪਣੇ ਬਾਹਰ ਖੜੇ ਪੈਰ ਇਹ ਬਦਲ ਜਾਂਦੇ ਨੇ। ਮਤਲਬ ਕਹਿੰਦਾ ਮੈਂ ਤਾਂ ਕਿਹਾ ਹੀ ਨਹੀਂ, ਤੂੰ ਕੱਲ ਸੁਣਿਆ, ਮੈਂ ਨਹੀਂ ਗੱਲ ਕੀਤੀ, ਚਾਰ ਚਾਰ ਬੰਦਿਆਂ ਦੇ ਪਿੱਛੇ ਚਾਰ ਚਾਰ ਅਲੱਗ ਅਲੱਗ ਗਰੁੱਪ ਦੇ ਬੰਦੇ, ਤੁਸੀਂ ਸੋਚ ਵੀ ਨਹੀਂ ਸਕਦੇ, ਐਡਾ ਖਲਜਗਣ ਹੈ। ਤੇ ਸਿਰਫ ਇਹਦੇ ਉਹਦੇ ਚ ਲਾਲਚ ਪਤਾ ਕੀ ਹੈ ਕਿ ਸਾਡੀ ਪਕੜ ਦੇ ਵਿੱਚ ਕਮਿਊਨਿਟੀ ਰਹੇ, ਮੇਰੇ ਹੱਥ 'ਚ, ਮੈਂ ਜਿਹੜਾ ਕੁਛ ਕਹਾਂ ਉਹ ਹੋਵੇ। ਈਗੋ ਇੰਨੀ ਹੈ, ਐਡਾ ਹੰਕਾਰ ਹੈ, ਇਹ ਮਤਲਬ ਤੁਸੀਂ ਜਦ ਤੁਸੀਂ ਥੋੜਾ ਇੰਟਰਸਟ ਹੋਵੇ ਨਾ ਇਹਦੇ ਵਿੱਚ ਨੂੰ ਬੜੋ ਤੁਸੀਂ, ਫਿਰ ਤੁਹਾਨੂੰ ਪਤਾ ਲੱਗੂ ਕਿਵੇਂ ਆ ਕਹਾਣੀ। ਇਹ ਬਹੁਤ ਔਰ ਉਹਦੇ 'ਚ ਨਿੱਜੇ ਅੱਜ ਬੈਠੀ ਹੈ, ਜਿਵੇਂ ਪੰਜਾਬ 'ਚ ਹਾਲਤ ਜਿਹੜੇ ਮਾੜੇ ਹੋਏ ਉਹਦੇ ਕਰਕੇ ਨਿੱਜ ਲੀਡਰਾਂ ਦੀ, ਕੋਈ ਵੀ ਇੱਕ ਪਾਰਟੀ ਨੂੰ ਨਹੀਂ, ਮੈਂ ਸਾਰੀਆਂ ਪਾਰਟੀਆਂ ਬਰਾਬਰ ਦੀਆਂ ਜ਼ਿੰਮੇਵਾਰ ਨੇ, ਨਿੱਜ ਆ ਵੀ ਮੇਰੀ MLA MP ship ਰਹੇ, ਬਾਕੀ ਦੁਨੀਆ ਜਾਵੇ ਖੂਹ 'ਚ। ਇਸ ਤਰ੍ਹਾਂ ਹੀ ਸਰੀ 'ਚ ਸਥਾਪਿਤ ਰਾਜਨੀਤਿਕ ਬੰਦੇ ਕਹਿੰਦੇ ਨੇ ਵੀ ਕਮਿਊਨਿਟੀ ਇਕੱਠੇ ਖੂਹ 'ਚ ਜਾਵੇ, ਮੇਰੀ ਸੀਟ ਨਾ ਹਿੱਲੇ, ਬਸ ਉਹਦੇ ਲਈ ਮੈਂ ਹਰ ਜਗ੍ਹਾ ਬੰਦੇ ਤੋੜਨੇ ਨੇ, ਹਰ ਜਗ੍ਹਾ ਬੰਦੇ ਲੜਾਉਣੇ ਨੇ, ਆਪਣੇ ਲੈਫਟੀਨੈਂਟ ਨੇ ਜਿਹੜੇ ਫਿੱਟ ਕਰਨੇ ਨੇ ਫਲਾਣੀ ਜਗ੍ਹਾ ਫਲਾਣੀ ਜਗ੍ਹਾ ਫਲਾਣੀ ਜਗ੍ਹਾ, ਬਸ ਇਹੀ ਹੈ।
ਜਾਂ 10-20 ਦਾ ਲਾਮ ਲਸ਼ਕਰ ਨਾਲ ਲੈ ਕੇ ਚੱਲਣਾ, ਤੈਨੂੰ ਕੌਂਸਲਰ ਬਣਾ ਦਿਆਂਗੇ, ਤੈਨੂੰ MLA ਬਣਾ ਦਿਆਂਗੇ, ਤੈਨੂੰ MP ਬਣਾ ਦਿਆਂਗੇ, ਤੈਨੂੰ ਆਹ ਬਣਾ ਦਿਆਂਗੇ, ਤੈਨੂੰ ਫਲਾਣੀ ਜਗ੍ਹਾ 4 ਲਾਟਾਂ ਬਣਵਾ ਦਿਆਂਗੇ, ਕਿਹੜੇ ਭੁਲੇਖੇ ਤੁਸੀਂ ਤੁਰੇ ਫਿਰਦੇ ਹੋ। ਹਾਦੜਾ ਜਿਹਦਾ ਟੁੱਟ ਜਾਂਦਾ ਉਹਦੇ ਅੰਦਰ ਤਾਂ ਦਰਿਆ ਬਣੇ ਦਾ ਬਣਿਆ ਸੰਗਤ 'ਚ ਡਿੱਗੀ ਜਾਵੇ ਤਾਂ ਵੀ ਨਹੀਂ ਰੱਜ ਸਕਦਾ। ਸਮਝਣ ਦੀ ਲੋਕ ਆ, ਲੋਕੋ ਸਾਖਰ ਹੋਵੋ, ਇਸ ਨੂੰ ਉਜਾੜ ਦਿਓਗੇ ਜਿਹੜੀ ਜਗ੍ਹਾ 'ਚ ਆ ਕੇ ਬੈਠੇ ਹੋ, ਜਾਓਗੇ ਕਿੱਥੇ ਨੂੰ? ਉੱਥੇ ਦੇਖ ਲਓ 6 ਦਿਨਾਂ ਬਾਅਦ ਜਵਾਕ ਕੁੰਡੀਆਂ ਪਾ ਕੇ ਕੱਢ ਲਿਆ ਅਗਲਿਆਂ ਨੇ। ਉਹ ਫਤਿਹਵੀਰ ਕਿਸੇ ਦਾ ਜਵਾਕ ਹੀ ਹੈ, ਉਹ ਸੜਕ ਉੱਪਰੋਂ ਨਹੀਂ ਅਸਮਾਨ 'ਚ ਉੱਡ ਗਿਆ, ਉਹ ਤੁਹਾਡਾ ਮੇਰਾ ਵੀ ਹੋ ਸਕਦਾ ਜੇ ਆਪਾਂ ਉੱਥੇ ਰਹਿੰਦੇ। ਸਰ ਪਿਆਰਾ ਸਿੰਘ ਜੀ, ਲਾਈਨ ਨੰਬਰ 2। ਮੇਰਾ ਕੁਐਸਚਨ ਸੀਗਾ ਜੀ, ਇਹ ਜਿਹੜਾ ਐਥਿਕਸ ਕਮਿਸ਼ਨਰ ਆ, ਇਹ ਸਿੱਟੀ ਜੀ ਇਕੱਲਾ ਕਰੂਗਾ ਕਿ ਜਿੱਦਾਂ ਹੁਣ ਗੁਰਦੁਆਰਿਆਂ ਵਗੈਰਾ ਦਾ ਵੀ ਗਫਲਾ ਹੁੰਦਾ ਜਾਂ ਹੁੰਦਾ, ਉੱਥੇ ਵੀ ਇਹ ਕੁਛ ਇੰਟਰਫੇਅਰ ਕਰ ਸਕਦੇ ਆ? ਨਹੀਂ ਜੀ, ਇਕੱਲੇ ਸ਼ਹਿਰ ਦੇ ਦਫ਼ਤਰ ਦੇ ਵਿੱਚ ਜੀ, ਸਿਟੀ ਹਾਲ ਦੇ ਵਿੱਚ। ਓਕੇ ਜੀ, ਥੈਂਕ ਯੂ, ਧੰਨਵਾਦ ਜੀ, ਥੈਂਕ ਯੂ। ਧਰਮ ਦੇ ਨਾਂ ਤੇ ਜਿਹੜੀਆਂ ਗੱਲਾਂ ਹੈ ਉਸਨੂੰ ਤਾਂ ਤੁਸੀਂ ਜਿਹੜੇ ਧਰਮ ਨੂੰ ਮੰਨਣ ਵਾਲੇ ਹੈ, ਕਿਤੇ ਸੁਧਾਰ ਲਿਆਉਣਾ ਹੋਵੇ ਤੁਸੀਂ ਉਹ ਲਿਆ ਸਕਦੇ ਕਿਸੇ ਵੀ ਸੰਸਥਾ ਦੇ ਵਿੱਚ, ਕਿਉਂਕਿ ਲੋਕਾਂ ਦੇ ਕਰਕੇ ਉਹ ਸੰਸਥਾ ਚੱਲਦੀ ਹੈ, ਧਰਮ ਕੋਈ ਵੀ ਹੋਵੇ ਕਿਸੇ ਵੀ ਧਰਮ ਦੇ ਵਿੱਚ। ਉਸ ਦੇ ਲਈ ਤੁਹਾਨੂੰ ਜ਼ਰੂਰਤ ਹੈ ਕਿ ਤੁਸੀਂ ਉਸਦਾ ਉਸਦੀ ਸੇਧ ਖੁਦ ਕਰੋ। ਇਹ ਬੜੀ ਵੱਡੀ ਗੱਲ ਹੈ, ਧਰਮ ਦਾ ਰੂਪ ਰੰਗ ਬਦਲਦਾ ਜਾਂਦਾ ਹੈ, ਧਰਮ ਹੋਰ ਤਰੀਕੇ ਦੇ ਨਾਲ ਕਿਸੇ ਸਮੇਂ ਸ਼ੁਰੂ ਹੋਇਆ ਸੀ, ਜ਼ਿੰਦਗੀ ਜਿਉਣ ਦਾ ਫਲਸਫਾ। ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ ਘੱਟ ਰਹੀ ਹੈ, ਧਰਮ ਦੀ ਗੱਲ ਕਰਨ ਵਾਲਿਆਂ ਦੇ ਨੂੰ ਪਹਿਲਾਂ ਜਿਹੜਾ ਲੋਕ ਤੱਕੜੀ 'ਚ ਪਾ ਕੇ ਤੋਲਦੇ ਆ ਕਿ ਤੂੰ ਪਹਿਲਾਂ ਧਰਮ ਦੀ ਗੱਲ ਕਰਨ ਵਾਲਾ ਜਿਹੜਾ ਬੰਦਾ ਜਾਂ ਸੱਚ ਦੀ ਗੱਲ, ਪਹਿਲਾਂ ਤੂੰ ਕਹਿੰਦੇ ਸਿੱਧਾ ਹੋ, ਆਹ ਕਰ ਆਹ ਕਰ ਆਹ ਕਰ, ਫਿਰ ਤੂੰ ਗੱਲ ਕਰੀ। ਇਹ ਉਹ ਬੈਠੇ ਆ ਜਿਹੜੇ ਬਿਲਕੁਲ ਸੜਕ ਤੋਂ ਪਾਰ ਬੈਠੇ ਨੇ, ਸਰੋਤੇ ਜਿਨ੍ਹਾਂ ਨੇ ਕੋਈ ਇਨਪੁੱਟ ਨਹੀਂ ਕਰਨੀ। ਇਹ ਬੜਾ ਇੱਕ ਟੇਢਾ ਹੁਣ ਮਸਲਾ ਜੀ, ਜਿਹੜਾ ਧਰਮ ਦੀ ਨੂੰ ਮੰਨਣ ਵਾਲੇ ਧਰਮ ਨੂੰ ਕਿਵੇਂ ਮੰਨਣਾ, ਧਰਮ ਦੇ ਵਿੱਚ ਕੱਟੜਤਾ ਦੀ ਗੱਲ, ਕਈ ਵਾਰ ਰਸਤੇ ਮੋਕਲੇ ਕਰਨ ਲਈ ਹਰ ਇੱਕ ਚੀਜ਼ ਕੱਟੜਤਾ ਦੇ ਨਾਲ ਜੋੜੀ ਜਾਂਦੀ ਹੈ। ਧਰਮ ਦੇ ਬੇਸਿਕ ਫਲਸਫੇ ਤੇ ਜਿਹੜਾ ਜਿੱਥੇ ਧਰਮ ਖੜਾ, ਸੱਚ ਸੁਣਾਉਣ ਤੇ ਸੱਚ ਦੀ ਵੇਲੇ ਦੀ ਗੱਲ ਹੈ, ਤੇ ਮੀਰੀ ਤੇ ਪੀਰੀ ਦਾ ਕੌਨਸੈਪਟ ਆ, ਜਿਵੇਂ ਬੇਸਿਕ ਕੌਨਸੈਪਟ ਸਿੱਖ ਧਰਮ ਦੀ ਜੇ ਮੈਂ ਗੱਲ ਕਰਾਂ, ਜਿਹਦੇ ਬਾਰੇ ਮੈਨੂੰ ਪਤਾ, ਜਿੰਨਾ ਕੁ ਵੀ ਪਤਾ ਹੈ, ਉਹਦੇ ਵਿੱਚ ਵੀ ਧਰਮ ਤੇ ਰਾਜਨੀਤੀ ਦੀਆਂ ਬੜੀਆਂ ਗੱਲਾਂ ਹੁੰਦੀਆਂ ਨੇ। ਧਰਮ ਤੇ ਰਾਜਨੀਤੀ ਅਲੱਗ ਅਲੱਗ ਹੋਵੇ ਇਹ ਗੱਲ ਕੀਤੀ ਜਾਂਦੀ ਹੈ ਅਕਸਰ, ਪਰ ਲੋ ਧਰਮੀ ਜਿਹੜਾ ਬੰਦਾ ਵਧੀਆ ਰਾਜਨੀਤੀ ਚਲਾ ਸਕਦਾ। ਰਾਜਨੀਤੀ ਚਲਾਉਣ ਦੇ ਲਈ ਧਰਮ ਬਹੁਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਬੰਦਾ ਆਪਣੇ ਨਿੱਜ ਤੇ ਆਹੀ ਤਾਂ ਗੱਲ ਕਰਨ ਲੱਗਿਆ ਇੱਥੇ ਕਮਿਸ਼ਨਰ ਦੀ, ਆਪਾਂ ਜਿਹੜੀ ਗੱਲ ਕਰਕੇ ਹਟੇ। ਸੰਤ ਰਾਮ ਅਦਾਸੀ ਜੀ ਦੀ ਯਾਦ ਆ ਗਈ, ਲੀਡਰਾਂ ਦੇ ਸੰਬੰਧੀ ਉਹਨਾਂ ਦੀ ਇੱਕ ਆਪ ਗਾਈ ਹੋਈ ਕਵਿਤਾ ਸੁਣੋ, ਫਿਰ ਵਪਾਰਕ ਸੰਦੇਸ਼, ਫਿਰ ਸੁਣਨ ਦੀ ਸਰੋਤਿਆਂ ਦੀ ਗੱਲ ਅੱਜ ਇੱਕ ਆਪਾਂ ਸਾਂਝੀ ਗੱਲ ਕਰਨੀ ਹੈ, ਤੁਸੀਂ ਵੀ ਸ਼ਾਮਿਲ ਹੋਣਾ ਫਿਰ ਅਗਲੇ ਹਿੱਸੇ ਦੇ ਵਿੱਚ ਜਾਂ ਮੈਂ ਗੱਲ ਤੋਰਦਾ। ਸੰਤ ਰਾਮ ਜੀ ਉਦਾਸੀ। ਲੋਕੋ ਬਾਜਿਆ ਜੋ ਝੂਠੇ ਲੀਡਰਾਂ ਤੋਂ, ਇਹਨਾਂ ਦੇਸ਼ ਨੂੰ ਬਿਲੇ ਲਗਾ ਛੱਡਣਾ, ਇਹਨਾਂ ਦੇਸ਼ ਦਾ ਕੁਝ ਵੀ ਛੱਡਿਆ ਨਹੀਂ, ਇਹਨਾਂ ਤੁਹਾਨੂੰ ਵੀ ਵੇਚ ਕੇ ਖਾ ਛੱਡਣਾ, ਇਹਨਾਂ ਰੱਜ ਕੇ ਸਾਡੇ ਅਰਮਾਨ ਖੋਹੇ, ਔਰਤ ਹੱਥ ਵੀ ਇਹਨਾਂ ਦਾ ਰੁਕਿਆ ਨਾ, ਬਾਵਾਂ ਚੁੱਕ ਕੇ ਅਸੀਂ ਜਾਂ ਹੱਕ ਮੰਗੇ, ਇਹਨਾਂ ਸਾਡੀਆਂ ਹੱਥਾਂ ਤੇ ਥੁੱਕਿਆ ਨਾ, ਅਸੀਂ ਆਪਣਾ ਸਮਝ ਕੇ ਵੋਟ ਪਾਈ, ਇਹਨਾਂ ਵੋਟ ਦਾ ਸਿਲਾ ਵੀ ਤਾਰਿਆ ਨਾ, ਸਾਨੂੰ ਮਹਿੰਗੀ ਉਬਾਲਿਆ ਦੁੱਧ ਵਾਂਗੂ, ਇਹਨਾਂ ਪਾਣੀ ਦਾ ਛਿੱਟਾ ਵੀ ਮਾਰਿਆ ਨਾ।
ਚੰਗਾ ਭਲਾ ਸੰਤਰਾ ਮਦਾਸੀ ਜੀ ਗੱਲ ਕਰਦੇ, ਕਿੱਧਰ ਨੂੰ ਗੱਲ ਚੱਲ ਗਈ, ਮਾਰ ਲਈ ਯੂਟਿਊਬ ਵਾਲੇ ਰੀਮਿਕਸ ਨੇ। ਭੁਪਿੰਦਰ ਸਿੰਘ ਜੀ ਲਾਈਨ ਨੰਬਰ 2 ਤੁਸੀਂ ਏਅਰ ਤੇ ਹੋ। ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸੁਣਨ ਵਾਲਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਹਾਂਜੀ ਮੈਂ ਤਾਂ ਇਹੀ ਕਹਿਣਾ ਸੀਗਾ ਜਿਵੇਂ ਆ ਸਰੀ ਆਰ ਸੀ ਆਪਣੇ ਉਹਨਾਂ ਨੇ ਕੀਤਾ ਵਾ ਕੌਂਸਲ ਲੈ ਕੇ, ਐਥਿਕ ਕਮਿਸ਼ਨ ਦੀ ਤੁਸੀਂ ਗੱਲ ਦੱਸੀ ਆ, ਮੈਂ ਵੀ ਦੇਖੀ ਸੀ ਫੇਸਬੁੱਕ ਤੇ, ਉਹ ਚੰਗੀ ਸ਼ੁਰੂਆਤ ਆ ਜੀ ਜੇ ਉਹਨਾਂ ਨੇ ਵਾਅਦਾ ਕੀਤਾ ਨਿਭਾਇਆ ਹਨਾ। ਨਾਲ ਦੀ ਨਾਲ ਬਾਲਾ ਦਾ ਮੇਰੀ ਗੱਲ ਕਰਨ ਦਾ ਅੱਜ ਫੋਨ ਇਹੀ ਸੀਗਾ ਵੀ ਜਿਹੜਾ ਉਹ ਸ਼ੋਅ ਕੈਂਸਲ ਹੋਇਆ ਜਾਂ ਕਰਵਾਇਆ ਸਿਟੀ ਨੇ ਹਨਾ, ਉਹ ਬਹੁਤ ਹੁੱਬ ਕੇ ਦੱਸ ਰਹੇ ਆ ਵੀ ਅਸੀਂ ਕਰਵਾਇਆ, ਅਸੀਂ ਕਿਹਾ ਇਹਨੂੰ ਬੰਦ ਕਰੋ ਹਨਾ। ਬਹੁਤ ਹੀ ਛੋਟੀ ਜਿਹੀ ਛਾਲ ਮਾਰੀ ਉਹਨਾਂ ਨੇ ਮੇਰੇ ਹਿਸਾਬ ਨਾਲ, ਮੈਂ ਮੇਰੇ ਪਰਸਨਲ ਵਿਊ ਆ, ਬਹੁਤ ਛੋਟੀ ਛਾਲ ਮਾਰੀ ਆ ਉਹਨਾਂ ਨੇ, ਕਿਉਂਕਿ ਸਿੱਧੂ ਮੂਸੇ ਵਾਲਾ ਇੱਕ ਇਹੋ ਜਿਹੀ ਸੈਲੀਬ੍ਰਿਟੀ ਬਣ ਗਿਆ ਕਿ ਜਿਹੜਾ ਉਹਦੇ ਨਾਲ ਪੰਗਾ ਵੀ ਲੈਂਦਾ ਵਾ ਨਾ ਉਹ ਵੀ ਹਿੱਟ ਹੋ ਜਾਂਦਾ, ਉਹਨੂੰ ਕੋਈ ਗਲਤ ਬੋਲਦਾ, ਉਹਨੂੰ ਕੋਈ ਗਾਲਾਂ ਕੱਢਦਾ, ਉਹਦੇ ਕੋਈ ਖਿਲਾਫ਼ ਬੋਲਦਾ, ਉਹਨੂੰ ਵੀ ਲੋਕ ਦੇਖਦੇ ਵੀ ਉਹ ਕੀ ਕਹਿੰਦਾ। ਸੋ ਮੈਨੂੰ ਲੱਗਦਾ ਕਿ ਸਿਟੀ ਆਫ ਸਰੀ ਨੂੰ ਲੋੜ ਪੈ ਗਈ ਆਪਦੀ ਪਬਲਿਸਿਟੀ ਕਰਾਉਣ ਲਈ ਸਿੱਧੂ ਮੂਸੇ ਵਾਲੇ ਦੀ, ਮੈਂ ਇਹ ਕਹਿਣਾ ਚਾਹੁੰਦਾ। ਉਹਨਾਂ ਨੇ ਚਲੋ ਇੱਕ ਇੱਕ ਨਾ ਕਿਸੇ ਕਲਾਕਾਰ ਦਾ ਨਾਂ ਹੈ ਉਹਦੇ ਚ, ਤੇ ਓਬੀਅਸਲੀ ਚਲੋ ਜੋ ਵੀ ਹੈ ਲੋਕਾਂ ਨੂੰ ਬਾਹਲਾ ਵੀਡੀਓ ਤੇ ਮੈਂ ਵੀ ਨੀ ਕਹਿ ਸਕਦਾ, ਤੇ ਜਿਵੇਂ ਕਾਨੂੰਨੀ ਗੱਲਾਂ ਹੋ ਜਾਂਦੀਆਂ ਨੇ ਤੇ ਪਤਾ ਹੀ ਹੈ ਲੋਕਾਂ ਨੂੰ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਕੀ ਕ੍ਰਾਈਮ ਘੱਟ ਜੂਗਾ ਏਦਾਂ ਦੇ ਸ਼ੋਅ ਬੰਦ ਕਰਾਉਣ ਨਾਲ, ਹੁਣ ਤੱਕ ਤਾਂ ਅਸੀਂ ਕੁਛ ਕੀਤਾ ਨੀ, ਨਾ ਸਰੀ ਆਰ ਸੀ ਐਮ ਪੀ ਨੇ ਨਾ ਸਰਕਾਰਾਂ ਨੇ ਕਿਸੇ ਨੇ ਕੁਛ ਨੀ ਕੀਤਾ, ਮੁੰਡੇ ਗਰਾਊਂਡਾਂ ਚੋਂ ਚੱਕ ਕੇ ਸ਼ਰੇਆਮ ਮਰ ਰਹੇ ਆ, ਸ਼ਰੇਆਮ ਗਰਾਊਂਡਾਂ ਵਿੱਚ ਵਿਆਹਾਂ ਉੱਤੇ ਸਾਡੇ ਬੱਚੇ, ਸਾਡੇ ਬੱਚੇ ਹਨਾ, ਕੱਲ ਨੂੰ ਮੇਰਾ ਬੱਚਾ ਵੀ ਹੋ ਸਕਦਾ ਉਹਨਾਂ ਚ, ਗੋਰੇ ਇੱਕ ਪਾਸੇ ਆਪਦਾ ਇੰਜੋਏ ਕਰਦੇ ਹੁੰਦੇ, ਸਾਡੇ ਬੱਚੇ ਉੱਥੇ ਦਾਰੂ ਪੀ ਕੇ ਗਲਾਸ ਵੀ ਸੁੱਟਦੇ ਆ ਪਾਰਕਾਂ ਚ, ਭੰਗ ਵੀ ਪੀਂਦੇ ਆ, ਉੱਥੇ ਸਾਡਾ ਕੋਈ ਧਿਆਨ ਨੀ। ਆਪਣੇ ਕੌਂਸਲਰ ਜਿਹੜੇ ਨਵੇਂ, ਮੈਂ ਨਾਂ ਵਿਸਰ ਗਿਆ ਮੇਰੇ ਮੂੰਹ ਚ, ਜਿਨ੍ਹਾਂ ਨੇ ਇੱਕ ਥਾਪੜ ਕੇ ਕਿਹਾ ਕਿ ਮੈਂ ਅਸੀਂ ਕਰਵਾਇਆ ਸਿੱਧੂ ਦਾ ਸ਼ੋਅ ਬੰਦ, ਮੇਰੀ ਸਿੱਧੂ ਨਾਲ, ਸਿੱਧੂ ਮੇਰੀ ਕੋਈ ਸਕੇ ਚਾਚੇ ਮਾਮੇ ਭੂਆ ਦਾ ਮੁੰਡਾ ਨੀ ਜਿਹੜਾ ਮੈਂ ਉਹਦੀ ਸਪੋਰਟ ਕਰਾਂ। ਮੈਂ ਦੱਸ ਇੱਕ ਜਨਰਲ ਗੱਲ ਕਰਦਾ ਕਿ ਚੰਗੀ ਸ਼ੁਰੂਆਤ ਆ ਕਿ ਤੁਸੀਂ ਸ਼ੋਅ ਬੰਦ ਕਰਾਇਆ, ਪਰ ਬਹੁਤ ਛੋਟੀ ਛਾਲ ਮਾਰੀ। ਸੋ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਐਪੀਸੋਡ ਦੇ ਵਿੱਚ ਕਿਸੇ ਸਿੰਗਰ ਦੇ ਖਾਲੀ ਘਰ ਖਾਲੀ ਗੱਡੀ ਉੱਤੇ ਗੋਲੀ ਚੱਲਣੀ, ਸਿੱਧੂ ਦਾ ਸ਼ੋਅ ਹੋਣਾ ਤੇ ਬਾਅਦ ਚੋਂ ਬੰਦ ਹੋਣਾ ਤੇ ਗਾਹਾਂ ਦਲਜੀਤ ਦਾ ਸ਼ੋਅ ਹੋਣਾ ਵਾ, ਹਜੇ ਕਿਤੇ ਕੁਛ ਕੜੀਆਂ ਆਪਸ ਵਿੱਚ ਰਲਦੀਆਂ ਤਾਂ ਨੀ। ਇਹ ਚੀਜ਼ਾਂ ਸੋਚਣ ਵਾਲੀਆਂ ਨੇ, ਸਿੰਗਰ ਤਾਂ ਹੋਰ ਵੀ ਬਹੁਤ ਆ ਜਿਨ੍ਹਾਂ ਦੇ ਸ਼ੋਆਂ ਦੇ ਉੱਤੇ ਦਾਰੂ ਪੀ ਕੇ ਅਸੀਂ ਲੜਦੇ ਝਗੜਦੇ ਹਾਂ। ਸੋ ਇਹ ਚੀਜ਼ਾਂ ਵਿਸਰਨ ਵਾਲੀਆਂ ਮੇਰੇ ਹਿਸਾਬ ਨਾਲ, ਸਿਟੀ ਆਫ ਸਰੀ ਨੇ ਆਪਦੇ ਆਪ ਨੂੰ ਹਾਈਪ ਦੇਣ ਲਈ ਇਹ ਸਿੱਧੂ ਵਾਲਾ ਜਿਹੜਾ ਕਦਮ ਚੱਕਿਆ, ਮੈਨੂੰ ਤਾਂ ਇੱਦਾਂ ਮਹਿਸੂਸ ਹੁੰਦਾ। ਥੈਂਕ ਯੂ ਜੀ। ਇਸ ਹਿੱਸੇ ਦੇ ਵਿੱਚ ਮੈਂ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਕਿ ਲਿਸਨਰ ਆਪਾਂ ਕਿਵੇਂ ਵਧੀਆ ਬਣ ਸਕਦੇ ਹਾਂ। ਇੱਕ ਸਿਆਣੇ ਕਿਸੇ ਨੇ ਲਿਖਿਆ, ਉਹ ਕਹਿੰਦੇ ਤੁਸੀਂ ਲਿਸਨਰ ਨਹੀਂ ਹੈ, ਜਦ ਤੁਸੀਂ ਕਿਸੇ ਨੂੰ ਲਿਸਨ ਕਰ ਰਹੇ ਹਾਂ, ਕਿਸੇ ਨੂੰ ਸੁਣ ਰਹੇ ਹਾਂ, ਉਸ ਸਮੇਂ ਤੁਸੀਂ ਉਹਦੇ ਸੁਣਨ ਦੇ ਵਿੱਚ ਉਹ ਕੀ ਕਹਿ ਰਿਹਾ ਉਹਦੇ 'ਚ ਤੁਹਾਡਾ ਵਿਸ਼ਵਾਸ ਨਹੀਂ, ਤੁਸੀਂ ਉਸ ਗੱਲ ਦਾ ਜਵਾਬ ਇਮੀਡੀਏਟਲੀ ਤਿਆਰ ਕਰਨ ਲੱਗ ਜਾਂਦੇ ਵੀ ਮੈਂ ਹੁਣ ਕੀ ਕਹਿਣਾ ਮੂਹਰੇ। ਇਕੱਠ ਦੇ ਵਿੱਚ ਕਿਤੇ ਪੰਜ ਸੱਤ ਦੋਸਤ ਕਿਤੇ ਬੈਠੇ ਆ, ਕੋਈ ਡਿਸਕਸ਼ਨ ਚੱਲਦੀ ਆ, ਬਹੁਤ ਘੱਟ ਜਿਹੜੀ ਆਦਤ ਹੁੰਦੀ ਆ ਕਿ ਅਸੀਂ ਸੁਣੀਏ ਵੀ ਗੱਲ ਕੀ ਚੱਲਦੀ ਆ, ਥੋੜੀ ਜਿਹੀ ਗੱਲ ਆਪਾਂ ਕਰਦੇ ਹਾਂ ਟੋਕ ਕੇ ਉਸੇ ਸਮੇਂ। ਉਹ ਕਹਿੰਦਾ ਮੇਰੀ ਤਾਂ ਸੁਣ ਪਹਿਲਾਂ, ਮੈਂ ਤੈਨੂੰ ਦੱਸਦਾ, ਇੱਧਰ ਨਹੀਂ ਇੱਧਰ ਗੱਲ ਸੁਣ, ਮਾਫ ਕਰਨਾ ਥੋੜੀ ਮੈਂ ਗੱਲ ਕੱਟ ਰਿਹਾ, ਇਹ ਕਹਿ ਕੇ ਠਾਹ ਦੇ ਕੇ ਸਿੱਟਣੀ ਆ ਜਦੀ। ਤੇ ਇੱਕ ਸਰੋਤਾ ਜਿਹੜਾ ਉਹ ਇੰਨਾ ਕੁ ਕੁਛ ਗੇਨ ਕਰ ਸਕਦਾ ਜੇ ਕਿਸੇ ਵੀ ਕਿਸੇ ਜਗ੍ਹਾ ਤੇ ਜਿੱਥੇ ਕੁਛ ਵੈਲੂਏਬਲ ਗੱਲ ਹੋ ਰਹੀ ਹੈ, ਕੋਈ ਵਧੀਆ ਗੱਲ ਹੋ ਰਹੀ ਹੈ, ਜੇ ਤੁਹਾਡੇ ਕੋਲ ਸੁਣਨ ਦੀ ਆਦਤ ਹੈ, ਸੁਣਨ ਦੀ ਇੱਕ ਕਲਾ ਹੈ ਕਿਸੇ ਨੂੰ, ਇਹ ਸੁਣਨ ਦੀ ਜਿਹੜੀ ਕਲਾ ਹੈ ਉਹ ਇਉਂ ਨਹੀਂ ਵੀ ਵਧੀਆ ਵਿਚਾਰ ਹੀ ਕਿਤੇ ਚੱਲਦੇ ਉੱਥੇ ਹੀ ਤੁਸੀਂ ਡਿਸਕਸ਼ਨ ਦੇ ਵਿੱਚ ਸੁਣਨਾ, ਘਰ ਦੇ ਵਿੱਚ ਵੀ ਤੁਹਾਡੀ ਨਿੱਜੀ ਜ਼ਿੰਦਗੀ 'ਚ ਸੁਣਨਾ ਜਿਹੜਾ ਹੈ ਉਹ ਬਹੁਤ ਵਧੀਆ ਇੱਕ ਆਦਤ ਹੈ ਜੇ ਸੁਣਨ ਦੀ ਆਦਤ ਹੋਵੇ। ਘਰ 'ਚ ਕੋਈ, ਤੁਹਾਡੀ ਨਿੱਜੀ ਜ਼ਿੰਦਗੀ 'ਚ ਕੋਈ ਕਨਫਲਿਕਟ ਹੈ, ਕੋਈ ਡਿਸਕਸ਼ਨ ਹੈ ਪਰਿਵਾਰ 'ਚ ਜਵਾਕਾਂ ਦੇ ਨਾਲ, ਘਰ ਵਾਲੀ ਘਰ ਵਾਲੇ ਨਾਲ, ਜੇ ਤੁਹਾਡੇ ਕੋਲ ਸੁਣਨ ਦਾ ਮਾਦਾ ਹੈ ਨਹੀਂ, ਤੁਸੀਂ ਕਿਸੇ ਪਾਸੇ ਨਹੀਂ ਜਾ ਸਕਦੇ। ਇੱਕ ਆਰਟ ਹੈ ਸੁਣਨਾ ਕਿਸੇ ਨੂੰ, ਇੱਕ ਕਲਾ ਹੈ। ਤੇ ਸੁਣਦੇ ਹੋਏ
ਜੇ ਉਸ ਸੁਣੀ ਗੱਲ ਦੇ ਕਿਤੇ ਪ੍ਰੀਖਿਆ ਪੈ ਜਾਵੇ, ਉੱਥੇ ਵੀ ਤੁਸੀਂ ਉਸ ਸਮੇਂ ਉਸ ਸਿਚੁਏਸ਼ਨ ਨੂੰ ਲਚਕੀਲਾ ਕਿਵੇਂ ਬਣਾ ਸਕਦੇ? ਇੱਕ ਤਾਂ ਗੱਲ ਭਾਈ ਸਾਹਿਬ ਮੇਰੇ ਬੈਠੇ ਤਾਂ ਇਹ ਗੱਲ ਕਹੀ ਹੈ, ਮੇਰੇ ਆ ਕੰਨਾਂ ਨੇ ਸੁਣੀ ਆ ਗੱਲ, ਇੱਕ ਤਾਂ ਇਹ ਉਹਦੀ ਗੱਲ ਹੈ। ਇੱਕ ਕਿ ਮੈਨੂੰ ਲੱਗਿਆ ਕਿ ਤੁਸੀਂ ਆ ਕਿਹਾ, ਗੱਲ ਤਾਂ ਉਹੀ ਹੈ ਪਰ ਉਹਦੇ ਵਿੱਚ ਥੋੜੀ ਜਿਹੀ ਵੇਲ ਹੈ ਮੂਹਰਲੇ ਬੰਦੇ ਨੂੰ, ਜਿਹੜਾ ਥੋੜਾ ਬਹੁਤ ਖੱਬੇ ਸੱਜੇ ਹੋ ਸਕਦਾ। ਤੁਸੀਂ ਕਹਿੰਦੇ ਤੂੰ ਇਹ ਗੱਲ ਮੇਰੇ ਮੂੰਹ ਤੇ ਮੁੱਕਰ ਕਿਵੇਂ ਜਾ, ਮੇਰੇ ਮੂੰਹ ਤੇ ਗੱਲ ਕੀਤੀ ਹੈ। ਔਰ ਇੱਕ ਗੱਲ ਕਿਸੇ ਦੀ ਥੋਪਣੀ, ਇਹ ਵੀ ਆਲਟ ਹੈ, ਕਿਸੇ ਦੀ ਗੱਲ ਘੁਮਾ ਕੇ ਕਿਸੇ ਦੇ ਮੋਹਰਾਂ ਤੇ ਰੱਖਣੀ, ਇਹ ਬੜੀ ਆਲਟ ਹੈ। ਗੱਲਾਂ ਕਰਦੇ ਕਰਦੇ ਜੇ ਕਿਸੇ ਨੇ ਕੋਈ ਗੱਲ ਫੜ ਲਈ, ਲੈ ਆਹ ਗੱਲ ਸਾਡੇ ਬੈਠੇ ਹੋਈ ਹੈ, ਮੇਰੇ ਸਾਹਮਣੇ ਕਹੀ ਹੈ ਫਲਾਣੇ ਬੰਦੇ ਨੇ। ਐਨੀਵੇਜ਼, ਇਹ ਮੇਰਾ ਅੱਜ ਵਿਸ਼ਾ ਨਹੀਂ, ਵਿਸ਼ਾ ਇਹ ਹੈ ਕਿ ਇੱਕ ਵਧੀਆ ਸਰੋਤਾ ਜਿਹੜਾ ਬਣਨਾ, ਕਿਸੇ ਨੂੰ ਸੁਣਨਾ, ਚਾਹੇ ਉਹ ਕੋਈ ਇਕੱਠ ਚ ਹੈ, ਕੋਈ ਕਿਤੇ ਵੀ ਤੁਸੀਂ ਜਾਂਦੇ ਹੋ, ਕਿਸੇ ਧਾਰਮਿਕ ਸੰਸਥਾ ਚ ਜਾਂਦੇ ਹੋ, ਕੋਈ ਰਿਲੀਜੀਅਸ ਜਗ੍ਹਾ ਤੁਹਾਡੀ ਉੱਥੇ ਜਾਂਦੇ ਹੋ, ਧਾਰਮਿਕ ਜਗ੍ਹਾ ਹੈ, ਧਾਰਮਿਕ ਕੋਈ ਪ੍ਰਵਚਨ ਸੁਣ ਰਹੇ ਹੋ, ਜਾਂ ਕਿਸੇ ਇਹੋ ਜਿਹੇ ਇਕੱਠ ਚੋਂ ਜਿੱਥੇ ਕੋਈ ਬੋਲਣ ਆਇਆ ਉਹਨੂੰ ਸੁਣ ਰਹੇ ਹੋ, ਜਾਂ ਤੁਹਾਡੇ ਪੰਜਾਂ ਸੱਤਾਂ ਦੋਸਤਾਂ ਦੇ ਵਿੱਚ ਕੋਈ ਡਿਸਕਸ਼ਨ ਚੱਲ ਪਈ ਉਹਨੂੰ ਸੁਣਨ ਦੀ ਆਦਤ ਹੈ। ਕਿਉਂਕਿ ਜਦ ਪੂਰੀ ਸੁਣ ਲਈ, ਸੁਣ ਕੇ ਅੱਗੇ ਉਹਦਾ ਜਵਾਬ ਦੇਣਾ, ਉਹ ਬਹੁਤ ਵਧੀਆ ਇੱਕ ਆਰਟ ਹੈ ਮੇਰੇ ਖਿਆਲ। ਜਦ ਤੁਸੀਂ ਸੁਣਦੇ ਸੁਣਦੇ ਇਹ ਸੋਚਣ ਲੱਗ ਗਏ ਵੀ ਇਹਦਾ ਜਵਾਬ ਘੱਟ ਛੇਤੀ, ਉਹਦੇ ਸੁਣ ਚ ਤੁਹਾਡਾ ਜਿਹੜਾ ਬਿਲਕੁਲ ਤੁਸੀਂ ਸੁਣਨ ਦੇ ਚੱਕਰ ਚ, ਤੁਸੀਂ ਦੇਖਿਓ ਪੰਜ ਸੱਤ ਜਣਿਆਂ ਚ ਬੈਠੇ ਜੇ ਕੋਈ ਨਾ ਬੋਲੇ ਸੁਣੀ ਜਾਵੇ, ਉਹਨੂੰ ਫਿਰ ਸਾਡਾ ਹਿਸਾਬ ਹੈ, ਸਾਡਾ ਹਿਸਾਬ ਆ। ਉਹਨਾਂ ਯਾਰ ਤੂੰ ਬੋਲਦਾ ਹੀ ਨੀ, ਤੂੰ ਸੁਣਾ ਕੋਈ ਅੱਜ ਗੱਲ ਕੀ ਹੋ ਗਈ, ਉਹ ਕਹਿੰਦਾ ਨਹੀਂ ਮੈਂ ਸੁਣ ਰਿਹਾ, ਮੈਨੂੰ ਸੁਣਨਾ ਬਹੁਤ ਵਧੀਆ ਲੱਗਦਾ। ਸੁਣਨਾ ਤੇ ਘੱਟ ਬੋਲਣਾ ਇੱਕ ਬਹੁਤ ਵੱਡੀ ਕਲਾ ਅੱਜ ਦੇ ਯੁੱਗ ਦੇ ਵਿੱਚ। ਊਰਜਾ ਵਾਲੇ ਬੰਦੇ, ਮੈਡੀਟੇਸ਼ਨ ਵਾਲੇ ਬੰਦੇ ਉਹ ਕਹਿੰਦੇ ਜਿੰਨਾ ਘੱਟ ਬੋਲੋਗੇ ਉਨੀ ਜ਼ਿੰਦਗੀ ਦੇ ਵਿੱਚ ਸਰੀਰ ਦੇ ਵਿੱਚ ਊਰਜਾ ਰਹੇਗੀ। ਚਲੋ ਜਿਹਨਾਂ ਦੀ ਨੌਕਰੀ ਇਹੋ ਜਿਹੀ ਹੈ ਸਾਡੇ ਵਰਗਿਆਂ ਦੀ, ਸਾਨੂੰ ਤਾਂ 3 ਘੰਟੇ ਬੋਲਣਾ ਹੀ ਪੈਣਾ ਕਿਉਂਕਿ ਸਾਡੀ ਨੌਕਰੀ ਇਹ ਹੈ। ਕੋਈ 12 ਘੰਟੇ ਦੀ ਨੌਕਰੀ ਹੈ, ਕਿਸੇ ਦੀ 10 ਘੰਟੇ ਦੀ ਹੈ, ਉਹ ਗੱਲ ਅਲੱਗ ਹੈ। ਪਰ ਸਾਨੂੰ ਬੋਲਣ ਦੇ ਨਾਲ ਤੁਹਾਨੂੰ ਸੁਣਨ ਦੀ ਵੀ ਆਦਤ ਚਾਹੀਦੀ ਹੈ, ਤੁਹਾਨੂੰ ਪੂਰਾ ਬੋਲਣ ਦਿੱਤਾ ਜਾਣਾ ਚਾਹੀਦਾ। ਪੂਰਾ ਬੋਲਣ ਦਾ ਮਤਲਬ ਇਹ ਹੈ ਵੀ ਮੁੜ ਮੁੜ ਕੇ ਰਿਪੀਟ ਨਹੀਂ ਕਰਨਾ, ਮਿੰਟ ਸਵਾ ਮਿੰਟ ਦੇ ਵਿੱਚ ਗੱਲ ਮੁੱਕ ਜਾਂਦੀ ਹੈ, ਸਵਾ ਮਿੰਟ ਤੋਂ ਬਾਅਦ ਤੁਸੀਂ ਦੁਹਰਾਉਣ ਲੱਗ ਜਾਂਦੇ ਹੋ ਪਹਿਲੀ ਗੱਲ ਕਹਿ ਕੇ, ਗੱਲ ਤਾਂ 30 ਸੈਕਿੰਡ ਚ ਮੁੱਕ ਜਾਂਦੀ ਹੈ, 40 ਸੈਕਿੰਡ ਚ ਮੁੱਕ ਜਾਂਦੀ ਹੈ। ਸੋ ਸੁਣਨਾ ਜਿਹੜੀ ਇੱਕ ਆਲਟ ਹੈ, ਇੱਕ ਕਲਾ, ਕਿਸੇ ਨੂੰ ਲਿਸਨ ਕਰਨਾ ਇੱਕ ਆਲਟ ਹੈ, ਇੱਕ ਕਲਾ ਹੈ ਕਿਸੇ ਨੂੰ ਸੁਣਨਾ। ਤੇ ਵਧੀਆ ਸਰੋਤਾ ਜਿਹੜਾ ਹੋਵੇ ਕਹਿੰਦੇ ਉਹ ਜ਼ਿੰਦਗੀ ਚ ਬੜਾ ਕਾਮਯਾਬ ਹੁੰਦਾ, ਵਧੀਆ ਚੀਜ਼ਾਂ ਉਹ ਲੈ ਜਾਂਦਾ ਕਿਉਂਕਿ ਸੁਣ ਰਿਹਾ ਇਕਾਗਰਤਾ ਦੇ ਨਾਲ, ਪੂਰਾ ਇਕਾਗਰ ਹੋ ਕੇ ਮਨ ਚ ਤਲਾ ਕੇ ਸੁਣਦਾ ਵੀ ਹੁਣ ਅੱਗੇ ਕੀ ਗੱਲ ਹੋਣੀ ਆ, ਹੁਣ ਅੱਗੇ ਕੀ ਗੱਲ ਹੋਣੀ। ਇੱਕ ਗੱਲ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਮੈਂ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਕਿ ਤੁਹਾਡੇ ਸਾਹਮਣੇ ਕੁਝ ਵੀ ਲੈ ਕੇ ਆਉਣਾ ਮੈਂ, ਉਹ ਹਾਲਾਂਕਿ ਮੇਰੀ ਨਿੱਜੀ ਰਾਏ ਨਹੀਂ ਹੈ ਕੋਈ ਵੀ ਮੈਂ ਕੁਛ ਹੀ ਲਿਆਉਣਾ ਚਾਹੁੰਦਾ, ਉਹ ਸਿਰਫ ਤੇ ਸਿਰਫ ਇਹ ਗੱਲ ਹੈ ਕਿ ਉਹ ਕਿਤੋਂ ਵੀ ਮੈਂ ਲਿਆ ਹੋਇਆ ਗਿਆਨ ਜਾਂ ਪੜ੍ਹ ਕੇ ਜਾਂ ਸੁਣ ਕੇ ਤੁਹਾਡੇ ਸਨਮੁੱਖ ਕਰਨਾ, ਆਪਣੇ ਆਪ ਨੂੰ ਪਰਾਂ ਰੱਖ ਕੇ ਤੁਹਾਡੀ ਗੱਲ ਲੋਕ ਸੱਥ ਦੇ ਵਿੱਚ ਜਿਹੜੀ ਸਦਾ ਗੱਲ ਹੁੰਦੀ ਹੈ ਤੁਸੀਂ ਕਰਦੇ ਹੋ ਜਾਂ ਮੈਂ ਕਰਦੇ ਹੋ, ਮੇਰਾ ਜਾਂ ਤੁਹਾਡਾ ਆਪਸ ਵਿੱਚ ਸਹਿਮਤ ਹੋਣਾ ਜਾਂ ਮੰਚ ਦਾ ਸਹਿਮਤ ਹੋਣਾ, ਇਹ ਨਹੀਂ, ਨਾ ਹੀ ਕਿਸੇ ਦੇ ਆਪਾਂ ਖਾਸ ਤੌਰ ਤੇ ਕਿਸੇ ਨੂੰ ਟਾਰਗੇਟ ਕਰਕੇ ਕੁਛ ਅਜਿਹਾ ਕਰਦੇ ਆ। ਗੱਲ ਜਿਹੜੀ ਚੱਲਣੀ ਹੈ ਉਹ ਲੋਕਾਂ ਦੇ ਸਾਂਝੇ ਖਿਆਲਾਂ ਦੇ ਵਿੱਚੋਂ ਚੱਲਣੀ ਹੈ, ਜਿਹੜਾ ਕਿ ਤੁਸੀਂ ਹਰ ਵਕਤ ਮੈਨੂੰ ਦੱਸਦੇ ਰਹਿੰਦੇ ਹੋ, ਫੀਡ ਕਰਦੇ ਰਹਿੰਦੇ ਹੋ, ਇਹਦੇ 'ਤੇ ਗੱਲ ਹੋਣੀ ਚਾਹੀਦੀ ਹੈ ਇਹਦੇ 'ਤੇ। ਸੋ ਇਹ ਜ਼ਰੂਰੀ ਹੈ, ਇਹ ਨਹੀਂ ਹੈ ਕਿ ਉਹ ਮੇਰੀ ਨਿੱਜ ਹੈ ਜਿਹੜੀ ਮੈਂ ਗੱਲ ਹੁਣ ਘੱਲੂ ਘਰੇ ਦੀ ਆਪਾਂ 4 ਦਿਨ ਗੱਲ ਕਰਕੇ ਹਟਿਆ, ਉਹ ਨਿੱਜ ਥੋੜ੍ਹਾ ਮੇਰਾ, ਉਹ ਇਤਿਹਾਸ 'ਚ ਵਾਪਰੀਆਂ ਚੀਜ਼ਾਂ ਜਿਹੜੀਆਂ ਤੁਹਾਡੇ ਮੈਂ ਸਨਮੁੱਖ ਕੀਤੀਆਂ। ਇੱਕ ਗੱਲ ਮੈਂ ਇਹਨਾਂ ਦਿਨਾਂ 'ਚ ਲੱਭੀ ਕਿ ਜਦ ਤੁਸੀਂ ਸੁਣਦੇ ਹੋ ਕਿਸੇ ਨੂੰ, ਸੁਣਨ ਦੇ ਸਮੇਂ ਬਹੁਤ ਕੁਛ ਸਿੱਖਦੇ ਹੋ, ਪੜ੍ਹਨ ਨਾਲੋਂ ਸੁਣਨ ਦੇ ਨਾਲ ਤੁਸੀਂ ਬਹੁਤ ਕੁਛ ਸਿੱਖਦੇ। ਜਿੰਨੇ ਵੀ ਸਕਾਲਰਸ ਨੇ, ਜਿੰਨੇ ਵੀ ਰਿਸਰਚਰ ਨੇ, ਉਹਨਾਂ ਨੇ ਇਸ ਘੱਲੂਘਾਰੇ ਬਾਰੇ ਬਹੁਤ, ਉਹਨਾਂ ਦੀਆਂ ਆਡੀਓ ਕਲਿਪਸ ਨੇ, ਉਹਨਾਂ ਦੀਆਂ ਯੂਟਿਊਬ ਤੇ ਵੀਡੀਓਜ਼ ਨੇ, ਬਹੁਤ ਕੁਛ ਤੁਹਾਨੂੰ ਸੁਣਨ ਨੂੰ ਮਿਲਦਾ ਤੇ ਬਹੁਤ ਜਲਦੀ ਸਮਝਦੇ ਹੋ ਤੁਸੀਂ ਇਤਿਹਾਸਕ ਪਰਿਪੇਖ ਦੇ ਥੱਲੇ। ਤੀਸਰੇ ਘੱਲੂਘਾਰੇ ਨੂੰ ਜਦ
ਦੱਸਦੇ ਨੇ ਸੁਣਾਉਣ ਵਾਲੇ ਡਾਕਟਰ ਉਦੋ ਕੇ ਆ, ਸਰਾਜ ਮੇਹਰ ਸਿੰਘ ਨੇ, ਸਰਾਜ ਸਿੱਧੂ ਨੇ, ਸਰਾਜ ਬਲਦੇਵ ਸਿੰਘ ਆ ਕੇ ਆਪ ਦੱਸ ਕੇ ਗਏ ਨੇ, ਬਹੁਤ ਕੁਛ ਉਹਦੇ ਤੋਂ ਪਤਾ ਲੱਗਦਾ। ਤੇ ਪੁਰਾਣੇ ਇਤਿਹਾਸ ਦੇ ਵਿੱਚੋਂ ਜੇ ਸੁਣਨਾ ਕਿਸੇ ਨੂੰ ਜਾਂ ਪੜ੍ਹਨਾ, ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਨੇ, ਤੇ ਇਸ ਤਰ੍ਹਾਂ ਤੁਹਾਨੂੰ ਹੌਲੀ ਹੌਲੀ ਜਿਹੜਾ ਉਹ ਪਤਾ ਲੱਗਦਾ ਕਿ ਕਹਾਣੀ ਕਿੱਥੇ ਖੜੀ ਹੈ ਗੱਲ। ਸੋ ਫਿਰ ਤੁਹਾਨੂੰ ਸਮਝਾਉਣਾ ਅੱਗੇ, ਉਹ ਵੀ ਇੱਕ ਆਰਟ ਆ। ਫਿਰ ਸੁਣਨਾ, ਜਿਹੜਾ ਸੁਣ ਕੇ ਤੁਸੀਂ ਅੱਗੇ ਜਿਹੜੀ ਚੀਜ਼ ਪੇਸ਼ ਕਰਨੀ ਹੈ ਉਹਦੇ 'ਚ ਇੱਕ ਸੁਣਨਾ ਜਿਹੜਾ, ਬਹੁਤ ਵਾਰ ਬਹੁਤ ਸੋਹਣੇ ਲੱਗਦੇ ਕਈ ਬੰਦੇ ਇਕੱਠ 'ਚ ਬੈਠੇ ਨਾ, ਪੰਜ ਸੱਤ ਬੰਦਿਆਂ 'ਚ ਚਾਰ ਤਾਂ ਲੱਗੇ ਹੋਏ ਨੇ ਨਾ, ਟਪੁੱਲ ਕਦੇ ਇੱਕ ਆ ਗਈ, ਦੂਜੀ, ਤੀਜੀ, ਚੌਥੀ, ਕਈ ਬੈਠੇ ਸੁਣੀ ਜਾਂਦੇ ਆ ਆਰਾਮ ਦੇ ਨਾਲ। ਉਹ ਕਹਿੰਦੇ ਯਾਰ, ਉਹ ਕਹਿੰਦੇ ਨਾ, ਔਰ ਇਹ ਗੱਲ ਬਿਲਕੁਲ ਸਹੀ ਹੈ ਕਿ ਜਿਹੜਾ ਬਿਲਕੁਲ ਕੇਂਦਰ ਬਿੰਦੂ ਬਣਾ ਕੇ ਸੁਣਦਾ ਉਹਨੂੰ ਭੁੱਲ ਨਹੀਂ ਸਕਦੇ ਤੁਸੀਂ। ਸਕੂਲਾਂ ਦੇ ਵਿੱਚ ਆਪਾਂ ਮਾਸਟਰ ਜੀ ਜਿਹੜੇ ਆਪਣੇ ਹੁੰਦੇ, ਉਹਨਾਂ ਤੋਂ ਆਪਾਂ ਸੁਣਦੇ ਨਾ, ਐਨ ਸਿੱਧੇ ਹੋ ਕੇ ਬੈਠੇ ਹੁੰਦੇ, ਪੂਰੇ ਸੁਣਦੇ, ਭੁੱਲਦੇ ਨਾ। ਸੁਣਨ ਦਾ ਇੱਕ ਕਿਸੇ ਨੂੰ ਇੱਕ ਕਲਾ, ਇਸ ਕਲਾ ਦੇ ਬਾਰੇ ਤੁਹਾਡੀ ਜ਼ਿੰਦਗੀ ਦੇ ਤਜਰਬੇ। ਇਹ ਮੈਂ ਕੱਲ ਇੱਕ ਕਿਤਾਬ ਪੜ੍ਹ ਰਿਹਾ ਸਾਂ, ਉਹਦੇ ਵਿੱਚ ਪਹਿਲੇ ਅਧਿਆਏ ਦੇ ਵਿੱਚ ਸੁਣਨ ਦੀ ਗੱਲ ਆ ਗਈ, 12 ਦੇ ਕਰੀਬ ਸਫ਼ੇ ਉਸ ਕਿਤਾਬ ਦੇ ਵਿੱਚ ਸੁਣਨ ਦੇ ਬਾਰੇ ਲਿਖੇ ਹੋਏ ਕਿ ਇਹ ਤਾਂ ਬਹੁਤ ਵੱਡੀ ਕਲਾ ਹੈ ਕਿਸੇ ਨੂੰ ਲਿਸਨ ਕਰਨਾ। ਉਹ ਕਹਿੰਦਾ ਲਿਸਨ ਮੀ ਨਾਓ, ਔਰ ਮੇਰੀ ਤਾਂ ਸੁਣ ਹੁਣ ਯਾਰ, ਤੂੰ ਸੁਣਦਾ ਹੀ ਨਹੀਂ ਮੇਰੀ, ਜਾਂ ਢਾਕਾਂ ਤੇ ਹੱਥ ਆਉਂਦੇ ਨੇ ਨਾ ਆਪਣੇ, ਫਿਰ ਇਉਂ ਕਹਿੰਦੇ ਆਪਾਂ, ਉਹ ਸੁਣਦਾ ਹੀ ਨਹੀਂ ਉਹਦਾ ਯਾਰ ਕਿਸੇ ਦੀ ਗੱਲ। ਆਪਾਂ ਅਕਸਰ ਕਹਿੰਦੇ ਉਹਨੂੰ ਗੱਲ ਕੀ ਉਹਨਾਂ ਕਰੀਏ ਯਾਰ, ਕਹਿੰਦਾ ਕਿਉਂ ਕਹਿੰਦਾ ਸੁਣਦਾ ਥੋੜਾ ਮੂਹਰੇ, ਉਹ ਤਾਂ ਦੱਸ ਸੁਣਾਉਂਦਾ ਹੈ ਮੂਹਰੇ। ਹੁੰਦਾ ਨਾ ਕਿਸੇ ਦਾ ਵਰਤਾਰਾ ਜਿਹਾ ਦੱਸਦੇ ਹਾਂ ਆਪਾਂ, ਕਰੜਾ ਕੋਈ ਬੰਦਾ ਜਿਹੜਾ ਘਮੰਡ ਦੇ ਵਿੱਚ ਕਿਸੇ ਵੀ ਸੁਣੇ ਨਾ, ਉਹਦੇ ਬਾਰੇ ਜਨਤਕ ਰਾਏ ਨਹੀਂ ਹੋ ਜਾਂਦੀ, ਪਏ ਉਹਦਾ ਕੀ ਫਾਇਦਾ, ਉਹਦਾ ਯਾਰ ਸੁਣਦਾ ਹੀ ਨਹੀਂ, ਉਹਨੂੰ ਕੀ ਸੁਣਾਵੇਂਗੇ, ਸੁਣੇ ਤਾਂ ਹੀ ਆ, ਸੁਣਦਾ ਨਹੀਂ ਉਹ। 1844-247-1550 ਸੁਣਨਾ ਕਿਸੇ ਨੂੰ, ਲਿਸਨ ਕਰਨਾ ਕਿਸੇ ਨੂੰ, ਇਹ ਆਲਟ ਹੈ ਜਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡਾ ਤਜਰਬਾ ਕੀ ਹੈ? ਸਰ ਅਵਤਾਰ ਸਿੰਘ, ਲਾਈਨ ਨੰਬਰ 2। ਸਰ ਅਵਤਾਰ ਸਿੰਘ ਜੀ, ਸਰ ਬਲਵੀਰ ਸਿੰਘ ਜੀ, ਲਾਈਨ ਨੰਬਰ 3। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗਿੱਲ ਸਾਹਿਬ, ਜਿਹੜੀ ਆਪ ਜਿਹੜੀ ਗੱਲ ਕਰਦੇ ਆ ਵੀ ਸੁਣਨਾ ਜਿਹੜਾ ਵੀ ਉਹ ਇਹ ਕਲਾ ਆ ਨਾ, ਇਹ ਸੱਚੇ ਪਾਤਸ਼ਾਹ ਨੇ ਵੀ ਇਹਦੇ ਉੱਤੇ ਸਟੈਂਪ ਲਾਈ ਆ। ਉਹਨਾਂ ਨੇ ਕਿਹਾ ਆਇਓ ਸੁਣਨ ਪੜ੍ਹਨ ਕੋ ਬਾਣੀ। ਪਹਿਲਾਂ ਸੁਣਨ ਕਿਹਾ ਉਹਨਾਂ ਨੇ, ਇਹ ਨੀ ਕਿਹਾ ਵੀ ਆਪ ਪੜ੍ਹਨੇ ਨੂੰ ਨੀ ਕਿਹਾ, ਸੁਣਨੇ ਨੂੰ ਕਿਹਾ। ਆਪ ਜੀ ਦਾ ਵਿਸ਼ਾ ਬਹੁਤ ਵਧੀਆ। ਮੈਂ ਆਪਣੇ ਬਾਈ ਜੀ ਗੱਲ ਕਰ ਰਹੇ ਸੀਗੇ ਵੀ ਮੂਸੇ ਨੂੰ, ਮੇਰਾ ਖਿਆਲ ਉਹਨਾਂ ਨੇ ਕੋਈ ਪ੍ਰੋਗਰਾਮ ਰੱਦ ਕਰਤਾ ਸਿਟੀ ਨੇ, ਸਰੀ ਦੀ ਨੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਚਿੰਤਤ ਨੀ ਹੋਣਾ ਚਾਹੀਦਾ, ਜਿਹੜਾ ਸ਼ਹੀਦਾਂ ਦਾ ਗੁਰਦੁਆਰਾ ਬਾਜਲ ਸਾਹਿਬ ਉੱਥੇ ਜਾ ਕੇ ਆਪਣਾ ਪ੍ਰੋਗਰਾਮ ਲਾਇਆ ਵੀ ਉਹ ਹੁਣ ਤਾਂ ਜਿਹੜੇ ਗਾਉਣ ਵਾਲੇ ਉਹ ਸਟੇਜਾਂ ਤੇ ਲੱਗਦੇ ਆ ਸ਼ਹੀਦਾਂ ਦੀ ਯਾਦ ਦੇ ਵਿੱਚ। ਉਹਨੂੰ ਬਾਹਲਾ ਫਿਕਰ ਕਰਨ ਦੀ ਲੋੜ ਨੀ। ਮੇਰੀ ਬਾਈ ਜੀ ਨੇ ਸਲਾਹ ਆ ਵੀ ਉੱਥੇ ਉਹ ਜਿਹੜਾ ਕਹਿੰਦੇ ਸਾਡਾ ਜੀ ਸ਼ਹੀਦਾਂ ਦਾ ਗੁਰਦੁਆਰਾ ਜਿੱਥੇ ਫੋਟੋਆਂ ਲਾਈਆਂ ਬਾਹਰ, ਉਹ ਸ਼ਹੀਦਾਂ ਨੂੰ ਸੁਣਾਉਂਦੇ ਆ। ਉਹ ਅੱਜ ਕੱਲ ਏਦਾਂ ਦੇ ਗਵੱਈਏ ਜਿਹੜੇ ਹੈਗੇ ਆ ਉਹ ਆ ਕੇ ਸਟੇਜ ਤੇ ਲੱਗਦੇ ਆ। ਅੰਦਰਲੇ ਪਾਸੇ ਮਾਤਾ ਸਾਹਿਬ ਦਾ ਪ੍ਰੋਗਰਾਮ ਚੱਲ ਰਿਹਾ, ਢਾਡੀ ਲੱਗੇ ਹੋਏ, ਤੇ ਬਾਹਰਲੇ ਪਾਸੇ ਮੂਸੇ ਵਰਗੇ ਲੱਗੇ ਹੋਏ ਜਿਹੜੇ ਆਪਣੇ ਆਪ ਨੂੰ ਬਹੁਤ ਕਹਿੰਦੇ ਵੀ ਪੰਥ ਅਸੀਂ ਸਿਰ ਤੇ ਚੱਕਿਆ। ਬਸ ਮੇਰੇ ਇੰਨੇ ਵਿਚਾਰ ਸੀ ਗਿੱਲ ਸਾਹਿਬ। ਧੰਨਵਾਦ ਜੀ। ਲਾਈਨ ਨੰਬਰ 4, ਰਜਿੰਦਰ ਸਿੰਘ ਜੀ। ਹਾਂਜੀ ਗਿੱਲ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ ਵੀਰ ਜੀ। ਬਿਲਕੁਲ ਗਿੱਲ ਸਾਹਿਬ ਜੀ, ਜਿਹੜਾ ਸੁਣਨਾ ਆ, ਸੁਣਨ ਦੇ ਵਿੱਚ ਵਿੱਚ ਹੀ ਬੰਦੇ ਦੇ ਜਿਹੜੇ ਕੁਐਸਚਨ ਉੱਠਦੇ ਆ ਉਹ ਨਾਲ ਨਾਲ ਉਹਦੇ ਆਨਸਰ ਵੀ ਆਈ ਜਾਂਦੇ ਜੇ ਲੌਂਗ ਟਾਈਮ ਸੁਣੇ ਤਾਂ। ਬਟ ਜੇ ਉਹਨੇ ਇੱਕ ਸੁਣਨ ਤੋਂ ਬਾਅਦ ਫਟਾਫਟ ਆਪਣਾ ਕੁਐਸਚਨ ਬਣਾ ਲਿਆ ਤਾਂ ਉਹਨੂੰ ਫਟਾਫਟ ਉਹਦਾ ਆਨਸਰ ਪੁੱਛਣਾ ਆ, ਉਹਦੇ 'ਤੇ ਉਹਨੂੰ ਸਮਝ ਨਹੀਂ ਲੱਗ ਸਕਦੀ। ਮੈਂ ਇੱਕ ਪ੍ਰੈਕਟੀਕਲ ਤੁਹਾਨੂੰ ਦੱਸ ਦੇਣਾ, ਮੈਨੂੰ ਕੋਈ ਇਨਸ਼ੋਰੈਂਸ ਵਾਸਤੇ ਮੈਨੂੰ ਸਮਝਾਉਣ ਲੱਗ ਗਿਆ, ਕੌਂਸਲਰ ਦੇਣ ਲੱਗ ਗਿਆ, ਮੇਰੇ ਜਿਹੜੇ ਜਿਹੜੇ ਸਵਾਲ ਉੱਠਦੇ ਉਹ ਨਾਲ ਨਾਲ ਮੈਨੂੰ ਸੁਣੀ ਗਿਆ ਨਾਲ ਨਾਲ ਮੈਨੂੰ ਜਵਾਬ ਵੀ ਮਿਲੀ ਗਿਆ। ਜਦੋਂ ਅੱਗੇ ਜੇ ਗੱਲ ਕਰਦਾ ਉਹਦਾ ਜਾ ਕੇ ਉਹ ਜਿਹੜਾ ਮੈਂ ਕੁਐਸਚਨ ਸੀ ਅੱਗੇ ਜਾ ਕੇ ਉਹਦਾ ਜਵਾਬ ਮਿਲ ਗਿਆ। ਜਿੰਨਾ ਚਿਰ ਅਸੀਂ ਗੱਲ ਨੂੰ ਲੌਂਗ ਟਾਈਮ ਸੁਣਦੇ ਨਹੀਂ, ਪੂਰੀ ਗੱਲ ਸੁਣਦੇ ਨਹੀਂ, ਤਾਂ ਉਨਾ ਚਿਰ ਸਾਨੂੰ ਇਹਨਾਂ ਗੱਲਾਂ ਦੀ ਸਮਝ ਨਹੀਂ ਆਉਣੀ।
ਹੁਣ ਆਈਏ ਗੱਲ ਸਾਹਿਬ ਜੀ ਆਪਾਂ ਆਪਣੇ ਵਿਸ਼ੇ ਤੇ। ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ। ਪਹਿਲਾਂ ਮੈਂ ਬਹੁਤ ਸੁਣਿਆ ਤੁਹਾਡਾ ਪਿਛਲੇ ਹਫ਼ਤੇ ਦੇ ਵਿੱਚ ਚਾਰੇ ਹੀ ਦਿਨ ਦਾ ਜੂਨ 84 ਦਾ ਜਿਹੜਾ ਘੱਲੂਘਾਰਾ ਸਰਦਾਰ ਬਲਦੇਵ ਸਿੰਘ ਜੀ ਆਪ ਜੀ ਨੇ ਸਾਂਝੇ ਤੌਰ ਤੇ ਸੁਣਾਇਆ, ਔਰ ਬਹੁਤ ਹੀ ਵੱਡੇ ਪੱਧਰ ਤੇ ਜਿਹੜੀ ਇੱਕ ਸੱਚ ਜਿਹੜਾ ਸਾਹਮਣੇ ਤੁਸੀਂ ਕੌਮ ਦੇ ਰੱਖਿਆ, ਤੇ ਉਹ ਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਰਹੀ ਗੱਲ ਆਪਣੀ 1984 ਤੋਂ ਲੈ ਕੇ 94 ਤੱਕ ਆਪ ਜੀ ਨੇ ਉਹਦੇ ਵਿੱਚ ਸ਼ੇਅਰ ਕੀਤੀ ਗੱਲ ਸਾਰੀ ਕਿ ਕਿਵੇਂ ਨੌਜਵਾਨੀ ਦੇ ਉੱਤੇ ਘਾਣ ਕੀਤਾ ਗਿਆ। 1994 ਤੋਂ ਬਾਅਦ ਦਾ ਜਿਹੜਾ ਸਾਕਾ ਸੀਗਾ ਉਹਦੇ ਵਿੱਚ ਆ ਗਿਆ ਜੀ 1995 ਦੇ ਵਿੱਚ। ਪਹਿਲਾਂ ਉਹਦੇ ਚ ਪੜ੍ਹਦੇ ਸੀ ਸੁੱਖੇ ਜਿੰਦੇ ਵਰਗੇ ਸਬਜੈਕਟ ਹੁੰਦਾ ਗਿਆਨੀ ਦਾ, ਸਕੂਲਾਂ ਕਾਲਜਾਂ ਦੇ ਵਿੱਚ ਪੜ੍ਹਾਇਆ ਜਾਂਦਾ ਸੀ ਗਿਆਨੀ ਸਬਜੈਕਟ। ਏਦਾਂ ਦੇ ਸੂਰਮੇ ਕਾਇਮ ਹੋਏ ਸੀਗੇ, ਪਰ ਉਸ ਸਿਸਟਮ ਨੂੰ ਖਤਮ ਕਰਨ ਵਾਸਤੇ ਉੱਥੇ ਉੱਥੇ ਬੰਦ ਕੀਤਾ ਗਿਆ ਸਕੂਲਾਂ ਕਾਲਜਾਂ ਦੇ ਵਿੱਚੋਂ ਇਹ ਗਿਆਨੀ ਦਾ 1995 ਦੇ ਵਿੱਚ। ਕਿਸੇ ਵੀ ਕੌਮ ਦੇ ਜਾਂ ਸਾਡੀ ਪੰਥਕ ਨੇ ਕਿਸੇ ਨੇ ਵੀ ਉੱਥੇ ਵਿਰੋਧ ਨਹੀਂ ਕੀਤਾ ਵੀ ਇਹ ਕਿਉਂ ਬੰਦ ਕੀਤਾ ਗਿਆ। ਉੱਥੇ ਇੱਕ ਸਕੂਲ ਕਾਲਜ ਯੂਨੀਵਰਸਿਟੀਆਂ ਇੱਕ ਕੋਰਾ ਕਾਗਜ਼ ਜਿਹੜਾ ਬੱਚੇ ਦਾ ਹੁੰਦਾ ਉੱਥੇ ਉਹਨਾਂ ਨੇ ਇੱਕ ਲਿਖਣਾ ਹੁੰਦਾ ਆ, ਉਹਨੂੰ ਕਹਿੰਦਾ ਉਹਨੂੰ ਦਰਜਾ ਦਿੱਤਾ ਜਾਂਦਾ ਸੀ ਗੁਰਦੁਆਰਾ ਮੰਦਿਰ ਦਾ, ਜਿੱਥੇ ਆ ਜਿਹੜੇ ਜਦੋਂ ਉੱਥੇ ਪੁੱਲੇ ਵਰਗਿਆਂ ਨੂੰ ਉਸ ਟਾਈਮ ਤੇ ਗੌਰਮੈਂਟਾਂ ਨੇ ਅਹੁਦੇ ਦਿੱਤੇ ਹੋਏ ਸੀਗੇ DSP ਦੇ, ਆਪਾਂ ਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਹੁਣ ਸਾਰਿਆਂ ਨੂੰ ਹਨਾ। ਇਸੇ ਤਰ੍ਹਾਂ ਅਜਮੇਰ ਸਿੰਘ ਜੀ ਦੇ ਕੋਲੋਂ ਸੁਣੋ ਤੁਸੀਂ, ਇਹਨਾਂ ਸਿੰਗਰਾਂ ਨੂੰ ਵੀ ਅਹੁਦੇ ਦਿੱਤੇ ਗਏ ਸੀ ਕਿ ਕਿੱਦਾਂ ਪੰਜਾਬ ਹੁਣ ਨਵੇਂ ਤੌਰ ਤੇ 1984 ਤੋਂ ਲੈ ਕੇ 95 ਤੱਕ ਕਿੱਦਾਂ ਨੌਜਵਾਨਾਂ ਨੂੰ ਘਾਣ ਕੀਤਾ ਤੇ ਹੁਣ ਕਿਹੜੇ ਤਰੀਕੇ ਨਾਲ ਘਾਣ ਕਰਨਾ, ਇਹ ਵੀ ਤੁਸੀਂ ਉਹਨਾਂ ਕੋਲ ਉਹਨਾਂ ਦੇ ਇੱਕ ਵੀਡੀਓ ਵਿੱਚ ਤੁਸੀਂ ਸੁਣ ਸਕਦੇ ਆ ਕਿ ਕਿਵੇਂ ਇਹ ਕਲਚਰ ਰੂਪ ਦੇ ਵਿੱਚ ਸਾਡੇ ਨੌਜਵਾਨਾਂ ਨੂੰ ਨਸ਼ਈ ਗੰਦ ਪਾਉਣਾ ਸਕੂਲਾਂ ਕਾਲਜਾਂ ਯੂਨੀਵਰਸਿਟੀਆਂ ਵਿੱਚ ਜਾ ਕੇ ਜਿਹੜੇ ਇੱਕ ਗੁਰਦੁਆਰੇ ਮੰਦਿਰ ਦਾ ਦਰਜਾ ਦਿੱਤਾ ਜਾਣਾ ਚਾਹੀਦਾ ਸੀ, ਅੱਜ ਉਹ ਆਸ਼ਕੀ ਦੇ ਅੱਡੇ ਕਿੰਨੇ ਬਣਾਏ ਆ ਇਹਨਾਂ ਸਿੰਗਰਾਂ ਨੇ, ਜਿਹੜੇ ਕਹਿੰਦੇ ਘਰ ਦੀ ਸ਼ਰਾਬ ਹੋਵੇ, ਜਿਹੜੇ ਜਿਹਨਾਂ ਨੇ ਇਹ ਸਾਡੇ ਸਾਹਮਣੇ ਸਾਡੀਆਂ ਧੀਆਂ ਭੈਣਾਂ ਦੇ ਲੱਕ ਨੱਪੇ, ਇਹਨਾਂ ਨੇ ਸਾਡੇ ਧੀਆਂ ਭੈਣਾਂ ਦੀਆਂ ਅੱਖਾਂ ਸਾਡੇ ਧੀਆਂ ਭੈਣਾਂ ਦੇ ਨੱਕ ਕਿੱਦਾਂ ਅਸੀਂ ਇਹਨਾਂ ਦੇ ਮੂਹਰੇ ਜਾ ਕੇ ਬਹਿ ਕੇ ਸੁਣਦੇ ਹਾਂ। ਮੈਂ ਕਹਿੰਦਾ ਧੰਨਵਾਦ ਕਰਦੇ ਹਾਂ ਅੱਜ ਸਰੀ ਪੁਲਿਸ ਦਾ ਜਿਹੜਾ ਇਹਨਾਂ ਨੇ ਇੱਕ ਕਦਮ ਚੱਕਿਆ, ਸਗੋਂ ਸਾਡੀ ਜਿਹੜੀ ਸਾਡੀ ਸਿੱਖ ਕੌਮ ਨੇ ਨਹੀਂ ਕਰ ਸਕੀ ਉਹ ਇਹੋ ਜਿਹਾ ਕੰਮ, ਅੱਜ ਇਹਨਾਂ ਨੇ ਪਹਿਲਾਂ ਫਸਟ ਟਾਈਮ ਤੇ ਪਹਿਲਾਂ ਕੰਮ ਕੀਤਾ ਅੱਜ, ਤੇ ਸਾਨੂੰ ਤੇ ਤਾਂ ਧੰਨਵਾਦ ਕਰਨਾ ਚਾਹੀਦਾ ਜੀ, ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਗਿੱਲ ਸਾਹਿਬ ਜੀ, ਥੈਂਕ ਯੂ ਜੀ, ਧੰਨਵਾਦ ਵੀਰ ਜੀ। ਲਾਈਨ ਨੰਬਰ 5 ਹਰ ਚੀਜ਼ ਤੇ ਤਰਕ ਕਰਨਾ, ਹਰ ਚੀਜ਼ ਨੂੰ ਮਤਲਬ ਸ਼ੱਕ ਕਰਨਾ, ਤਰਕ ਜਦੋਂ ਹੌਲੀ ਹੌਲੀ ਉਹ ਮਤਲਬ ਸੁਣਨ ਨੀ ਹੁੰਦੀ ਸੀਗੀ ਵੀ ਕਿਸੇ ਨੇ ਕੋਈ ਗੱਲ ਕਹੀ ਉਹਦਾ ਰਾਈਟ ਵੇ ਜਵਾਬ ਦੇਣਾ ਸੀ ਉਸੇ ਵੇਲੇ, ਕਿਉਂਕਿ ਉਹ ਜਦੋਂ ਤਰਕ ਦੀ ਲੋੜ ਵੱਧ ਹਰ ਗੱਲ ਤੇ ਕਰੀ ਜਾਣਾ ਫਿਰ ਉਹ ਸ਼ੱਕ ਚ ਬਦਲ ਜਾਂਦਾ, ਕਿਉਂਕਿ ਵਿਸ਼ਵਾਸ ਵੀ ਕਿਸੇ ਚੀਜ਼ ਦਾ ਜਿਹੜਾ ਸੁਣਨਾ ਇਹ ਵਿਸ਼ਵਾਸ ਪੈਦਾ ਕਰਦਾ ਬੰਦੇ ਦੇ ਵਿੱਚ ਕਿਸੇ ਚੀਜ਼ ਦਾ ਨਾ ਜੀ। ਹੁਣ ਜਿਹੜੀ ਥੋੜੇ ਚਿਰ ਤੋਂ ਪਹਿਲਾਂ ਜਿੱਦਾਂ ਕਾਫੀ ਸੁਣਦੇ ਹੁੰਦੇ ਵੀ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹੁੰਦੀਆਂ ਵੀ ਸੀਗੀਆਂ ਕੋਲ, ਪਰ ਪੜ੍ਹਨ ਨੂੰ ਦਿਲ ਨੀ ਕਰਦਾ ਹੁੰਦਾ ਗਾ, ਪਰ ਜਦੋਂ ਕਾਫੀ ਲੈਕਚਰ ਜਿੱਦਾਂ ਤੁਸੀਂ ਦੱਸਿਆ ਜਿਵੇਂ ਹੁਣ ਹੋਰ ਲੈਕਚਰ ਸੁਣਨ ਲੱਗੇ ਜਾਂ ਕਿੱਦਾਂ ਆ, ਹੁਣ ਇੱਥੇ ਵਿਹਲੇ ਹੋਈਏ ਤੇ ਹੁਣ ਕਿਸੇ ਨੂੰ ਫੋਨ ਕਰਨ ਦੀ ਬਜਾਏ ਚੁੱਪ ਕਰਕੇ ਉਹ ਲਾ ਲਈ ਦਾ ਕਿ ਉਹ ਚੋ ਘੰਟੇ ਦੋ ਦੋ ਘੰਟੇ ਵੀ ਸੁਣੀ ਜਾਓ ਚੁੱਪ ਕਰਕੇ, ਕੋਈ ਏਡਾ ਬੰਦਾ ਅੱਕਦਾ ਨੀ। ਉਹਦੇ ਵਿੱਚ ਅੱਗੇ ਹੁੰਦੀ ਸੀ ਅਰਥਾਂ ਨਾ ਵੀ ਅਰਥਾਂ ਨਾ ਪੜੋ, ਆਮ ਬਹੁਤ ਆਪਾਂ ਕਹਿੰਦੇ ਬਿਆਨੀ ਬਾਣੀ ਅਰਥਾਂ ਨਾ ਪੜੋ, ਉਹ ਹੁਣ ਮੈਂ ਕਿਹਾ ਵੀ ਹੁਣ ਸੁਣਿਆ ਪਤਾ ਵੀ ਨੀ ਅਰਥਾਂ ਨਾ ਨੀ ਅਸਲ ਦੇ ਵਿੱਚ ਸਾਨੂੰ ਸੁਣਨਾ ਪੈਣਾ ਵੀ ਅਰਥ ਆਪਣੇ ਆਪ ਹੀ ਜੋ ਵਿਆਖਿਆ ਤੁਸੀਂ ਆਪਣੇ ਕੱਢਣੇ ਉਹ ਗੁਰੂ ਸਾਹਿਬ ਨੇ ਆਪ ਹੀ ਦੱਸ ਦੇਣੇ ਆ। ਹੁਣ ਜਪਜੀ ਸਾਹਿਬ ਵਿੱਚ ਇੱਕ ਆਉਂਦਾ ਵੀ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰਕੀ ਸਿੱਖ ਸੁਣੀ, ਤੇ ਜੇ ਆਪਾਂ ਗੁਰੂ ਦੀ ਸਿੱਖ ਸੁਣੂਗਾ ਉਹਦੀ ਮਤ ਦੇ ਨਾਲ ਤਾਂ ਹੀ ਆਪਣੇ ਮਤ ਦੇ ਵਿੱਚ ਉਹ ਰਤਨ ਜਵਾਹਰ ਮਾਣਕ ਵਰਗੀ ਉਹ ਮੰਨ ਲਓ ਉਦਾਂ ਦੇ ਵਿਚਾਰ ਵਧੀਆ ਆਉਣੇ ਆ ਅਣਮੁੱਲੇ ਵਿਚਾਰ ਨਾ। ਹੁਣ ਜਿਹੜੀ ਅਸੀਂ ਗੱਲ ਸੁਣਨ ਦੀ ਸਭ ਤੋਂ ਵੱਡੀ ਗੱਲ ਮੈਨੂੰ ਇਹ ਆ ਵੀ ਜਿੱਦਾਂ ਵੀ ਪਤਾ ਇਹ ਲੈਕਚਰ ਲਾ, ਜਿਹੜੀ ਗੱਲ ਹੁਣ ਮੈਂ ਆਪ ਕਹਿ ਰਿਹਾ ਆ ਇਹ ਗੱਲ ਮੇਰੇ ਕੰਨਾਂ ਨੂੰ ਸੁਣਨੀ ਚਾਹੀਦੀ ਆ, ਜੇ ਮੈਂ ਸਿਰਫ ਤੁਹਾਨੂੰ ਸੁਣਾਉਣ ਲਈ ਕਹਿੰਦਾ ਆ ਫਿਰ ਉਹ ਸਿਰਫ ਸੁਣਾਉਣਾ ਹੀ ਆ, ਜੇ ਤੁਹਾਡਾ ਕਿਹਾ ਆਪਣੇ ਆਪ ਨੂੰ ਸੁਣਨਾ ਚਾਹੀਦਾ, ਜਿੱਦਾਂ ਹੁਣ ਆਪਾਂ ਕਿਤੇ ਚਲੇ ਜਾਂਦੇ ਆ ਗੁਰਦੁਆਰਾ ਸਾਹਿਬ ਵੀ ਚਲੇ ਜਾਂਦੇ ਆ, ਜੇ ਉੱਥੇ ਕੋਈ ਚੱਲਦਾ ਕੀਰਤਨ ਦਰਬਾਰ ਜਾਂ ਕੋਈ ਵੀ ਕਥਾ ਚੱਲਦੀ ਆ, ਜੇ ਉਹਦੇ ਵਿੱਚ ਕਈ ਵਾਰੀ ਜੇ ਅਸੀਂ ਨਹੀਂ ਸੁਣਦੇ ਹੁੰਦੇ ਸਾਡਾ ਧਿਆਨ ਕਿ ਹੋਰ ਕੁਕਰੀਆਂ ਚੀਜ਼ਾਂ ਲੱਗ ਜਾਂਦਾ ਜਿਹੜੀਆਂ ਸਾਨੂੰ ਜਿਹ ਚ ਗਲਤੀਆਂ ਹੀ ਨਜ਼ਰ ਆਉਂਦੀਆਂ ਵੀ ਆ ਬਾਜਾ ਕਿੱਦਾਂ ਦਾ, ਢੋਲੀ ਵਾਲਾ ਭਾਈ ਕਿੱਦਾਂ ਦਾ ਆ, ਫਲਾਨਾ ਕਿੱਦਾਂ ਦਾ, ਪਰ ਜੇ ਤੁਸੀਂ ਮਾੜ ਜਾ ਸਿਰਫ ਉਹਦੀ ਸ਼ਬਦ ਤੇ ਹੀ ਕੰਸਟਰੇਟ ਕਰ ਲਓ ਉਹਨੂੰ ਸੁਣ ਲੱਗ ਪਓਗੇ ਉਹਦੀ ਚੀਜ਼ ਨੂੰ ਫਿਰ ਸਾਰੀਆਂ ਗੱਲਾਂ ਭੁੱਲ ਜਾਂਦੀਆਂ। ਇਹ ਮੇਰੇ ਖਿਆਲ ਦੇ ਨਾਲ ਵੀ ਜੇ ਆਪਾਂ ਵਾਹਿਗੁਰੂ ਵੀ ਕਹਿੰਦੇ ਆ ਜਾਂ ਕੁਛ ਵੀ ਕਹਿੰਦੇ ਜਾਂ ਕੋਈ ਓਮ ਕਹਿੰਦਾ ਜਾਂ ਅਲੱਗ ਜਿਹੜਾ ਤੁਸੀਂ ਮੈਡੀਟੇਸ਼ਨ ਤੇ ਜਿਹੜਾ ਤੁਸੀਂ ਮੂੰਹੋਂ ਕੱਢਦੇ ਹੋ ਤੁਹਾਡੇ ਆਪਣੇ ਕੰਨ ਨੂੰ ਤੁਹਾਡੇ
मन तक पहुंचनी चाहिए सुनाई ओदी सुनना चाहिए नहीं तो फिर जो तुम दूजे नु सुनाउण लई ही कहने अज जिन्ना भी प्रचार हो रहा सारा दूजे नु सुनाउण लई हो रहा हुण अज दूजिया ही दसिया जा रहा आ सिक्खी का प्रचार है जो राजनीतिक प्रचार है जो तर्कशीलता का कोई अपने आप कोई नहीं सुनने तैयार असं भी उन्होंने इनकलूड आ मैं इतना नहीं कहना भी दूजे ने फिर कहने असं भी उन्होंने इनकलूड आई जो सच ने मान लो किसी ने कहते अपने जो तुम सुन लग पे फिर थोड़े अंदरों अपने आप गल निकल लग पैनी है बेशक तुम घंटिया बदी सुनी जाओ मैं कहना संत सिंह मस्कीन अगे काफी लोग सुन देंगे उन्होंने सुनोगे तो काफी हेल्प हो जाती है उन्होंने जो गलों साखियों सुनोगे जी बहुत वधिया निकलता निचोड़ वधिया चीजा जिन्हें यही चीजें भुल चुके हो चीजा तो मेरे ख्याल में तो यही है भी सुनने का तो भी थोड़े अपने कानों को गल सुनी चाहिए जी भी तुम कहने फिर यह मतलब तुम सुन रहे हैं अपनी मूहों कही गल थैंक यू बहुत स्वाद आउंदा कई बार दो दो घंटे की विचार चर्चा है किसी वधिया दानशमंद इंसान की तुहानू तुसी सुन के आनंद आउंदा सुनी चलो ये गल बिल्कुल ठीक है देवल साहब लाइन नंबर दो सचन सिंह जी औलख सरदार जी सिंह जी सत श्री अकाल जी सत श्री अकाल साहब देखो जी तुम सवेरे टॉपिक रखते है मेरे को पता नहीं की गल हुई मेरा कटिया गया नंबर आया ही नहीं जी ओदे बारे तुसी भाखड़ा डैम की गल की मेरे विचार दूर ती निगाह चलेगी मैं इंटरनेट के उत्ते रोज तकरीबन चंडीगढ़ तो लेह की यात्रा जी कर रही है ना वह सड़क देखदा मैं अच्छा इन्ना ब्यूटीफुल इलाका ते मेरी इथों का ही सोच चलेगी भी इन्ना ब्यूटीफुल इलाका छड़ के भाखड़ा डैम छड़ के साडे पंजाबी लीडर ने सिख लीडर ने इलाका छड़ के एक छोटा जा पंजाब लै लिया मैनू नहीं पता लगा भी की खटिया ते की गवाया मैं सब तां ही बहुत कुछ गवाया साडे पल्ले ही कोई नहीं पहलों मैं 1947 का एक किताब पढ़ी इतिहास की वह दो मेरे स्कालर ने लिखी आ जेडे बहुत वड्डे स्कालर है दोवें ओनू मेरे साल लगा वह किताब पढ़न नू ते ओदे विचों मैं ओदे विच उन्हां ने सिखां दा रेफरेंस बहुत वार दिता सिख कौम की आजादी के कि ज्यादा हिस्सा सीगा पर फटकारा भी पाइया सिखा के लीडर ने उस वे बेसमझ सके मास्टर तारा सिंह का खास करके जिक्र किया उन्होंने फ्यूचर अपना वेख्या ही नहीं भी अंग्रेज उन्होंने थान देने तैयार सके ये मौका खुआ बैठे तो हूँ जो लभद फिरते पता नहीं की बनना वा दूजी गल जो दूसरा पॉइंट ढा वा छेड़ना भी तुम किताबा पढ़ पढ़ लाई करते ज सुन लाई करते जी किसी का लैक्चर मेरा अपना व्यू है भी मैं किताब पढ़ने ज्यादा लाइक करता हूं सुन नालों क्योंकि सुन दे विच तुहाडा कोई कंट्रोल नहीं हुंदा तुसी पाज नहीं कर सकते तुसी सोच नहीं सकते कि कह गया तो बंदा गांह चले गया कह के ते तुसी जिहड़ी किताब है तुहाडा फुल कंट्रोल आ उहदे विच हुंदा वा तुसी उहनूं वार वार पढ़ सकते जे उहदी वार कर सकते लाइन नूं ते उहदे विच ज्यादा मैनूं मजा आउंदा वैसे पढ़न दा सुन नालों धन्नवाद के तुसी अपने स्रोतिया नू समय दी लोड़ मुताबक जेड़ी चीज करनी है के नहीं करनी ओदा होका दिंदे हो ते ए असी तोड़े बड़े ऋणी है और तीजी पातशाही साहब श्री गुरु अमरदास साहब ने स्पष्ट किया है आनंद साहब दे विच सुनते पनीत कहते पवित देखो सुन वाले नू प्रेफरेंस पातशाह ने ज्यादा दिती और असी एदे धारनी हो जाइए तो बहुत अच्छी गल है मैनू याद है कि 1972 दी गल है कि रात दे प्रोग्राम च बीबीसी ने आनंद साहब बारे बड़ी व्याख्या कीती सी उहदे विच भी यही गल कही सी सुनते पनीत कहते पवित ते नाल ये भी दस्या सी कि खुशी का समा होवे ते गमी का समा होवे एक कौम ऐसी है कि आनंद साहब जिहड़ा है वह जरूर पढ़िया जांदा है वाहिगुरु जी का खालसा वाहिगुरु जी का फतेह सर रुपिंदर सिंह लाइन नंबर 4 ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਜੀ ਆਹ ਤੁਹਾਡਾ ਜਿਹੜਾ ਵਿਸ਼ਾ ਚਾਹੁੰਦਾ ਨਾ ਅਕੀਲਾ ਆਉਣ ਸੁਣਨੇ ਵਾਲਾ ਇਹ ਐਕਚੁਅਲੀ ਹੈਗਾ ਬਹੁਤ ਵੱਡਾ ਤੇ ਇਹ ਮੈਂ
ਤੇ ਸੁਣਨਾ ਤਾਂ ਇੰਪੋਰਟੈਂਟ ਇੰਨਾ ਕਿ ਮੇਰੇ ਖਿਆਲ ਜੇ ਸੁਣਿਆ ਨਾ ਜਾਵੇ ਬੰਦਾ ਭਾਸ਼ਾ ਨੀ ਸਿੱਖ ਸਕਦਾ ਹੈਗਾ। ਗਿਆਨ ਹਾਸਲ ਕਰਨਾ ਬਹੁਤ ਦੂਰ ਦੀ ਗੱਲ ਆ, ਜੇ ਹੁਣ ਜੇ ਕੋਈ ਕਿਸੇ ਨੂੰ ਕੋਈ ਸ਼ਬਦ ਸੁਣੇ ਨਾ ਕਦੇ, ਮੇਰੇ ਖਿਆਲ ਇਹਨੂੰ ਬੋਲਣਾ ਵੀ ਸਿੱਖੂਗਾ ਕਦੇ। ਇੰਨਾ ਇੰਪੋਰਟੈਂਟ ਹੈ ਸਿੱਖਣਾ ਤੇ ਸੁਣਨਾ, ਤੇ ਹਨਾ ਗੁਰੂ ਸਾਹਿਬ ਨੇ ਵੀ ਕਿਹਾ ਸੁਣ ਕੇ ਹੀ ਮੰਨਣਾ, ਪਹਿਲਾਂ ਸੁਣਿਆ ਫਿਰ ਮੰਨਿਆ ਫਿਰ ਕਰਨਾ। ਗੁਰੂ ਸਾਹਿਬ ਨੇ ਮਤਲਬ ਹਰ ਇੱਕ, ਚਲੋ ਗੁਰੂ ਸਾਹਿਬ ਨੇ ਆਪਣੇ ਆਪਾਂ ਨੂੰ ਸਮਝਾਉਣ ਦੀ ਕੋਸ਼ਿਸ਼ ਆਪਣੀ ਭਾਸ਼ਾ ਦੇ ਵਿੱਚ, ਪਰ ਜਿਹੜਾ ਤੁਸੀਂ ਆਹ ਸ਼ਬਦ ਕਿਹਾ ਨਾ ਕਿ ਵੀ ਸੁਣੇ ਆ, ਵੀ ਆਪਾਂ ਕਿੰਨੇ ਕੁ ਆਪਾਂ ਵਧੀਆ ਸਰੋਤੇ ਹੁੰਦੇ ਆ, ਇਹਦੀ ਇੱਕ ਉਦਾਹਰਨ ਹੈ ਜੀ ਕਿੰਨੀ ਕਿੰਨੀ ਇੰਪੋਰਟੈਂਟ ਹੁੰਦੀ ਆ। ਵੀ ਮੈਂ ਆਪ ਸਮਝਦਾ ਹੁੰਦਾ ਵੀ ਕਿੰਨਾ ਮਤਲਬ ਨਲਾਇਕ ਹੈ ਇਸ ਮਾਮਲੇ ਦੇ ਵਿੱਚ, ਕਿਉਂਕਿ ਕਈ ਵਾਰੀ ਤੁਸੀਂ ਸੁਣਦੇ ਨੀ ਗੱਲ, ਤੇ ਕਈ ਵਾਰੀ ਆਪਣੇ ਵੀ ਨੀ ਸੁਣਦੇ, ਦੂਜੇ ਦੀ ਤਾਂ ਵੱਖਰੀ ਗੱਲ ਆ। ਜਦੋਂ ਆਪਾਂ ਆਪਣਾ ਬੋਲਦੇ ਆਪ ਨੀ ਸੁਣਦੇ ਹੈਗੇ, ਕਈ ਵਾਰੀ ਉਹ ਤੁਹਾਨੂੰ ਮੁੜ ਕੇ ਸੋਰੀ ਬੋਲਣਾ ਪੈਂਦਾ, ਕਿਉਂਕਿ ਸੁਣਿਆ ਨੀ ਕੁਛ, ਗਲਤ ਕਹਿ ਜਾਂਦੇ ਹੋ ਤੁਸੀਂ, ਤੁਸੀਂ ਆਪ ਹੀ ਨੀ ਸੁਣਿਆ ਤੁਸੀਂ ਕੀ ਕਹਿ ਰਹੇ ਹੋ, ਦੂਜੇ ਅੱਗੇ ਤੁਹਾਨੂੰ ਮਤਲਬ ਕਿ ਸ਼ਰਮਿੰਦਾ ਹੋਣਾ ਪੈਂਦਾ, ਤੁਹਾਡੇ ਲਫ਼ਜ਼ ਗਲਤ ਨਿਕਲ ਜਾਂਦੇ ਨੇ ਮੁੱਚ। ਇੰਨਾ ਇੰਪੋਰਟੈਂਟ ਹੈ ਜੀ ਸੁਣਨਾ। ਥੈਂਕ ਯੂ ਬਾਈ ਜੀ। ਇੱਥੇ ਇੱਕ ਸੋਗਮੀ ਸੂਚਨਾ ਦੇ ਰਹੇ ਹਾਂ ਕਿ ਸਰਦਾਰ ਅਵਤਾਰ ਸਿੰਘ ਰਾਜਾ, ਜਿਨ੍ਹਾਂ ਨੂੰ ਰਾਜਾ ਬੁੱਕਣ ਵਾਲੇ ਪਿੰਡ ਤੋਂ ਆਪਾਂ ਕਹਿੰਦੇ ਹਾਂ, ਉਹਨਾਂ ਸਤਿਕਾਰਯੋਗ ਦਾਦੀ ਜੀ ਸਰਦਾਰਨੀ ਬਲਵੀਰ ਕੌਰ ਗਿੱਲ 8 ਜੂਨ ਨੂੰ ਸਵਰਗ ਸੁਧਾਰ ਗਏ। ਪਿਛਲਾ ਪਿੰਡ ਬੁੱਕਣ ਵਾਲਾ ਮੋਗਾ, 15 ਸਾਲ ਤੋਂ ਲੈਂਗਲੀ ਚ ਰਹਿ ਰਹੇ। ਅੰਤਿਮ ਸੰਸਕਾਰ ਇਸ ਐਤਵਾਰ ਜੂਨ 16 ਨੂੰ ਫਰੇਜ਼ਰ ਰਿਵਰ ਫਿਊਨਰਲ ਹਾਲ ਚ ਹੋਣਾ ਜੀ 10 ਵਜੇ, ਤੇ ਅੰਤਿਮ ਅਰਦਾਸ 12 ਵਜੇ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਐਬਸਫੋਰਡ ਚ। ਰਾਜਾ ਬੁੱਕਣ ਵਾਲਾ 604-825-3350 ਨੰਬਰ ਹੈ। ਸੁਖਦੀਪ ਸਿੰਘ 778-241-8071, ਜਗਤਾਰ ਸਿੰਘ ਲੋਟੀ 778-241-4177-17। ਸਮੂਹ ਗਿੱਲ ਪਰਿਵਾਰ 6048253550, ਇਹ ਰਾਜੇ ਦਾ ਫੋਨ ਹੈ ਬੁੱਕਣ ਵਾਲੀਏ ਦਾ। ਗੱਲ ਬੜੀ ਵਧੀਆ ਲੱਗੀ ਜੀ ਤੁਹਾਡੀ, ਜਿੰਨੇ ਵੀ ਤੁਸੀਂ ਕਾਲਰ ਆਏ ਤੇ ਤੁਸੀਂ ਆ ਕੇ ਦੱਸੀ ਇਹ ਕਹਾਣੀ ਕਿਵੇਂ ਹੈ। ਸਾਰਿਆਂ ਦਾ ਧੰਨਵਾਦ ਜਿਹੜੇ ਪ੍ਰੋਗਰਾਮ ਚ ਸ਼ਾਮਿਲ ਹੁੰਦੇ ਆ, ਜਿਹੜੇ ਸੁਣਦੇ ਆ ਨਹੀਂ ਸ਼ਾਮਿਲ ਹੁੰਦੇ ਉਹਨਾਂ ਦਾ ਵੀ ਧੰਨਵਾਦ, ਜਿੱਥੇ ਵੀ ਦੁਨੀਆਂ ਤੁਸੀਂ ਬੈਠੇ ਹੋ ਧੰਨਵਾਦ ਹੈ। ਪਿਛਲੇ 10 ਵਰ੍ਹਿਆਂ ਦੇ ਵਿੱਚ ਆਪਣੀ ਕੋਸ਼ਿਸ਼ ਵੱਧ ਤੋਂ ਵੱਧ ਕੀਤੀ, ਤੁਹਾਡੀ ਸੇਵਾ ਚ ਹਾਜ਼ਰ ਰਹਿ ਕੇ ਮੰਚ ਨੇ ਮਾਈਕ ਮੁਹੱਈਆ ਕੀਤਾ ਤੁਹਾਡੇ ਸਨਮੁੱਖ ਮੈਂ ਹੁੰਦਾ। ਕੱਲ ਨੂੰ ਕਹਾਣੀ ਦਾ ਦਿਨ ਹੈ ਬੁੱਧਵਾਰ, ਪਿਛਲੇ ਹਫ਼ਤੇ ਆਪਾਂ ਸੁਣਾਈ ਨਹੀਂ। ਕੱਲ ਨੂੰ ਕਹਾਣੀ ਕਿਹੜੇ ਰਾਈਟਰ ਦੀ ਸੁਣਨੀ ਹੈ, ਫੇਸਬੁੱਕ ਤੇ ਭੇਜਿਓ ਸੁਨੇਹਾ, ਫਿਰ ਉਹੀ ਰਾਈਟਰ ਦੀ ਆਥਣ ਤੱਕ ਤਿਆਰ ਕਰੂੰਗਾ, ਆਥਣ ਤੱਕ 2 ਘੰਟੇ ਚ ਦੱਸ ਦਿਓ। ਅਖੀਰ ਚ ਕਮਲ ਗਰੇਵਾਲ ਤੁਹਾਡੇ ਸਨਮੁੱਖ, ਰੱਬ ਰਾਖਾ।